ਥੋੜਾ ਜਿਆ ਅੜਬ ਵੀ ਹੋ ਤੁਸੀਂ ਮੈਂ ਸੁਣਿਆ ਮੁੰਡੇ ਮੰਡੇ ਕੁੱਟ ਲੈਨੇ ਹੋ ਜੀ ਤੁਹਾਨੂੰ ਕੋਈ ਛੇੜ ਰਿਹਾ ਆ ਕੋਈ ਤੁਹਾਨੂੰ ਟੱਚ ਕਰ ਰਿਹਾ ਆ ਤੇ ਤੁਸੀਂ ਉਹ ਸਹਿ ਰਹੇ ਹੋ ਉੱਥੇ ਗਲਤੀ ਤੁਹਾਡੀ ਆ ਉੱਥੇ ਦੇ ਹੱਥ ਮਰੋੜ ਕੇ ਜੇਬ ਵਿੱਚ ਪਾ ਕੇ ਘਰੇ ਤੋਂ ਉੱਲਣਾ ਚਾਹੀਦਾ ਉਹ ਬੰਦੇ ਨੂੰ ਮੈਨੂੰ ਇਹ ਲੱਗਦਾ ਹੈ ਵੀ ਅੱਖਾਂ ਦੇਖ ਕੇ ਲੋਕ ਐ ਵੀ ਜੱਜ ਕਰ ਲੈਂਦੇ ਨੇ ਵੀ ਕਿਤੇ ਨਸ਼ੇ ਨੂੰ ਸ਼ੇ ਕਰਦੀ ਆ ਗੋਰੀ ਨਹੀਂ ਨਹੀਂ ਇਹਦੇ ਦਾ ਤਾਂ ਕੁਝ ਨਹੀਂ ਆਗਾ ਪਜਾਮਿਆਂ ਤੋਂ ਬਾਹਰ ਨਹੀਂ ਆਏ ਉਹਨਾਂ ਦੀ ਸੋਚ ਜਿਹੜੀ ਦਿਮਾਗ ਪਜਾਮੇ 'ਚ ਕਹਿ ਦਿੰਦੇ ਹੁੰਦੇ ਨਾ ਕਿ ਉਹ ਉੱਥੇ ਕੀ ਰਹਿ ਗਿਆ ਉਹ ਮੈਨੂੰ ਲੱਗਦਾ ਕਿਤਨੇ ਕਿਤੇ ਆਪ ਦੀਆਂ ਭੈਣਾਂ ਬਾਰੇ ਵੀ ਇਹੀ ਕੋਸ਼ਿਸ਼ ਸੋਚਦੇ ਹੋਣਗੇ ਕੰਪਲੇਟ ਹੋ ਗਈ ਸੀ ਤੁਹਾਡੀ ਆ ਨਾ ਤੁਸੀਂ ਥਾਰ ਤੇ ਬਹਿ ਕੇ 1 ਮਿਲੀਅਨ ਦਾ ਜਸ਼ਨ ਮਨਾਇਆ ਸੀ ਅਸੀਂ 1 ਮਿਲੀਅਨ ਸੈਲੀਬ੍ਰੇਟ ਕਰ ਰਹੇ ਸੀ 1 ਮਿਲੀਅਨ ਇਹਦਾ ਪਿੱਛੇ ਲਾਇਆ ਸੀਗਾ ਜਿੱਥੇ ਸੈਲੀਬ੍ਰੇਟ ਕਰ ਰਹੇ ਸੀਗੇ ਉੱਥੋਂ ਪੱਟ ਕੇ ਅਸੀਂ ਫੋਟੋਸ ਕਰਾਣ ਲੱਗੇ ਫੋਟੋ ਕਿਚਨ ਤੋਂ ਮੈਂ ਕਿਹਾ ਨਹੀਂ ਚਲੋ ਤੁਸੀਂ ਇਹਨੂੰ ਚਲਾਓ ਤੇ ਅਸੀਂ ਚੱਲ ਦੀ ਗੇੜੀ ਮਾਰਦੇ ਆਂ ਅੱਜ ਤੱਕ ਕੈਂਡੀ ਟੀਵੀ ਮਲਿਆਲੀ ਅੱਜ ਤੱਕ ਕੈਂਡੀ ਟੀਵੀ ਤੱਕ ਆ ਗਈ ਸੀ ਗੱਲ ਪ੍ਰੈਸ਼ਰ ਕਾਦਾ ਸੀ ਵੀ ਕੰਪਲੇਂਟ ਕਰੋ ਕਿ ਕੰਪਲੇਂਟ ਨਹੀਂ ਕੁੜੀ ਤੇ ਪਰਚਾ ਕਰੋ ਜਦੋਂ ਮੇਰੇ ਡੈਡ ਦੀ ਡੈਥ ਹੋਈ ਸੀ ਹਨਾ ਕੁੱਝ ਕੁ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਵਿਆਹ ਕਰ ਦੋ ਹੁਣ ਇਹਦਾ ਬਰਡਨ ਹੁੰਦੀਆਂ ਕੁੜੀਆਂ ਤੇ ਉਹ ਸੋਨਾ ਮੇਰੇ ਲਈ ਜ਼ਹਿਰ ਸੀਗਾ ਤੇ ਉਹ ਚੀਜ਼ ਮੇਰੇ ਦਿਮਾਗ 'ਚ ਬੈਠ ਗਈ ਸੀ ਕਿ ਨਹੀਂ ਹੁਣ ਇਹਨਾਂ ਦੇ ਮੂੰਹ ਤੋੜਨੇ ਆ ਇੱਕ ਦਿਨ ਹੁਣ ਅੱਜ ਉਹੀ ਲੋਕੀ ਚਾਹੇ ਫੋਟੋਆਂ ਕਰਾਉਂਦੇ ਆ ਕੇ ਮਿਲਦੇ ਆ ਜਿਹੜੇ ਲੋਕੀ ਬਰਡਨ ਦੱਸਦੇ ਸੀ ਅੱਜ ਆ ਕੇ ਕਹਿੰਦੇ ਆ ਕਿ ਸਾਡੀ ਕੁੜੀ ਆ ਇੱਕ ਵਾਰੀ ਆਇਆ ਵੀ ਰਿਸ਼ਤਾ ਵੀ ਆਇਆ ਸੀਗਾ ਬਾਰ ਦਾ ਮੁੰਡਾ ਸੀ ਤੇ ਡੈਂਟਿਸਟ ਸੀਗਾ ਉੱਥੇ ਮੁੰਡਾ ਉਹਦੀ ਮੰਮੀ ਕਹਿੰਦੀ ਜਾਂਦੀ ਕਿ ਕੁੜੀ ਦਾ ਟੈਟੂ ਰਿਮੂਵ ਹੋ ਜਾਊਗਾ ਫਿਰ ਮੈਂ ਸੋਚਿਆ ਮੈਂ ਕਿ ਯਾਰ ਭਈ 30 ਸਾਲ ਕਹਿੰਦੇ ਹੋਗੇ ਉਹਨਾਂ ਨੂੰ ਉੱਥੇ ਗਿਆਨ ਸੋਜਾ ਲੈ ਵੀ ਟੈਟੂਆਂ ਦਾ ਕੀ ਐਡ ਕੀਆ ਟੈਟੂਆਂ ਨੂੰ ਦੇਖ ਕੇ ਤੁਹਾਨੂੰ ਕਿੰਨੇ ਕ ਲੋਕਾਂ ਨੇ ਆਮ ਜੱਜ ਕੀਤਾ ਸੋਸਾਇਟੀ ਦੇ ਵਿੱਚ ਆਈ ਡੋਨਟ ਕੇਅਰ ਕੀ ਜੱਜ ਕਰਦੇ ਨਹੀਂ ਕਰਦੇ ਮੈਨੂੰ ਪਤਾ ਮੈਂ ਕਿੱਦਾਂ ਦੀ ਆ ਮੇਰੀ ਫੈਮਲੀ ਨੂੰ ਪਤਾ ਮੈਂ ਕਿੱਦਾਂ ਦੀ ਆ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਲੈ ਕਾਰ ਚੋਂ ਨਿਕਲਦੀ ਆਂ ਚਲ ਜਾਂਦੀ ਆ ਤੋਰ ਕੇ ਰੀਲ ਪਾ ਦਿੰਦੀ ਆ ਕਾਰ ਚੋਂ ਨਿਕਲਦੀ ਆਂ ਦੀ ਸੀ ਜਦੋਂ ਮਤਲਬ ਮੈਂ ਬੋਲਟ ਚਲਾਉਂਦੀ ਸੀ ਤੇ ਉਦੋਂ ਸਾਰੇ ਕਹਿੰਦੇ ਸੀ ਕਿ ਇਹਨੇ ਤਾਂ ਲਿਆ ਕੇ ਮਰਮੋਰ ਜਾਣਾ ਹੀ ਕਿੰਨੇ ਸਾਲ ਦੀ ਸੀ ਏਜ ਕਿੰਨੀ ਸੀ ਜਦ ਟਰੈਕਟਰ ਸਿੱਖਿਆ ਮੈਂ ਨਾ ਜਦੋਂ 8th ਕਲਾਸ ਚ ਹੁਣੀ ਤੇ ਨੂੰ ਮੇਰੇ ਡੈਡੀ ਨੇ ਕਹਣਾ ਕਿ ਮੈਂ ਖੇਤਾਂ 'ਚ ਆ ਤੇ ਉਹ ਉੱਥੇ ਮਤਲਬ ਬਾਈਕ ਤੇ ਚੱਲ ਜਾਂਦੇ ਹੁੰਦੇ ਸੀ ਜੇ ਕਿਤੇ ਦਰਦ ਦਰ ਹੋਣ ਤੇ ਵੀ ਤੁਸੀਂ ਟਰੈਕਟਰ ਲੈ ਕੇ ਆ ਜਾਓ ਜਨਰੇਟਰ ਬਾਕੇ ਪਿੱਛੇ ਹਾਲ ਹਾਲ ਲਾਉਣੇ ਆਉਂਦੇ ਨੇ ਤਵੀਆਂ ਪਾਉਣੀਆਂ ਹਾਂਜੀ ਹਾਂਜੀ ਆਉਂਦਾ ਸਾਰਾ ਕੁਝ ਠੀਕ ਇੰਡਸਟਰੀ 'ਚ ਲੋਕ ਜ਼ਿਆਦਾਤਰ ਜਿਹੜੇ ਮੈਂ ਦੇਖੇ ਨੇ ਵੀ ਜਿਹੜੇ ਕੁੜੀਆਂ ਖਾਸ ਕਰਕੇ ਕੰਮ ਕਰਦੀਆਂ ਨੇ ਉਹ ਉਹਨਾਂ ਨੂੰ ਜ਼ਿਆਦਾਤਰ ਗਾਣਿਆਂ ਦੇ ਵਿੱਚ ਆਫਰਸ ਹੀ ਇਸ ਕਰਕੇ ਹੁੰਦੇ ਨੇ ਵੀ ਉਹਨਾਂ ਤੋਂ ਸ਼ਾਰਟ ਡ्रेसेस ਪੋਣੀਆਂ ਹੁੰਦੀਆਂ ਨੇ ਜਿਹੜਾ ਸਿੰਗਰ ਹੀ ਇੰਨਾ ਵੱਡਾ ਹੈ ਇੰਨਾ ਨਾਮ ਆ ਉਹਨਾਂ ਨੂੰ ਵੀ ਆਈ ਥਿੰਕ ਜੇ ਲੋਡ ਪੈ ਜੇ ਕੱਪੜੇ ਲਹੋਣ ਦੀ ਤਾਂ ਫਿਰ ਤਾਂ ਨਾ ਕਿਸੇ ਦੀ ਝਾਪ ਲੂਸੀ ਕਰ ਸਕਦੀਆਂ ਜੇ ਕਰਦੀ ਹੁੰਦੀ ਉਹਨਾਂ ਤਾਂ ਪਤਾ ਨਹੀਂ ਕਿੱਥੇ ਫਿਲਮਾਂ ਫੁੱਲਮਾਂ ਪਤਾ ਨਹੀਂ ਕੀ ਕੀ ਕੀਤਾ ਹੁੰਦਾ ਮੈਂ ਇਦੀ ਅਣਖੀ ਆ ਇਸ ਗੱਲ ਨੂੰ ਲੈ ਕੇ ਮੈਨੂੰ ਲੱਗਦਾ ਕਿ ਮੈਂ ਮੈਕਡੋਨਲਡ ਚ ਕੰਮ ਕਰ ਲਾਂ ਜਾਂ ਮੈਂ ਕਿਤੇ ਪੋਚਾ ਲਾ ਲਵਾਂ ਇਨਸਟੈਡ ਕੀ ਮੈਂ ਕਿ ਜਿਹਨੂੰ ਮੰਗ ਮੰਗ ਕੇ ਕੰਮ ਕਰਾਂ ਐਂ ਮੈਂ ਫੇਰ ਸੋਚਾਂ ਕਿ ਅੱਛਾ ਹਾਂ ਮੈਂ ਉਹ ਗਾਣਾ ਕੀਤਾ ਜਾਂ ਮੈਂ ਇਹ ਫਿਲਮ ਕੀਤੀ ਆਈ ਡੋਨਟ ਕੇਅਰ ਮੈਂ ਇਹ ਕਹਿੰਨੀ ਆ ਕਿ ਜਿਹੜਾ ਬੰਦਾ ਆ ਨਾ ਜਿਹੜਾ ਮੁੰਡਾ ਆ ਜੀ ਉਹਦੀ ਜ਼ੁਬਾਨ ਐ ਨਹੀਂ ਤੇ ਉਹ ਬੰਦਾ ਹੀ ਨਹੀਂ ਹੈ ਕਈ ਚੀਜ਼ਾਂ ਦਾ ਐਸੇ ਵੀ ਉਹਨੇ ਮੈਂ ਦੇ ਵਪਾਰ ਵੀ ਹੁੰਦਾ ਕੁੜੀਆਂ ਆਪਣਾ ਜਿਸਮ ਵੀ ਜਾ ਕੇ ਵੇਚਦੀਆਂ ਨੇ ਸ਼ਰਮਾਂ ਵੇਚਦੀਆਂ ਨੇ ਸਿਰਫ ਪੈਸੇ ਕਰਕੇ ਮੈਨੂੰ ਲੱਗਦਾ ਕਿ ਲੋਕੀ ਬਾਹਰ ਜਾਣ ਪਿੱਛੇ ਪਾਗਲ ਹੋ ਗਏ ਆ ਇਹ ਨਹੀਂ ਦੇਖਦੇ ਕਿ ਮੁੰਡੇ ਦਾ ਕੀ ਬੈਕਗ੍ਰਾਉਂਡ ਆ ਜਾਂ ਕੁੜੀ ਦਾ ਕੀ ਬੈਕਗ੍ਰਾਉਂਡ ਆ ਤੇ ਕੁਝ ਲੋਕੀ ਬੜੇ ਈਜ਼ੀ ਨੇ ਇਸ ਗੱਲ ਨੂੰ ਅੱਛਾ ਠੀਕ ਆ ਉੱਥੇ ਜਾ ਕੇ ਛੱਡ ਦਾਂਗੇ ਸਿਰਫ ਬਾਹਰ ਪੰਜਨਾ ਮੇਨ ਮੋਟਿਵ ਆ ਮੈਂ ਨਾ ਆਸ਼ਰਮ ਗਈ ਤੇ ਉੱਥੇ ਇੱਕ ਛੋਟਾ ਜਿਹਾ ਬੱਚਾ ਆਇਆ ਐਂਡ ਉਹਦੀ ਇੱਥੋਂ ਇੰਨੇ ਹੱਥ ਨਹੀਂ ਦੋਵੇਂ ਤੇ ਗਿੱਟਿਆਂ ਦੇ ਕੋਲੋਂ ਪੈਰ ਹੈ ਨਹੀਂ ਦੋਵੇਂ ਐਂਡ ਉਹ ਮੇਰੇ ਵੱਲ ਪੱਜਾ ਆਇਆ ਤਿੰਨ ਸਾਲ ਦਾ ਹੋਣਾ ਐਂਡ ਉਹਨੇ ਆ ਕੇ ਨਾ ਮੈਨੂੰ ਐ ਜਿਵੇਂ ਹਾਗ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੀਆਂ ਅੱਖਾਂ 'ਚੋਂ ਪਾਣੀ ਕੀ ਵਾਇਗਰੂ ਤੇਰਾ ਸ਼ੁਕਰ ਆ ਸਾਡੇ ਕੋਲ ਸਾਰਾ ਕੁਝ ਹੈਗਾ ਤੇ ਅਸੀਂ ਫੇਰ ਵੀ ਖੁਸ਼ ਨਹੀਂ ਸਸ਼ੀ ਕਾਲੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਪੋਡਕਾਸਟ ਵੇਖ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੇ ਸਾਡੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਗौरी ਵਿਰਦੀ ਬਹੁਤੀ ਗੱਲਾਂ ਨਾ ਕਰਦੇ ਹੋਏ ਆਪਾਂ ਸਭ ਤੋਂ ਪਹਿਲਾਂ ਗੋਰੀ ਦਾ ਸਵਾਗਤ ਕਰਦੇ ਆ ਕਿਉਂਕਿ ਬੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਅੱਜ ਇਸ ਪੋਡਕਾਸਟ ਦੇ ਵਿੱਚ ਆਪਾਂ ਪੁੱਛਣੀਆਂ ਨੇ ਵੀ ਕਿਸ ਕਿਸ ਕਿਹੜੀ ਜਗ੍ਹਾ ਤੋਂ ਸਫ਼ਰ ਸ਼ੁਰੂਆਤ ਕੀਤੀ ਸੀ ਜਦ ਕੁਝ ਕੁ ਫਾਲੋਅਰ ਮਹਿਜ਼ ਕੁਝ ਸੌਕ ਫਾਲੋਅਰ ਸੀਗੇ ਤੇ ਅੱਜ ਉਹ ਫਾਲੋਅਰਾਂ ਦਾ ਜੇ ਮੈਂ ਸਾਥ ਕਹਾ ਤਾਂ ਉਹ ਮਿਲੀਅਨ ਤੱਕ ਪਹੁੰਚ ਗਿਆ ਕਿਤੇ ਇੱਕ ਛੋਟੀ ਜੀ ਦੁਨੀਆ ਤੋਂ ਸ਼ੁਰੂ ਕਰਨਾ ਤੇ ਇੱਕ ਵੱਡੀ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਰੱਖਣਾ ਤੇ ਅੱਜ ਕਈ ਚੀਜ਼ਾਂ ਐਸੀਆਂ ਵੀ ਨੇ ਜਿਹੜੀਆਂ ਨੈਗੇਟਿਵ ਵੀ ਜਾਂਦੀਆਂ ਨੇ ਤੇ ਕਈ ਪੋਜ਼ਿਟਿਵ ਵੀ ਹੁੰਦੀਆਂ ਨੇ ਬਹੁਤ ਗੱਲਾਂ ਨੇ ਬੜੇ ਸਵਾਲ ਨੇ ਬੜੀਆਂ ਚੀਜ਼ਾਂ ਨੂੰ ਅਸੀਂ ਆਮ ਤੌਰ ਤੇ ਤੁਹਾਡੇ ਨਾਲ ਵੀ ਕਲੀਅਰ ਕਰਾਵਾਂਗੇ ਗੋਰੀ ਦਾ ਸਵਾਗਤ ਕਰਦੇ ਗੋਰੀ ਸਸੀ ਕਾਠੀ ਕੋ ਸਸਿਕਾਲ ਜੀ ਸਾਰਿਆਂ ਨੂੰ ਹੋਪ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਠੀਕ ਠਾਕ ਹਾਂਜੀ 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 ਹੁਣ ਇੱਥੇ ਜਿਵੇਂ ਤੁਸੀਂ ਮੋਹਾਲੀ ਆਏ ਹੋ ਬੇਸਿਕਲੀ ਟੋਟਲੀ ਮੋਹਾਲੀ ਹੋ ਰਹੇ ਨਹੀਂ ਉਹ ਪੱਕੇ ਕਿ ਡੇਰੇ ਹੋਰ ਨੇ ਕਿਤੇ ਨਹੀਂ ਜ਼ਿਆਦਾ ਮੈਂ ਪਿੰਡ ਰਹਿੰਦੀ ਆ ਫਿਰ ਜਦੋਂ ਕੋਈ ਸ਼ੂਟ ਹੋਵੇ ਜਾਂ ਕੰਮ ਹੋਵੇ ਫਿਰ ਇੱਥੇ ਆ ਜੰਨੇ ਆ ਹੁਣ ਫਿਰ ਆਪਾਂ ਕਹਿ ਸਕਦੇ ਵੀ ਤੁਸੀਂ ਪੌਡਕਾਸਟ ਵਾਸਤੇ ਆਏ ਸੀ ਕਿ ਵੈਸੇ ਕੋਈ ਸ਼ੂਟ ਚੱਲਦਾ ਸੀ ਇੱਥੇ ਹਾਂਜੀ ਸ਼ੂਟ ਸੀਗਾ ਸ਼ੂਟ ਸੀ ਗौरी ਜੇ ਮੈਂ ਬਿਲਕੁਲ ਸਟਾਰਟਿੰਗ ਦੀ ਗੱਲ ਕਰਾਂ ਜਾਂ ਸ਼ੁਰੂਆਤ ਕੀਤੀ ਸੀ ਕਿਉਂਕਿ ਅਕਸਰ ਜਦ ਵੀ ਬੰਦਾ ਕਿਸੇ ਚੀਜ਼ ਦੀ ਸ਼ੁਰੂਆਤ ਕਰਦਾ ਬਹੁਤ ਗਿਣਵੇਂ ਚੁਣਵੇਂ ਜਿਹੇ ਬੰਦੇ ਨਾਲ ਲੱਗਦੇ ਨੇ ਹਮਮ ਜਦ ਤੁਹਾਡਾ ਤੁਸੀਂ ਇਹ ਰੀਲਸ ਬਣਾਉਣੀਆਂ ਸ਼ੁਰੂ ਕੀਤੀਆਂ ਜਾਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਹਨਾ ਉਸ ਟਾਈਮ ਤੇ ਟਿਕਟੌਕ ਸੀ ਸ਼ੁਰੂਆਤ ਟਿਕਟੋਕ ਤੋਂ ਕੀਤੀ ਸੀ ਕਿ ਕਿੱਥੋਂ ਕਰੀ ਸੀਗੀ ਤੁਸੀਂ ਸਭ ਤੋਂ ਪਹਿਲੀ ਚੀਜ਼ ਜਿਹੜੀ ਪਹਿਲੀ ਕਲਿੱਪ ਪਾਈ ਸੀ ਆ ਕੋਈ ਕਿਉਂਕਿ ਉਹ ਉਸ ਟਾਈਮ ਤੇ ਡਬ ਮੈਸ਼ ਵੀ ਚੱਲਦੀ ਹੁੰਦੀ ਸੀ ਇੱਕ ਐਪ ਜੀ ਹੁੰਦੀ ਸੀ ਉਸ ਟਾਈਮ ਤੇ ਨਹੀਂ ਮੈਨੂੰ ਉਹਦੇ ਬਾਰੇ ਤਾਂ ਨਹੀਂ ਪਤਾ ਪਰ ਹਾਂਜੀ ਟਿਕਟੋਕ ਤੇ ਥੋੜੀ ਬਹੁਤੀ ਵੀਡੀਓਜ਼ ਪਾਉਂਦੀ ਸੀ ਜ਼ਿਆਦਾ ਨਹੀਂ ਹੂੰ ਜਿੱਦਾਂ ਕਦੀ ਮਹੀਨੇ ਦੋ ਮਹੀਨੇ ਚ ਇੱਕ ਦੀ ਵਾਰੀ ਪਾਤੀ ਤੇ ਫਿਰ ਇੰਸਟਾ ਦੇ ਥੋੜਾ ਜਿਹਾ ਖਿੱਚਿਆ ਸੀਗਾ ਕੰਮ ਇੰਸਟਾ ਤੇ ਕਿਹੜੇ ਸਾਲ ਦੀ ਗੱਲ ਹੈ ਸਾਲ ਤਾਂ ਨਹੀਂ ਆ 3 ਸਾਲ ਪਹਿਲਾਂ ਮੇਬੀ 3 ਸਾਲ ਹਾਂ ਪਹਿਲਾਂ 3 3.5 ਸਾਲ ਪਹਿਲਾਂ ਹੂੰ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਮੰਮੀ ਬ੍ਰਦਰ ਮੇਰੇ ਤਿੰਨ ਤੇ ਡੌਗੀ ਤੇ ਮੈਂ ਅੱਛਾ ਹਾਂਜੀ ਤੇ ਤਿੰਨ ਭਰਾਵਾਂ ਦੀ ਇਕੱਲੀ ਭੈਣ ਹਾਂਜੀ ਤੇ ਫਿਰ ਜਦ ਗੋਰੀ ਰੀਲਸ ਦਾ ਸ਼ੁਰੂ ਕੀਤਾ ਤੁਸੀਂ ਤੁਸੀਂ ਦੱਸਿਆ ਵੀ ਤੁਸੀਂ ਇੰਸਟਾਗ੍ਰam ਤੇ ਹਨਾ ਪਾਉਣੀ ਸ਼ੁਰੂ ਕੀਤੀਆਂ ਭਰਾਵਾਂ ਨੇ ਮਨਾ ਨਹੀਂ ਕੀਤਾ ਕਿਉਂਕਿ ਕਈ ਵਾਰ ਨਾ ਭਰਾ ਆਪਣੀ ਭੈਣ ਨੂੰ ਲੈ ਕੇ ਬੜੇ ਪੋਜ਼ੈਸਿਵ ਹੁੰਦੇ ਨੇ ਥੋੜਾ ਜਨਾ ਉਹਨਾਂ ਨੂੰ ਹੁੰਦਾ ਸਿਕਿਉਰਿਟੀ ਬੇਸ ਤੇ ਉਹ ਕਹਿ ਦਿੰਦੇ ਨੇ ਵੀ ਭੈਣ ਦਾ ਭੈਣ ਆ ਫਿਰ ਜੀ ਪਤਾ ਨਹੀਂ ਸੀ ਉਹਨਾਂ ਨੂੰ ਤੇ ਵੈਸੇ ਵੀ ਉਹਨਾਂ ਕੋ ਇੰਨਾ ਟਾਈਮ ਹੀ ਨਹੀਂ ਹੁੰਦਾ ਦੋ ਬ੍ਰਦਰ ਕੈਨੇਡਾ ਨੇ ਤੇ ਕਦੀ ਉਹਨਾਂ ਨੂੰ ਐ ਹੀ ਨਹੀਂ ਸੀ ਕਿ ਮੈਂ ਇਨਸਟਾਗ੍ਰam 'ਤੇ ਚਲਾਉਂਦੀ ਹੋਊਂਗੀ ਜਾਂ ਕੁਛ ਆ ਬਾਕੀ ਛੋਟੇ ਬ੍ਰਦਰ ਨੂੰ ਪਤਾ ਸੀਗਾ ਹਮ ਪਰ ਉਹ ਤਾਂ ਵੈਸੇ ਕਦੀ ਵੀਡੀਓਜ਼ ਬਣਾ ਦਿੰਦਾ ਸੀ ਸਪੋਰਟ ਕਰਦਾ ਆ ਪਰ ਵੱਡੇ ਬ੍ਰਦਰਸ ਨੂੰ ਜਦੋਂ ਹੋਣ ਜੇ ਪਤਾ ਲੱਗਿਆ ਸੀ ਥੋੜਾ ਟਾਈਮ ਪਹਿਲਾਂ ਆਈ ਥਿੰਕ ਸਾਲ ਕੁ ਪਹਿਲਾਂ ਹਮ ਕਿ ਮੈਂ ਇਨਸਟਾਗ੍ਰam 'ਤੇ ਚਲਾਣੀ ਆ ਜਾਂ ਮੈਂ ਸ਼ੂਟ ਕਰਦੀ ਆ ਹਮ ਐਂਡ ਠੀਕ ਆ ਤੁਸੀਂ ਅੱਖਾਂ ਦੇ ਵਿੱਚ ਲੈਂਸ ਪਾਏ ਨੇ ਕਿ ਨੇਚਰਲੀ ਅੱਖਾਂ ਇਦਾਂ ਦੀਆਂ ਨੇ ਨੇਚਰਲ ਇਦਾਂ ਦੀਆਂ ਨੇ। ਨਹੀਂ ਸਵਾਲ ਤਾਂ ਮੇਰੇ ਫਿਰ ਜਿਹੜੇ ਹੁਣ ਹੈਗੇ ਜ਼ੈਨ ਚ ਉਹ ਤਾਂ ਮੈਂ ਪੁੱਛਣੇ ਨੇ। ਅੱਛਾ ਮੈਨੂੰ ਇਹ ਕਿ ਦੱਸੋ ਕਿ ਤੁਹਾਡੀ ਅੱਖਾਂ ਨੂੰ ਲੈ ਕੇ ਵੀ ਮੈਂ ਕਮੈਂਟ ਪੜ ਰਿਆ ਸੀਗਾ ਤੇ ਕਈ ਮੈਨੂੰ ਉੜਦੀਆਂ ਖਬਰਾਂ ਵੀ ਆਈਆਂ ਵੀ ਕਹਿੰਦੇ ਵੀ ਅੱਖਾਂ ਦੇਖ ਕੇ ਲੋਕ ਐ ਵੀ ਜੱਜ ਕਰ ਲੈਂਦੇ ਨੇ ਵੀ ਕਿਤੇ ਨਸ਼ੇ ਨੁਸ਼ੇ ਕਰਦੀ ਹੈ ਗੋਰੀ। ਨਹੀਂ ਨਹੀਂ ਇਦਾਂ ਤਾਂ ਕੁਝ ਨਹੀਂ ਹੈਗਾ। ਪਰ ਆਇਆ ਕੋਈ ਕਮੈਂਟ ਇਦਾਂ ਦਾ। ਹਾਂ ਕਹਿੰਦੇ ਰਹਿੰਦੇ ਉਦਾਂ ਕਿ ਸਕੂਲ ਟਾਈਮ ਤੋਂ ਹੀ ਕਹਿੰਦੇ ਆ ਕਿ ਖੁਸ਼ਹਾਂਦੀ ਹੁੰਦੀ ਤਾਂ ਨਹੀਂ ਨਸ਼ੇ ਤਾਂ ਨਹੀਂ ਕਰਦੀ ਐਂਡ ਨਹੀਂ ਨਸ਼ੇ ਤਾਂ ਨਹੀਂ ਕਰਦੇ ਨਸ਼ਾ ਅੱਖ ਚ ਬੜਾ ਰੱਖਿਆ ਨੀ ਜੇਬਾਂ ਚ ਕੀ ਬਾਤ ਹੈ ਅੱਛਾ ਗौरी ਕੁਆਲਿਫਿਕੇਸ਼ਨਸ ਕਿਥੇ ਪੜੇ ਲਿਖੇ ਕਿੰਨੇ ਹੋ ਕਿੰਨੀ ਪੜਾਈ ਕੀਤੀ ਹੈ ਮਾਸਟਰਸ ਕਰ ਲਈ ਹੁਣ ਤਾਂ ਤੇ ਬਾਕੀ ਬਸ ਪੀ ਐਚ ਡੀ ਕਰਨੀ ਸੀ ਪਰ ਰਹਿ ਗਈ ਹੁਣ ਤਾਂ ਹੁਣ ਤਾਂ ਕੀ ਕਰਨੀ ਹੁਣ ਗਾਣੇ ਕਰਨੇ ਨੇ ਹਾਂਜੀ ਦੇਖਦੇ ਆਪਾਂ ਆਪ ਗਾਣ ਦਾ ਵੀ ਸ਼ੌਂਕ ਹੂੰ ਗਾ ਗੋ ਲੈਨੇ ਹੂੰ ਨਹੀਂ ਬਿਲਕੁਲ ਵੀ ਨਹੀਂ ਮੜਾ ਮੋਟਾ ਕਦੇ ਬਾਥਰੂਮ ਸਿੰਗਿੰਗ ਦਾ ਕੀ ਹੋਊਗੀ ਆਈ ਥਿੰਕ ਉਹ ਤਾਂ ਸਾਰੇ ਕਰ ਲੈਂਦੇ ਐ ਸਪੈਸ਼ਲੀ ਪੰਜਾਬੀ ਹਮਮ ਤੇ ਜ਼ਿਆਦਾਤਰ ਜੇ ਆਪਾਂ ਡ्रेसेस ਦੀ ਗੱਲ ਕਰੀਏ ਪਹਿਰਾਵੇ ਦੀ ਗੱਲ ਕਰੀਏ ਜਿਵੇਂ ਹੁਣ ਤੁਸੀਂ ਸੂਟ ਪਾਇਆ ਬਹੁਤ ਸੋਹਣਾ ਲੱਗ ਰਿਹਾ ਵੀ ਜ਼ਿਆਦਾਤਰ ਸੂਟ ਪਾਉਣਾ ਪਸੰਦ ਹੈ ਵੈਸਟਰਨ ਡ्रेसेस ਪਾਉਣੀਆਂ ਪਸੰਦ ਨੇ ਜਾਂ ਕਿੱਦਾਂ ਦੀ ਆਊਟਫਿਟ 'ਚ ਰਹਿਣਾ ਪਸੰਦ ਹੈ ਜ਼ਿਆਦਾ ਆਈ ਥਿੰਕ ਮਾਹੌਲ ਦੇ ਹਿਸਾਬ ਨਾਲ ਸਾਰਾ ਕੁਝ ਪਾਇਆ ਵਧੀਆ ਲੱਗਦਾ ਹੈ ਤੇ ਜਿਹ ਡ्रेसेस ਵਾਲੀ ਜਗਾ ਹੋਵੇ ਜਾਂ ਉਥੇ ਵੀ ਆਈ ਮੀਨ ਲਿਮਟ ਸਾਰਾ ਕੁਝ ਵਧੀਆ ਲੱਗਦਾ ਤੇ ਜਦੋਂ ਡிரஸ் ਪਾਉਣ ਦੇ ਲੱਗਦਾ ਤਾਂ ਡிரஸ் ਪਾਈ ਦਾ ਹੁਣ ਜੇ ਪਤਾ ਆ ਗੁਰਦੁਆਰੇ ਜਾਣਾ ਆ ਜਾਂ ਕਿਸੇ ਧਾਰੀ ਜਗਾ ਤੇ ਜਾਣਾ ਜਿੱਥੇ ਫੈਮਲੀਆਂ ਆ ਤੇ ਆਈ ਥਿੰਕ ਉਥੇ ਸੂਟ ਹੀ ਵਧੀਆ ਲੱਗਦੇ ਆ ਬਾਕੀ ਮੈਂ ਇਸ ਚੀਜ਼ਾਂ ਤੇ ਜਜ ਨਹੀਂ ਕਰਦੀ ਕਿ ਕਿਸੇ ਨੇ ਸੂਟ ਪਾਇਆ ਕਿਸੇ ਨੇ ਡிரஸ் ਪਾਈ ਆ ਜਾਂ ਕਿਸੇ ਨੇ ਲਿਮਟ ਸਾਰਾ ਕੁਝ ਕਈ ਵਾਰੀ ਸੂਟ ਪਾਈ ਵੀ ਕਿਸੇ ਨੂੰ ਥੋੜੇ ਬਲਗੜ ਲੱਗਦੇ ਆ ਹਾਂ ਦੀ ਡ्रेसेस ਜੋ ਬੰਦਾ ਸੋਬਰ ਲੱਗਦਾ ਆ ਪਰ ਕਿ ਤੁਸੀਂ ਕਿੱਦਾਂ ਕੈਰੀ ਕਰਦੇ ਹੋ ਮੈਟਰ ਕਰਦਾ ਹਨਾ ਹਰ ਚੀਜ਼ ਨੂੰ ਹੂੰ ਤੇ ਇੰਡਸਟਰੀ ਚ ਲੋਕ ਜ਼ਿਆਦਾਤਰ ਜਿਹੜੇ ਮੈਂ ਦੇਖੇ ਨੇ ਵੀ ਜਿਹੜੇ ਕੁੜੀਆਂ ਖਾਸ ਕਰਕੇ ਕੰਮ ਕਰਦੀਆਂ ਨੇ ਉਹ ਉਹਨਾਂ ਨੂੰ ਜ਼ਿਆਦਾਤਰ ਗਾਣਿਆਂ ਦੇ ਵਿੱਚ ਆਫਰਸ ਹੀ ਇਸ ਕਰਕੇ ਉਹਨੇ ਵੀ ਉਹਨਾਂ ਤੋਂ ਸ਼ਾਰਟ ਡ्रेसेस ਪੋਣੀਆਂ ਹੁੰਦੀਆਂ ਨੇ ਵੀ ਆ ਕਹਿ ਦਿੰਦੇ ਨੇ ਵੀ ਤੁਸੀਂ ਛੋਟੇ ਕੱਪੜੇ ਪਾਉਣੇ ਨੇ ਜਿਵੇਂ ਆਪਾਂ ਹੁਣ ਜਿਵੇਂ ਆਪਾਂ ਗੱਲਬਾਤ ਕਰਦੇ ਆ ਵੀ ਤੁਹਾਨੂੰ ਮੰਨ ਲਓ ਕੋਈ ਆਫਰ ਆਉਂਦਾ ਤਾਂ ਉਹ ਪਹਿਲਾਂ ਹੀ ਆਪਣੇ ਟਰਮਸ ਐਂਡ ਕੰਡੀਸ਼ਨਸ ਰੱਖ ਦਿੰਦੇ ਨੇ ਆਪਣੇ ਰੂਲ ਲਾ ਦਿੰਦੇ ਨੇ ਵੀ ਤੁਸੀਂ ਛੋਟੇ ਕੱਪੜੇ ਪਾ ਕੇ ਹੋਣਾ ਮੋਸਟਲੀ ਮੈਂ ਬਹੁਤ ਗਾਣੇ ਛੱਡੇ ਡ्रेसेस ਕਰਕੇ ਬਹੁਤ ਹੀ ਤੇ ਆਈ ਥਿੰਕ ਕਿ ਤਨੇ ਕਿਤੇ ਦੁੱਖ ਵੀ ਹੁੰਦਾ ਕਿ ਆਪਣੇ ਪੰਜਾਬ ਦੇ ਹੀ ਗਾਣੇ ਨੇ ਪੰਜਾਬੀ ਗਾਣੇ ਨੇ ਤੇ ਉਹਨਾਂ ਦੇ ਵਿੱਚ ਡ्रेसेस ਤੁਹਾਨੂੰ ਜਿਹੜੀਆਂ ਦਿੰਦੇ ਨੇ ਆ ਕਹਿੰਦੇ ਨੇ ਕਈ ਵਾਰੀ ਕਿ ਜਿਹੜੇ ਵੱਡੇ ਗਾਣੇ ਨੇ ਉਹ ਕੱਪੜਿਆਂ ਕਰਕੇ ਵੀ ਮੋਸਟਲੀ ਚਲਾਨ ਦੀ ਕੋਸ਼ਿਸ਼ ਕਰਦੇ ਆ ਬਟ ਆਈ ਥਿੰਕ ਉਹ ਜਿਹੜਾ ਸਿੰਗਰ ਹੀ ਇੰਨਾ ਵੱਡਾ ਆ ਇੰਨਾ ਨਾਮ ਆ ਉਹਨਾਂ ਨੂੰ ਲੋੜ ਹੀ ਨਹੀਂ ਡ्रेसेस ਦੀ ਜਾਂ ਇਦਾਂ ਦੀਆਂ ਚੀਜ਼ਾਂ ਕਰਨ ਦੀ ਉਹਨਾਂ ਦੇ ਗਾਣੇ ਨਾਮ ਕਰਕੇ ਚੱਲ ਰਹੇ ਨੇ ਹਾਂ ਹੈਨਾ ਆਵਾਜ਼ ਕਰਕੇ ਟੈਲੈਂਟ ਕਰਕੇ ਚੱਲ ਰਹੇ ਨੇ ਐਂਡ ਉਹਨਾਂ ਨੂੰ ਵੀ ਆਈ ਥਿੰਕ ਜੇ ਲੋੜ ਪੈ ਜੇ ਕੱਪੜੇ ਲਹੋਂ ਦੀ ਤਾਂ ਫਿਰ ਤਾਂ ਹਾਂ ਤੁਹਾਡੇ ਤੱਕ ਕੋਈ ਆਏ ਨੇ ਕਿੰਨੇ ਕ ਗਾਣੇ ਇਦਾਂ ਦੇ ਰਿਜੈਕਟ ਕਰੇ ਨੇ ਨਹੀਂ ਇੱਕ ਲਿਮਿਟ ਤੱਕ ਡ्रेसेस ਪਾਓ ਠੀਕ ਆ ਪਰ ਇਹ ਵੀ ਨਹੀਂ ਕਿ ਤੁਸੀਂ ਕਲੇਵियर ਜਾਂ ਜ਼ਿਆਦਾ ਯੂ نو ਵਾਟ ਆਈ ਮੀਨ ਤੇ ਆਉਂਦੇ ਰਹਿੰਦੇ ਆ ਗਾਣੀ ਤਾਂ ਕਿੰਨੀਆਂ ਆਫਰਸ ਆndੀਆਂ ਆ ਜਿੱਦ ਜਿੱਦ ਅੱਗੇ ਅੱਗੇ ਪ੍ਰੋਫਾਈਲ ਵਾਧੀ ਆ ਫਿਰ ਆਫਰਸ ਤਾਂ ਆndੀਆਂ ਰਹਿੰਦੇ ਹਨਾ ਹੂੰ ਜਿਵੇਂ ਅੱਜਕੱਲ੍ਹ ਵੈਬ ਸੀਰੀਜ਼ ਦਾ ਵੀ ਟਾਈਮ ਆ ਜਾਂ ਜ਼ਾਤਰ ਜੋ ਮੈਂ ਵੇਖਿਆ ਕਿ ਜਦ ਕੋਈ ਬੰਦਾ ਜਾਂ ਕੁੜੀ ਨਿਗਾਹ 'ਚ ਆ ਜਾਂਦੀ ਆ ਖਾਸ ਕਰਕੇ ਸੋਸ਼ਲ ਮੀਡੀਆ ਹੁਣ ਹਰ ਇੱਕ ਸੋਸ਼ਲ ਮੀਡੀਆ ਤੇ ਤਕਰੀਬਨ ਮੈਂ ਲੱਗਾ ਛੋਟੇ ਛੋਟੇ ਬੱਚਿਆਂ ਦੀ ਵੀ ਆਈਡੀਆਂ ਬਣਾਈਆਂ ਹੋਈਆਂ ਨੇ ਹਨਾ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਦੀਆਂ ਹਾਂਜੀ ਇਦੋਂ ਤੱਕ ਕਿ ਕੁੱਤਿਆਂ ਦੀ ਵੀ ਆਈਡੀਆਂ ਬਣੀਆਂ ਹੋਈਆਂ ਤੁਸੀਂ ਵੇਖਿਆ ਹੋਣੇ ਹਨਾ ਵੀ ਸਾਰਾ ਕੁਝ ਹੀ ਹੁਣ ਤਾਂ ਸਾਰਾ ਕੁਝ ਵੀ ਦੁਨੀਆ ਤੇ ਕੁਝ ਵੀ ਹੈਗਾ ਤਾਂ ਉਹ ਤਾਂ ਸੋਸ਼ਲ ਮੀਡੀਆ ਤੇ ਹੈ ਹੀ ਆ ਕਹਿੰਦੇ ਪਿਆ ਹੋਇਆ ਉਹ ਸੋਸ਼ਲ ਮੀਡੀਆ ਤੇ ਜਦ ਚੀਜ਼ ਵਾਇਰਲ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਆਫਰ ਆਉਂਦੇ ਨੇ ਤੁਹਾਨੂੰ ਕੋਈ ਵੈਬ ਸੀਰੀਜ਼ ਦਾ ਜਾਂ ਕੋਈ ਮੂਵੀਜ਼ ਦਾ ਤਾਂ ਆਫਰ ਆਇਆ ਹੋਊਗਾ ਵੀ ਭਾਈ ਇੰਦਾ ਕਰਕੇ ਗੋਰੀ ਆਪਾਂ ਫਿਲਮ ਕਰਨੀ ਆ ਜਾਂ ਕੋਈ ਵੈਬ ਸੀਰੀਜ਼ ਆ ਹਾਂਜੀ ਗਾਣਿਆਂ ਤੋਂ ਇਲਾਵਾ ਆਏ ਨੇ ਆਫਰ ਹਾਂਜੀ ਵੈਬ ਸੀਰੀਜ਼ ਦਾ ਆਇਆ ਸੀ ਮੂਵੀਜ਼ ਦਾ ਤਾਂ ਹਲੇ ਨਹੀਂ ਬਾਕੀ ਜਿੱਦਾਂ ਮੈਨੂੰ ਲੱਗਦਾ ਕਿ ਉਹਦੇ ਲਈ ਲਿੰਕਸ ਵਗੈਰਾ ਕੁੜੀਆਂ ਯੂਜ਼ ਕਰਦੀਆਂ ਆ ਜਾਂ ਅੱਗੇ ਫੈਮਲੀਆਂ ਦੇ ਅੱਗੇ ਲਿੰਕਸ ਹੋਣ ਤਾਂ ਥੋੜਾ ਵਧੀਆ ਰਹਿੰਦਾ ਸੀ ਸੇਫ ਰਹਿੰਦਾ ਬਾਕੀ ਟੈਲੈਂਟ ਤਾਂ ਹਮੇਸ਼ਾ ਮੈਟਰ ਕਰਦਾ ਹੀ ਆ ਪਰ ਮੈਨੂੰ ਇਹ ਲੱਗਦਾ ਕਿ ਅੱਜ ਕੱਲ ਲਿੰਕਸ ਕਰਕੇ ਅੱਗੇ-ਅੱਗੇ ਵਧਦੇ ਪਏ ਆ ਲੋਕੀ ਸਾਰੇ ਜਿੱਥੇ ਤੱਕ ਮੈਨੂੰ ਲੱਗਦਾ ਆ ਤੁਹਾਡੇ ਵੀ ਫਿਰ ਲਿੰਕ ਤਾਂ ਹੋਣਗੇ ਹੁਣ 1 ਮਿਲੀਅਨ ਫਾਲੋਅਰ ਹੋ ਗਿਆ ਤਾਂ ਲਿੰਕ ਤਾਂ ਹੋਣੇ ਬਾਤ ਜੱਜੀ ਗੱਲ ਹੈ ਲਿੰਕ ਹੈਗੇ ਆ ਬਟ ਦ ਥਿੰਗ ਇਜ਼ ਕਿ ਆਪਣੇ ਆਪ ਕਮਾਈਆਂ ਚੀਜ਼ਾਂ ਜ਼ਿਆਦਾ ਖੁਸ਼ੀ ਦਿੰਦੀਆਂ ਆ ਕੀ ਕਹਾਲੂ ਮੈਂ ਇਦਾਂ ਦੀਆਂ ਕਿ ਮੈਂ ਕਿਸੇ ਕੋ ਸੋ ਨਹੀਂ ਸਕਦੀ ਆ ਤੇਰੇ ਲਈ ਮੈਂ ਕੀਤਾ ਐਂਡ ਉਹ ਚੀਜ਼ ਮੈਨੂੰ ਸ਼ਾਇਦ ਜੀਨ ਨਹੀਂ ਦਊਗੀ ਮੈਨੂੰ ਆਇਆ ਕਿ ਮੈਂ ਆਪ ਹੀ ਕਰਨਾ ਆ ਚਾਹੇ ਟਾਈਮ ਲੱਗੂਗਾ ਜ਼ਿਆਦਾ ਬਟ ਦ ਥਿੰਗ ਇਜ਼ ਕਿ ਮੈਂ ਆਪੇ ਕਮਾਈ ਹੋਰ ਚੀਜ਼ਾਂ ਹਨ ਵੀ ਬਹੁਤ ਆਈਂ ਤੋਂ ਇਦਾਂ ਨਹੀਂ ਹੈਗਾ ਕਿ ਲਿੰਕ ਨਹੀਂ ਸੀਗੇ ਜਾਂ ਫੈਮਿਲੀ ਦੇ ਨਹੀਂ ਸੀਗੇ ਪਰ ਮੈਂ ਕਦੀ ਵੀ ਆਪਣੇ ਬ੍ਰਦਰਸ ਨੂੰ ਜਾਂ ਫਰੈਂਡਸ ਨੂੰ ਕਿਸੇ ਨੂੰ ਨਹੀਂ ਕਿਹਾ ਕਿ ਮੈਨੂੰ ਆ ਗਾਣਾ ਕਰਵਾਓ ਮੈਨੂੰ ਆ ਕੰਮ ਕਰਾਓ ਜਿੰਨਾ ਵੀ ਕੀਤਾ ਏਮ ਵੈਰੀ ਹੈਪੀ ਕਿ ਮੈਂ ਖੁਦ ਕੀਤਾ ਥੋੜਾ ਖਾ ਲੋ ਪਰ ਆਪ ਦਾ ਕਮਾ ਕੇ ਖਾਓ ਉਹ ਜਿਹੜੀ ਖੁਸ਼ੀ ਆ ਨਾ ਉਹ ਇੱਕ ਨੈਕਸਟ ਲੈਵਲ ਆ ਹਾਂ ਹੈ ਨਾ ਕਈ ਵਾਰ ਵੈਸੇ ਹੋ ਜਾਂਦਾ ਹਨਾ ਇਸ ਚੀਜ਼ ਦੇ ਵਿੱਚ ਵੀ ਆਪਾਂ ਨੇ ਮਨ ਦੇ ਵਿੱਚ ਕਈ ਵਾਰ ਆ ਵੀ ਜਾਂਦਾ ਆ ਵੀ ਆਰ ਚੱਲੇ ਆਪਣੇ ਮਿੱਤਰ ਹੀ ਨੇ ਗੱਲ ਕਰਕੇ ਵੀ ਇਹ ਹੀ ਲੈਣੇ ਆ ਕੀ ਪਤਾ ਗੱਲ ਬਣ ਜਾਈਂ ਕਈ ਵਾਰ ਸਿੰਗਰ ਵੱਡਾ ਹੁੰਦਾ ਹਾਂਜੀ ਕਈ ਵਾਰ ਆਰਟਿਸਟ ਵੱਡਾ ਹੁੰਦਾ ਕਈ ਵਾਰ ਗਾਣਾ ਵੱਡਾ ਹੁੰਦਾ ਤਾਂ ਬੰਦੇ ਦੇ ਮਨ ਚ ਲਾਲਚ ਤਾਂ ਆ ਜਾਂਦਾ ਫਿਰ ਲਾਲਚ ਦੇ ਵਿੱਚ ਲਿੰਕ ਚਲਾਇਆ ਨਹੀਂ ਕਦੇ ਅ ਇਦਾਂ ਫਰੈਂਡਸ ਮੇਰੇ ਬਹੁਤ ਸਪੋਰਟਿਵ ਆ ਮਾ ਭਾਈ ਗੁਰੂ ਦੀ ਕਿਰਪਾ ਨਾਲ ਜਿਹੜੇ ਵਧੀਆ ਫਰੈਂਡਸ ਹੈਗੇ ਹਮੇਸ਼ਾ ਸਪੋਰਟ ਕਰਦੇ ਆ ਹਨਾ ਤੇ ਨਾਲ ਖੜੇ ਆ ਜਿੱਥੇ ਵੀ ਜ਼ਰੂਰਤ ਪਈ ਆ ਪਰ ਮੈਂ ਕਦੀ ਕਿਹਾ ਨਹੀਂ ਕਿਸੇ ਨੂੰ ਵੀ ਕਿ ਮੈਨੂੰ ਆ ਕਰਾਓ ਆ ਕੰਮ ਕਰਾਓ ਯਾ ਮੈਨੂੰ ਲੱਗੇ ਕਿ ਮੇਰੇ ਬਹੁਤ ক্লোਜ਼ ਆ ਮੈਨੂੰ ਉਹਨਾਂ ਤੇ ٹرسٹ ਆ ਫੇ ਸ਼ਾਇਦ ਮੈਂ ਕਦੀ ਕਿਤੇ ਕਹਿ ਸਕਦੀ ਆ ਪਰ ਮੈਨੂੰ ਲੱਗਦਾ ਅੱਜ ਕੱਲ੍ਹ ਲੋਕ ਕੀ ਤਾਣੇ ਮਾਰ ਦਿੰਦੇ ਆ ਤੇ ਇਹਨੂੰ ਦਰਾਇਆ ਹੀ ਨਾ ਸੋ ਉਹਨਾਂ ਨਾਲੋਂ ਬੈਟਰ ਆ ਕਿ ਠੀਕ ਆ ਸਬਰ ਆ ਤੇ ਜੋ ਦਿੱਤਾ ਆ مالک ਨੇ ਮੈਂ ਉਹ ਚ ਬਹੁਤ ਖੁਸ਼ ਹਾਂ ਤੇ ਮੈਨੂੰ ਪਤਾ ਆ ਕਿ ਅੱਗੇ ਵੀ ਬਹੁਤ ਕੁਝ ਦੇਈ ਜਾਣਾ ਹੈ ਬਾਬਾ ਜੀ ਨੇ ਹਨਾ ਹਮ ਇੱਕ ਤੁਸੀਂ ਇੰਟਰਵਿਊਜ਼ ਬਹੁਤ ਘੱਟ ਕਰ ਰਹੇ ਹੋ ਕਾਰਨ ਕਿਉਂਕਿ ਮੈਂ ਸਰਚ ਕਰ ਰਿਹਾ ਸੀ ਨਾ ਤਾਂ ਬੜੀਆਂ ਚੀਜ਼ਾਂ ਸਾਹਮਣੇ ਆਈਆਂ ਪਹਿਲਾਂ ਤਾਂ ਉਹਦੇ ਬਾਰੇ ਵੀ ਆਪਾਂ ਹੌਲੀ-ਹੌਲੀ ਗੱਲਬਾਤ ਕਰਾਂਗੇ ਅੱਗੇ ਚਲੋ ਵੀ ਇੰਟਰਵਿਊਜ਼ ਘੱਟ ਦੇਣ ਦਾ ਕਾਰਨ ਕਿਉਂਕਿ ਗੱਲ ਤਾਂ ਇੱਕੋ ਹੀ ਹੈ ਰੀਲ ਦੇ ਅੱਗੇ ਵੀ ਤੁਸੀਂ ਕੈਮਰੇ ਦੇ ਅੱਗੇ ਹੋਣਾ ਰੀਲ ਦੇ ਵਿੱਚ ਵੀ ਕੈਮਰਾ ਫੇਸ ਕਰਨਾ ਇੰਟਰਵਿਊਜ਼ ਦੇ ਵਿੱਚ ਵੀ ਕੈਮਰਾ ਫੇਸ ਕਰਨਾ ਵੀ ਕਿਤਨਾ ਕਿਤੇ ਡਰਦੀ ਹਾਂ ਸ਼ਾਇਦ ਵੀ ਆਪਣੇ ਆਪ ਨੂੰ ਵੀ ਮੈਂ ਦਿਖਾਵਾਂ ਕੁਝ ਕਿਸ ਤਰੀਕੇ ਦੀ ਚੀਜ਼ ਨਹੀਂ ਐਵੇਂ ਤਾਂ ਨਹੀਂ ਹੈਗਾ ਡਰ ਤਾਂ ਡਰ ਤਾਂ ਕਿਸ ਚੀਜ਼ ਦਾ ਹਣਾ ਜਦ ਸਾਰਾ ਟਾਈਮ ਕੈਮਰੇ ਅੱਗੇ ਰਹਿਣਾ ਪਰ ਦ ਥਿੰਗ ਇਜ਼ ਕਿ ਹਰ ਚੀਜ਼ ਇੱਕ ਲਿਮਟ ਚ ਵਧੀਆ ਲੱਗਦੀ ਆ ਜੇ ਹੁਣ ਇੰਟਰਵਿਊ ਖੋਲੂੰਗੀ ਤੇ ਉੱਥੇ 50 ਇੰਟਰਵਿਊ ਮੇਰੀਆਂ ਹੀ ਹੋ ਗਈਆਂ ਲੋਕੀ ਕਿੰਨਾ ਕੁ ਸੁਣਨਗੇ ਹਨਾ ਥੋੜਾ ਪਰ ਮਹਿੰਗਾ ਮੈਟਰ ਕਰਦਾ ਆਈ ਥਿੰਕ ਮੈਨੂੰ ਲੱਗਦਾ ਕਿ ਮੈਂ ਹੁਣ 1.5 ਸਾਲ ਬਾਅਦ ਇੰਟਰਵਿਊ ਕੀਤੀ ਆ ਤੇ ਮੈਨੂੰ ਟਰਸਟ ਇਸ਼ੂਸ ਵੀ ਆ ਜਿੱਦਾਂ ਮੈਨੂੰ ਹੁਣ ਐਵੇਂ ਆ ਕਿ ਬੋਲਿਆ ਕੋਸ਼ਾ ਦਿਖਾਣਾ ਕੋਸ਼ਾ ਹੈਨਾ ਤੇ ਮੈਨੂੰ ਚੈਨਲ ਜਾਂ ਕੌਣ ਮੇਰੀ ਇੰਟਰਵਿਊ ਕਰ ਰਿਹਾ ਹੈ ਉਹ ਵੀ ਮੈਟਰ ਕਰਦਾ ਹੈ ਜਣੇ ਹੋ ਤੁਸੀਂ ਸਾਡੇ ਨਾਲ ਇੱਥੇ ਬੈਠੇ ਹੋ ਤਾਂ ਤੁਸੀਂ ਪਹਿਲਾਂ ਸਾਡੇ ਬਾਰੇ ਸਰਚ ਕੀਤਾ ਹੈ ਨਾ ਦਾ ਮਤਲਬ ਮੈਂ ਇਹ ਸਮਝ ਲਵਾਂ ਵੀ ਤੁਸੀਂ ਸਾਡੇ ਚੈਨਲ ਨੂੰ ਦੇਖਿਆ ਵੀ ਕਰਦੇ ਕੀ ਨੇ ਹਾਂਜੀ ਵੀ ਤਾਂ ਕਰਕੇ ਤੁਸੀਂ ਅੱਜ ਸਾਡੇ ਨਾਲ ਬੈਠੇ ਹੋ ਆ ਜੀ 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 ਕਾਂਟ੍ਰੋਵਰਸੀ ਜੀਆ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਐ ਕਿ ਸਿੰਪਲ ਸੋਬਰ ਲਾਈਫ ਠੀਕ ਆ ਇੰਨਾ ਕੀ ਵਧੀਆ ਆ ਹੈਨਾ ਕੀ ਕੀ ਜ਼ਰੂਰਤਾਂ ਮੈਨੂੰ ਫਾਲਤੂ ਦੇ ਵਿੱਚ ਐਵੇਂ ਹਾਲਾ ਲਾਲਾ ਜੀ ਕਰਾਣ ਦੀ ਕੀ ਠੀਕ ਆ ਇੰਨਾ ਠੀਕ ਆ ਆ ਹੋ ਵੀ ਜਾਂਦੀ ਕਦੀ ਗਲਤੀ ਦੇ ਨਾਲ ਪਰ ਦੈਟ ਥਿੰਗ ਇਜ਼ ਕਿ ਲਿमिटेड ਸਾਰਾ ਕੁਝ ਵਧੀਆ ਲੱਗਦਾ ਹਮ ਹੁਣ ਰੀਸੈਂਟ ਕਿਹੜੇ ਕਿਹੜੇ ਪ੍ਰੋਜੈਕਟਸ ਕਰ ਰਹੇ ਹੋ ਫਿਰ ਆਪਾਂ ਪਹਿਲਾਂ ਪ੍ਰੋਜੈਕਟਾਂ ਦੀ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਪ੍ਰੋਜੈਕਟ ਕੋਈ ਸਿੰਗਰ ਨੂੰ ਰਿਵੀਲ ਕਰਨਾ ਹੋਵੇ ਭਾਈ ਇਹਨਾਂ ਨਾਲ ਤਾਂ ਮੇਰਾ ਪ੍ਰੋਜੈਕਟ ਆ ਰਿਹਾ ਇਹ ਕੁਛ ਇਸ ਤਰ੍ਹਾਂ ਦੀ ਚੀਜ਼ ਆ ਹਮ ਐਦਾਂ ਹਾਲੇ ਤੱਕ ਤਾਂ ਨਹੀਂ ਕੋਈ ਪਤਾ ਮੈਨੂੰ ਮੈਂ ਬਲਕਾਰਨ ਕੀ ਲੜਾਂ ਨਾਲ ਤੁਹਾਡੀ ਰੀਸੈਂਟ ਤੁਸੀਂ ਪੋਸਟ ਕੀਤੀ ਸੀ ਫੋਟੋ ਉਹਨਾਂ ਨਾਲ ਕੋਈ ਫਿਰ ਮੂਵੀ ਆ ਰਹੀ ਹੈ ਕਿ ਕੁਝ ਕਿਦਾਂ ਕੀ ਨਹੀਂ ਨਹੀਂ ਗਾਣਾ ਗਾਣਾ ਆ ਰਿਹਾ ਓਕੇ ਹਾਂਜੀ ਵਧੀਆ ਗਾਣਾ ਵੀ ਬਹੁਤ ਸੋਹਣਾ ਗਾਣਾ ਆ ਸੁਣੀਓ ਸਾਰੇ ਜਨਾਂ ਨੇ ਜ਼ਰੂਰ ਹੂੰ ਹੂੰ ਸਭ ਤੋਂ ਪਹਿਲਾ ਗਾਣਾ ਕਿਹੜਾ ਕਰਿਆ ਸੀ ਕੁਛ ਯਾਦ ਹੋਵੇ ਅ ਗੁੱਡ ਲੀਜ਼ ਅਕਤਰ ਨਾ ਡਿਓਰ ਸੀਗਾ ਕਰਨ ਕਰਕੇ ਮੁੰਡਾਇਆ ਠੀਕ ਹੈ ਸਭ ਤੋਂ ਪਹਿਲਾ ਕਰਿਆ ਸੀ ਉਹਦਾ ਗਾਣਾ ਉਹਦੀ ਫਿਰ ਤੁਹਾਡੇ ਤੱਕ ਅਪਰੋਚ ਕਿਵੇਂ ਹੋਈ ਸੀ ਗਾਣੇ ਦੀ ਭਾਈ ਕਾਸਟਿੰਗ ਕਾਸਟਿੰਗ ਵਾਲੀ ਮੇਰੀ ਇੰਸਟਾ ਰੀਲ ਵਧੀਆ ਸੀਗੀ ਅ ਰੀਚ ਵਗੈਰਾ ਵੀ ਵਧੀਆ ਸੀਗੀ ਹਨਾ ਤੇ ਉੱਥੋਂ ਫਿਰ ਅਪਰੋਚ ਆਈ ਸੀਗੀ ਕਿ ਰੀਚ ਕਰਕੇ ਜਿਦਾ ਮਤਲਬ ਨਿਊ ਸਿੰਗਰ ਥੋੜੇ ਉਹ ਕਰ ਦੇ ਨੇ ਹਨਾ ਹੁਣ ਤਾਂ ਪੁਰਾਣੇ ਸਿੰਗਰ ਵੀ ਵਧੀਆ ਸਿੰਗਰ ਵੀ ਰੀਚ ਵਧੀਆ ਹੋਣੀ ਚਾਹੀਦੀ ਆ ਸਾਰਿਆਂ ਦੀ ਮਤਲਬ ਸਿੰਗਰ ਦੀ ਵੀ ਕੁੜੀ ਦੀ ਵੀ ਤੇ ਉਹ ਪ੍ਰੋਫਿਟ ਕਰਦੇ ਆ ਹਰ ਚੀਜ਼ ਦੇ ਵਿੱਚ ਹਨਾ ਹੂੰ ਤੇ ਵਧੀਆ ਰਿਆ ਸੀ ਉਹ ਗਾਣਾ ਵੀ ਵਧੀਆ ਸੀਗਾ ਜਦ ਇਹ ਮਾਡਲਿੰਗ ਦਾ ਸਫਰ ਸ਼ੁਰੂ ਕੀਤਾ ਫਿਰ ਇੱਕ ਬੰਦਾ ਜਿਵੇਂ ਨਾਰਮਲ ਹੀ ਹੈ ਜਿਵੇਂ ਆਪਾਂ ਕੋਈ ਕੰਮ ਸੈੱਟ ਕਰਨਾ ਮੰਨ ਲਓ ਆਪਾਂ ਦੁਕਾਨ ਖੋਲੀ ਤਾਂ ਫਿਰ ਆਪਾਂ ਉਹਦੇ ਪ੍ਰਾਈਸਿੰਗ ਸੈੱਟ ਕਰਦੇ ਹੁੰਦੇ ਆ ਵੀ ਆਪਾਂ ਇੰਨੇ ਦਾ ਵੇਚਾਂਗੇ ਆ ਫਿਰ ਤੁਸੀਂ ਮਨ ਦੇ ਵਿੱਚ ਕਿਵੇਂ ਸੈਟ ਅਪ ਕੀਤਾ ਵੀ ਮੈਂ ਇੰਨੇ ਕੇ ਪੈਸੇ ਲੈਣੇ ਨੇ ਇਹ ਨਾਰਮਲ ਦੀ ਚੀਜ਼ ਆ ਯਾਨੀ ਮੰਨ ਲਓ ਮੈਂ ਹੁਣ ਅੱਜ ਕੋਈ ਕੰਮ ਸ਼ੁਰੂ ਕਰ ਲਿਆ ਤੇ ਮੈਨੂੰ ਕੱਲ ਨੂੰ ਕੋਈ ਅਪਰੋਚ ਕਰਦਾ ਆ ਤਾਂ ਓਬਵੀਅਸਲੀ ਗੱਲ ਆ ਕਿ ਮੈਂ ਪਹਿਲਾਂ ਆਪਣਾ ਰੇਟ ਸੈੱਟ ਕਰੂੰਗਾ ਵੀ ਭਾਈ ਮੈਂ ਤਾਂ ਇੰਨੇ ਦੇ ਵਿੱਚ ਕੰਮ ਕਰੂੰਗਾ ਜਾਂ ਇੰਨੇ ਕੇ ਮੈਨੂੰ ਪੈਸੇ ਮੇਰੀ ਮਿਹਨਤ ਦੇ ਚਾਹੀ ਕਿ ਤੁਸੀਂ ਕਰਦਿਆਂ ਨਾਲ ਡਿਸਕਸ ਕੀਤਾ ਭਰਾ ਨਾਲ ਡਿਸਕਸ ਕੀਤਾ ਕਿਸੇ ਨਾ ਤਾਂ ਡਿਸਕਸ ਕੀਤਾ ਹੋਊਗਾ ਆਪ ਸੋਚਣ ਨਾਲੋਂ ਜਿੱਦਾਂ ਟੀਮ ਹੈਨਾ ਟੀਮ ਥੋੜਾ ਬਹੁਤਾ ਸਾਨੂੰ ਉਹ ਕਰਦੀ ਆ ਕਿ ਡਿਸਕਸ ਕਰ ਲਓ ਕਿ ਇੰਨੇ ਅਸੀਂ ਆ ਬਜਟ ਰੱਖਾਂਗੇ ਅਸੀਂ ਅੱਗੇ ਜਿੱਦਾਂ ਪ੍ਰੋਜੈਕਟ ਕਰਾਂਗੇ ਫੇਰ ਅਸੀਂ ਥੋੜਾ ਜਿਹਾ ਹੋਰ ਅਸੀਂ ਬਜਟ ਨੂੰ ਕਰਾਂਗੇ ਇਨਕਰੀਸ ਹੈਨਾ ਹੌਲੀ 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 ਸਟੈਪ ਬਾਈ ਸਟੈਪ ਜਦੋਂ ਸਾਰਾ ਕੁਝ ਅਸੀਂ ਕਰਦੇ ਆ ਤੇ ਆਪੇ ਸਭ ਕੁਝ ਲੋਟ ਹੋ ਜਾਂਦਾ ਤੁਹਾਡੇ ਘਰੇ ਪਤਾ ਸੀਗਾ ਵੀ ਜਦ ਪਹਿਲਾ ਗਣਾ ਕਰਨ ਲੱਗੇ ਸੀ ਹਾਂਜੀ ਪਰ ਘਰ ਤੋਂ ਮਤਲਬ ਬਿਨਾ ਦੱਸੇ ਮੈਂ ਕੋਈ ਉਦਦਾ ਕਰਦੀ ਨਹੀਂ ਕੁਝ ਵੀ ਘਰੇ ਪਤਾ ਹੁੰਦਾ ਸਾਰਾ ਕੁਝ ਹੂੰ ਕਿ ਚਾਹ ਹੁਣ ਮਾਡਲਿੰਗ ਕਰਨੀ ਸੀ ਤਾਂ ਮਾਡਲਿੰਗ ਦਾ ਪਤਾ ਸੀਗਾ ਹੂੰ ਐ ਸੀ ਕਾਲਾਂ ਪੈਂਦੀਆਂ ਸੀਗੀਆਂ ਪਰ ਠੀਕ ਹੈ ਕਸਟ ਸੀਗਾ ਉਹਨਾਂ ਨੂੰ ਵੀ ਕਿ ਨਹੀਂ ਕੁਛ ਪੁੱਠਾ ਸਿੱਧਾ ਕਰਦੇ। ਜਦ ਤੁਸੀਂ ਬਲੱਡ ਦਾ ਉਹ ਕੈਂਪ ਕਰਾਇਆ ਸੀ ਅਸੀਂ ਵੀ ਪਹੁੰਚੇ ਸੀ ਉੱਥੇ ਤੇ ਮੈਂ ਤੁਹਾਡੇ ਮਦਰ ਨੂੰ ਵੀ ਮਿਲਿਆ ਸੀਗਾ। ਮੈਨੂੰ ਸੁਭਾਅ ਬਹੁਤ ਚੰਗਾ ਲੱਗਿਆ ਉਹਨਾਂ ਦਾ ਜਿਹੜਾ ਟੱਚ ਵਰਡ ਜਦ ਮੈਂ ਮਿਲਿਆ ਹਨਾ ਵੀ ਮੈਨੂੰ ਇੱਕ ਆਪਣਾਪਣ ਜਿਹਾ ਹੁੰਦਾ ਨਾ ਜੇ ਕਿਤੇ ਆਪਾਂ ਜਦ ਜਾਣੇ ਆ ਕਿਸੇ ਦੇ। ਚਲੋ ਆਪਣਾ ਪੰਜਾਬ ਦੀਆਂ ਮਾਵਾ ਪੰਜਾਬ ਦਾ ਕਲਚਰ ਹੀ ਇਦਾਂ ਦਾ ਆ ਕਿ ਆਪਾਂ ਹਰ ਇੱਕ ਬੁੱਕਲ ਦੇ ਵਿੱਚ ਲੈਨੇ ਆ। ਹਾਂ ਪਿੰਡ ਵਾਲੀਆਂ ਨੇ ਫਿਰ ਉਹਨਾਂ ਦਾ ਦਿਲ ਤਾਂ ਬਹੁਤ ਵੱਡਾ ਹੁੰਦਾ ਤੁਹਾਨੂੰ ਪਤਾ ਹੀ ਆ। ਹਾਂ ਪਰ ਮੈਨੂੰ ਕਿਤੇ ਨਾ ਕਿਤੇ ਅੰਟੀ ਥੋੜੀ ਸਟ੍ਰਿਕਟ ਲੱਗੇ ਹੈ ਉਹਦਾ ਲੱਗੇ ਮੈਨੂੰ ਮੜੀ ਬਹੁਤ ਅੱਛਾ ਹਮ ਕਿਹੜੀ ਕਿਹੜੀ ਗੱਲਾਂ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਜਿੱਦਾਂ ਆਈ ਥਿੰਕ ਮੰਮੀਆਂ ਥੋੜੀਆਂ ਜਿਹੜੀਆਂ ਮਾਵਾਂ ਹੁੰਦੀਆਂ ਉਹ ਡਰ ਜਾਂਦੀਆਂ ਨੇ ਕੁੜੀਆਂ ਨੂੰ ਲੈ ਕੇ ਪੋゼਸਿਵ ਹੁੰਦੀਆਂ ਨੇ ਕੀ ਕੀ ਖਾ ਰਹੀਆਂ ਨੇ ਕੀ ਪਾ ਰਹੀਆਂ ਨੇ ਕਿੱਥੇ ਜਾ ਰਹੀਆਂ ਨੇ ਫਰੈਂਡਸ ਕਿੱਦਾਂ ਦੇ ਆ ਫਰੈਂਡ ਸਰਕਲ ਕਿੱਦਾਂ ਦਾ ਆ ਤੇ ਆਈ ਥਿੰਕ ਆਲੂ ਜਦੋਂ ਮੈਂ ਵੀ ਮਾਂ ਬਣਨਾ ਆ ਤੇ ਕੋਈ ਵੀ ਕੁੜੀ ਆ ਜਿਹਨੇ ਮਾਂ ਬਣਨਾ ਆ ਤੇ ਉਹ ਇਹ ਚੀਜ਼ ਮਹਿਸੂਸ ਕਰ ਸਕਦੀ ਆ ਕਿ ਉਹ ਪੋゼਸਿਵਨੈਸ ਕੀ ਆ ਮਾਂ ਦੀ ਕਿਉਂ ਇੰਨੀ ਜ਼ਿਆਦਾ ਤੜਪਦੀ ਆ ਕਿ ਮੇਰੀ ਕੁੜੀ ਦੀਆਂ ਫਰੈਂਡਸ ਕਿੱਥੇ ਨੇ ਕੌਣ ਨੇ ਕੀ ਕਰਦੀਆਂ ਨੇ ਖਾਂਦੀਆਂ ਪੀਂਦੀਆਂ ਦਾ ਨਹੀਂ ਆ ਜਾਂ ਮੁੰਡੇ ਫਰੈਂਡ ਵੀ ਹੈਗੇ ਨੇ ਤੇ ਕੀ ਕਰਦੇ ਨੇ ਕਿ ਵੇਲੇ ਆ ਕੇ ਕੰਮ ਕਰਦੇ ਆ ਬਿਕਾਜ਼ ਵੇਲਾ ਤਮਾਕ ਦਾ ਸ਼ੈਤਾਨ ਦਾ ਹੁੰਦਾ ਹਮੇਸ਼ਾ ਚਾਹੇ ਕੁੜੀ ਆ ਚਾਹੇ ਮੁੰਡਾ ਆ ਹਨਾ ਚਾਹੇ ਤੁਸੀਂ ਸਾਰਾ ਦਿਨ ਕੁਛ ਨਹੀਂ ਕਰਦੇ ਪਰ ਇੱਕ ਜਿਮੀ ਜਾ ਰਹੇ ਆ ਤੇ ਉਹ ਜਿਹੜੀ ਤੁਹਾਡੀ ਜਿਹੜੀ ਕਹਿੰਦੇ ਹੁੰਦੇ ਨੇ 네ਗੇਟਿਵ એનર્ਜੀ ਆ 네ਗੇਟਿਵ ਥਾਟਸ ਆ ਉਹ ਕਿਤੇ ਨਾ ਕਿਤੇ ਉੱਥੇ ਨਿਕਲ ਜਾਂਦੀਆਂ ਹਨਾ ਤੇ ਮੈਟਰ ਕਰਦੀਆਂ ਇਹ ਚੀਜ਼ਾਂ ਬਹੁਤ ਫਿਰ ਤੁਹਾਨੂੰ ਵੀ ਜਦ ਤੁਸੀਂ ਬਾਹਰ ਨਿਕਲਿਓ ਘਰੋਂ ਫਿਰ ਇਹੀ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਦੱਸਿਆ ਨੇ ਵੀ ਫਰੈਂਡਸ ਖਾਂਦੇ ਪੀਂਦੇ ਗੱਪਾਂ ਸ਼ੇੜਾ ਵੀ ਤੁਹਾਡੇ ਤੇ ਵੀ ਲਾਗੂ ਹੋਈਆਂ ਹੋਣਗੀਆਂ ਚੈੱਕ ਹੋਇਆ ਹੋ ਸਾਰਾ ਕੁਝ ਆਰਟੀਕਲ ਨੂੰ ਹਾਂਜੀ ਹੁੰਦਾ ਹੈ ਹਲੇ ਵੀ ਹੁੰਦਾ ਹੈ ਤੇ ਉਹ ਮੈਨੂੰ ਲੱਗਦਾ ਕਿ ਉਹ ਇੱਕ ਦਿ ਮੇਰੀ ਮੰਮੀ ਸਾਵਧਾਨ ਇੰਡੀਆ ਬਹੁਤ ਦੇਖਦੀਆ ਤੇ ਉਹਹੋ ਸਭ ਤੋਂ ਵੱਡਾ ਟਾਰਚਰ ਆ ਤੇ ਕਿਤੇ ਨਾ ਕਿਤੇ ਆਈ ਥਿੰਕ ਉਹਹੋ ਪਹਿਲਾਂ ਤਾਂ ਮੈਂ ਸਾਵਧਾਨ ਇੰਡੀਆ ਹੀ ਬੰਦ ਕਰਾਤਾ ਟੀਵੀ ਹੀ ਉਹ ਚੈਨਲ ਹੀ ਬੰਦ ਕਰਾਤਾ ਕਿ ਜਿਆਦਾ ਹੀ ਮਾਤਾ ਨੇ ਓਵਰ ਪੋゼਸਿਵ ਹੋ ਜਾਣਾ ਹੂੰ ਤੇ ਕਿਤੇ ਨਾ ਕਿਤੇ ਫਿਰ ਮੈਂ ਸਮਝਦੀ ਵੀ ਆ ਕਿ ਚਲੋ ਕਿ ਡੈਡ ਹੈ ਨਹੀਂਗੇ ਤੇ ਉਹਨਾਂ ਨੂੰ ਫਿਰ ਆ ਹੁੰਦਾ ਆ ਕਿ ਉਹ ਹੀ ਮਾਂ ਆ ਉਹ ਹੀ ਪਿਓ ਆ ਤੇ ਇਹ چیزਾਂ ਲੈ ਕੇ ਫਾਦਰ ਸਾਹਿਬ ਦਾ ਕਿਵੇਂ ਕਿਹੜੇ ਸਾਲ ਦੇ ਵਿੱਚ ਉਹਨਾਂ ਨੂੰ 6 ਸਾਲ ਹੋ ਗਏ ਤੇ ਇਦਾਂ ਲੱਗਦਾ ਕਿ ਹਾਲੇ ਵੀ ਸਾਡੇ ਨਾਲ ਹੀ ਨੇ ਹੋਏ ਹਾਂਜੀ ਹਾਂਜੀ ਅਟੈਕ ਹੋ ਗਿਆ ਸੀ ਉਹਨਾਂ ਨੂੰ ਅੱਛਾ ਤੇ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਫਾਦਰ ਸਾਹਿਬ ਨੂੰ ਸੀਗੇ ਜਦੋਂ ਤੁਸੀਂ ਸਫ਼ਰ ਸ਼ੁਰੂ ਕੀਤਾ ਸੀ ਕਿ ਉਦੋਂ ਤੱਕ ਜਾ ਚੁੱਕੇ ਸੀਗੇ ਨਹੀਂ ਮੈਨੂੰ ਉਸ ਤੋਂ ਬਾਅਦ ਸ਼ੁਰੂ ਕੀਤਾ ਤੁਸੀਂ ਹਾਂ ਨਾ ਕਿਵੇਂ ਸਡਨ ਕੋਈ ਕੋਈ ਪ੍ਰੋਬਲਮ ਆ ਗਈ ਸੀ ਹੈਲਥ ਇਸ਼ੂ ਆ ਗਿਆ ਸੀ ਕਿ ਪਹਿਲਾਂ ਤਾਂ ਕੋਈ ਪ੍ਰੋਬਲਮ ਚੱਲ ਰਹੀ ਸੀ ਹਾਂਜੀ ਅਟੈਕ ਆ ਗਿਆ ਸੀ ਉਹਨਾਂ ਨੂੰ ਹਾਰਟ ਅਟੈਕ ਓਕੇ ਹੂੰ ਤੇ ਫਿਰ ਮੈਨੂੰ ਲੱਗਦਾ ਕੋਈ ਉਸ ਟਾਈਮ ਤੋਂ ਬਾਅਦ ਆਪਣੇ ਆਪ ਨੂੰ ਬਾਹਰ ਕੱਢਣਾ ਬੜਾ ਔਖਾ ਹੁੰਦਾ ਹਨਾ ਕਿਉਂਕਿ ਘਰ ਦੇ ਵਿੱਚ ਆ ਆਪਾਂ ਕਹਿੰਦੇ ਸਾਡੇ ਘਰ ਦਾ ਮੁਖੀ ਜੇ ਚਲਾ ਜਾਵੇ ਤਾਂ ਫਿਰ ਪਰਿਵਾਰ ਨੇ ਕਿਵੇਂ ਮੈਨੇਜ ਕੀਤਾ ਸਾਰੇ ਬੜੇ ਜੀਆਂ ਨੂੰ ਤੁਸੀਂ ਸੀ ਵਿੱਚ ਤੁਹਾਡੇ ਤਿੰਨ ਬ੍ਰਦਰ ਤੁਹਾਡੇ ਮਦਰ ਹੂੰ ਹੂੰ ਫੇ ਸਾਰੇ ਨੇ ਮੈਨੇਜ ਕਿ ਕਿਸ ਤਰੀਕੇ ਨਾਲ ਕੀਤਾ ਇੱਕ ਦੂਜੇ ਨੂੰ ਹੱਲਾਸ਼ੇਰੀ ਕਿਵੇਂ ਦਿੱਤੀ ਫਿਰ ਬਹੁਤ ਔਖਾ ਹੁੰਦਾ ਆ ਪਿਓ ਤਾਂ ਕਦੀ ਭੁੱਲਿਆ ਹੀ ਨਹੀਂ ਜਾ ਸਕਦਾ ਹਨਾ ਮਾਪਿਓ ਜਿਹੜੇ ਹੁੰਦੇ ਆ ਤੇ ਨਾ ਹੀ ਉਹਨਾਂ ਦੀ ਕੋਈ ਜਗਾ ਲੈ ਸਕਦਾ ਆ ਚਾਚੇ ਤਾਈ ਸਾਰੇ ਚਲੋ ਵਧੀਆ ਨੇ ਸਾਰੇ ਪਰ ਜਿਹੜਾ ਪਿਓ ਆ ਨਾ ਉਹ ਤਾਂ ਪਿਓ ਆ ਪਿਓ ਆ ਤੇ ਕਹਿੰਦੇ ਹੁੰਦੇ ਪਿਓ ਤਾਂ ਮੰਜੇ ਤੇ ਪਿਆ ਵੀ ਹੱਲਾਸ਼ੇਰੀ ਦਿੰਦਾ ਆ ਬੰਦੇ ਨੂੰ ਕੀ ਹੈਗਾ ਆ ਨਾਲ ਪਿੱਛੇ ਖੜਾ ਤੇ ਕੀ ਬਾਤ ਹੈ ਕਦੇ ਹੁਣ ਚਲੋ ਹਰ ਇੱਕ ਚੀਜ਼ ਮੇਰੇ ਖਿਆਲ ਨਾਲ ਹੁਣ ਤੁਹਾਡਾ ਬਹੁਤ ਸੌਰੀ ਬਹੁਤ ਜਦੋਂ ਜਦੋਂ ਮੇਰੇ ਡੈਡ ਦੀ ਡੈਥ ਹੋਈ ਸੀ ਹਨਾ ਤੇ ਕਸ਼ਕ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਵਿਆਹ ਕਰ ਦੋ ਹੁਣ ਇਹਦਾ ਕੀ ਠੀਕਾ ਪੜਦੀ ਸੀ ਮੈਂ ਉਦੋਂ ਹਨਾ ਤੇ ਬੀਏ ਬੀਏ ਕਰ ਰਹੀ ਸੀਗੀ ਸਟਾਰਟ ਹੀ ਕੀਤਾ ਸੀ ਆਈ ਥਿੰਕ ਤਾਂ ਲੋਕਾਂ ਨੇ ਬਰਡਨ ਹੁੰਦੀਆਂ ਕੁੜੀਆਂ ਕੀ ਬੋਝ ਆ ਹਨਾ ਤੇ ਉਹ ਚੀਜ਼ ਮੇਰੇ ਜ਼ੈਨ ਚ اٹਕ ਗਈ ਸੀ ਕਿ ਇੰਨੀ ਗੱਲ ਕਦੀ ਮੇਰੇ ਪਿਓ ਨੇ ਕਿਥੇ ਸਿਰ ਤੇ ਬਿਠਾ ਕੇ ਰੱਖਣਾ ਇੱਕ ਕੁੜੀ ਨੂੰ ਤਾਜ ਮੰਗੂ ਹਨਾ ਤੇ ਕਿਥੇ ਇਹ ਗੱਲਾਂ ਲੋਕਾਂ ਨੇ ਕਹਿਣੀਆਂ ਰਿਸ਼ਤੇਦਾਰਾਂ ਨੇ ਕਹਿਣੀਆਂ ਕਿ ਇਹ ਬਰਡਨ ਆ ਹਾਂ ਤੇ ਉਹ ਸੋਨਾ ਮੇਰੇ ਲਈ ਜ਼ਹਿਰ ਸੀਗਾ ਤੇ ਉਹ ਚੀਜ਼ ਮੇਰੇ ਦਿਮਾਗ ਚ ਬੈਠ ਗਈ ਸੀ ਕਿ ਨਹੀਂ ਹੁਣ ਇਹਨਾਂ ਦੇ ਮੂੰਹ ਤੋੜਨੇ ਆ ਇੱਕ ਦਿਨ ਇਹਨਾਂ ਨੂੰ ਪਾਲਟਕੇ ਦਿਖਾਣਾ ਆ ਕਿ ਨਹੀਂ ਇਹਨਾਂ ਨੇ ਜੋ ਕੀਤਾ ਆ ਮਨਾਜ ਉਹ ਹੀ ਲੋਕੀ ਚਾਹੇ ਫੋਟੋਆਂ ਕਰਾਉਂਦੇ ਆ ਕੇ ਮਿਲਦੇ ਆ ਜਿਹੜੇ ਲੋਕੀ ਬਰਡਨ ਦੱਸਦੇ ਸੀ ਅੱਜ ਆ ਕੇ ਕਹਿੰਦੇ ਆ ਕਿ ਸਾਡੀ ਕੁੜੀ ਆ ਸੋ ਮਾੜੀ ਸੋਚਿਆ ਮਾੜੀ ਗੱਲ ਆ ਕੁੜੀਆਂ ਨੂੰ ਬਰਡਨ ਦੱਸਣਾ ਹਾਂ ਸ਼ਾਇਦ ਉਹਨਾਂ ਦੇ ਆਪ ਦੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਸੀਗੇ ਕਿ ਅੱਜ ਨੂੰ ਇਹ ਕਰਨਗੇ ਆ ਕਰਨਗੇ ਚਾਹੇ ਜ਼ਮੀਨਾਂ ਆ ਉਹਪਮਾਨਸ਼ੀ ਕਰਦੇ ਹੋਣ दारूਆ ਪੀ ਕੇ ਡਿੱਗਦੇ ਫਿਰਦੇ ਹੋਣ ਜਾਂ ਕੁਝ ਵੀ ਕਰਦੇ ਹੋਣ ਪਰ ਇੱਕ ਕੁੜੀ ਨੂੰ ਤੁਸੀਂ ਬਰਡਨ ਕਹਿੰਦੇ ਹੋ ਹੂੰ ਹੈਨਾ ਤੁਹਾਨੂੰ ਲੱਗਦਾ ਕੋਈ ਵੀ ਕਿਤਨਾ ਕਿਤੇ ਚਾਹੇ ਜਿੰਨਾ ਮਰਜ਼ੀ ਆਪਾਂ ਅਡਵਾਂਸ ਹੋ ਗਏ ਜਿੰਨਾ ਮਰਜ਼ੀ ਮੁਲਕ ਆਪਣੇ ਨੇ ਤਰੱਕੀ ਕਰ ਲਈ ਪੰਜਾਬ ਨੇ ਤਰੱਕੀ ਕਰ ਲਈ ਆਪਾਂ ਕਹਿੰਦੇ ਆਪਾਂ ਮਾਡਰਨ ਟੈਕਨੀਕਸ ਦੇ ਵਿੱਚ ਆ ਗਏ ਤਕਨੀਕ ਨਵੀਂ ਵੱਧ ਗਈ ਹੂੰ ਹੂੰ ਪਰ ਕਿਤਨਾ ਕਿਤੇ ਲੋਕਾਂ ਦੀ ਸੋਚ ਜਿਹੜੀ ਇੱਕ ਮੁੰਡੇ ਤੇ ਕੁੜੀ ਦੇ ਕੰਪੈਰੀਸ਼ਨ ਨੂੰ ਲੈ ਕੇ ਚਾਹੇ ਬੇਸ਼ੱਕ ਆਪਾਂ ਕਹੀਏ ਵੀ ਮੁੰਡਾ ਕੁੜੀ ਬਰਾਬਰ ਨੇ ਬਰਾਬਰ ਨੇ ਪਰ ਹਜੇ ਵੀ ਮਨਾਂ ਦੇ ਵਿੱਚ ਉਹ ਚੀਜ਼ਾਂ ਉਦਾਂ ਹੀ ਨੇ ਤੁਸੀਂ ਮਾਰਦੇ ਬਹੁਤ ਜ਼ਿਆਦਾ ਆ ਹੱਲੇ ਤੱਕ ਵੀ ਆਈ ਥਿੰਕ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਲੋਕੀ ਅੱਗੇ ਵਧੀ ਜਾਂਦੇ ਆ ਤੇ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗਾਂ 'ਚ ਇਹ ਚੀਜ਼ਾਂ ਨਿਕਲ ਹੀ ਨਹੀਂ ਰਹੀਆਂ ਹੋਰ ਜ਼ਿਆਦਾ ਇਸ ਗੱਲ ਤੇ ਫੋਕਸ ਕਰ ਰਹੇ ਆ ਕਿ ਨਹੀਂ ਕੁੜੀਆਂ ਅੱਗੇ ਨਹੀਂ ਵੱਤ ਸਕਦੀਆਂ ਕਿਤੇ ਕਿਤੇ ਕੋਸ਼ ਜਗ੍ਹਾ ਦੀ ਵਿੱਚ ਆਈ ਥਿੰਕ ਬਹੁਤ ਹੈਗਾ ਹੱਦ ਤੱਕ ਤੇ ਉਹ ਚੀਜ਼ਾਂ ਬਹੁਤ ਮੈਂਟਲ ਟੌਰਚਰ ਕਰਦੀਆਂ ਆ ਕੁੜੀਆਂ ਨੂੰ ਹਾਂ ਨਹੀਂ ਹੋਣੀ ਚਾਹੀਦੀ ਇਹ ਚੀਜ਼ਾਂ ਹਾਂ ਤੇ ਮੈਨੂੰ ਲੱਗਦਾ ਕਿ ਪਿਓ ਤੋਂ ਵੱਧ ਤੁਹਾਡਾ ਕੋਈ ਬੈਸਟ ਫਰੈਂਡ ਨਹੀਂ ਹੁੰਦਾ ਹਨਾ ਕਿ ਮੇਰੇ ਲਈ ਤਾਂ ਮਤਲਬ ਮੇਰੀ ਡੈਡ ਇਦਾਂ ਸੀ ਕਿ ਹਰ ਚੀਜ਼ ਮੈਂ ਸ਼ੇਅਰ ਕਰਨੀ ਕੋਈ ਵੀ ਆ ਤੇ ਕੋਈ ਵੀ ਟੌਪਿਕ ਤੇ ਅਸੀਂ ਡਿਸਕਸ ਕਰਨਾ ਕਿ ਪਾਪਾ ਐਵੇਂ ਆ ਐਵੇਂ ਆ ਐਵੇਂ ਆ ਫਿਰ ਹਰ ਚੀਜ਼ ਉਹਨਾਂ ਨੇ ਮੈਨੂੰ ਸਿਖਾਈ ਕਿ ਜਦੋਂ ਉਹਨਾਂ ਨੇ ਖੇਤਾਂ 'ਚ ਜਾਣਾ ਤੇ हां ਮੈਂ ਟਰੈਕਟਰ ਦੀ ਵੀ ਵੀਡੀਓ ਵੀ ਦੇਖੀ ਸੀ ਟਰੈਕਟਰ ਵੀ ਚਲਾ ਲੈਨੇ ਹਾਂ ਹਾਂਜੀ ਤੇ ਉਹਨਾਂ ਨੇ ਮੈਨੂੰ ਖੇਤਾਂ 'ਚ ਲੈ ਕੇ ਜਾਣਾ ਜੀ ਮੀ ਉਹਨਾਂ ਨੇ ਬੱਟਾਂ ਕਰਨੀਆਂ ਹਨਾ ਬੱਟ ਬਣਾਉਂਦੇ ਨਹੀਂ ਬੱਟਾ ਬਣਾਉਂਦੇ ਨੇ ਹਾਂਜੀ ਉਹਨਾਂ ਨੇ ਮੈਨੂੰ ਨਾਲ ਲੈ ਕੇ ਜਾਣਾ ਅਸੀਂ ਇਹ ਨਹੀਂ ਕੀ ਉਹਨਾਂ ਨੇ ਮੈਨੂੰ ਕੁੜੀ ਕੁੜੀ ਵਾਂਗ ਕਦੀ ਟ੍ਰੀਟ ਨਹੀਂ ਮੇਰਾ ਪੁੱਤ ਆ ਇਹ ਮੇਰਾ ਮੁੰਡਾ ਆ ਇਹ ਤੇ ਯਾਨੀ ਆਪਾਂ ਕਹਿ ਸਕਦੇ ਹਾਂ ਵੀ ਤੁਹਾਡੇ ਫਾਦਰ ਸਾਹਿਬ ਨੇ ਇਹ ਨਹੀਂ ਸੀ ਕਦੇ ਸੋਚਿਆ ਵੀ ਤਿੰਨ ਮੁੰਡੇ ਤੇ ਇੱਕ ਧੀ ਆ ਉਹਨਾਂ ਨੇ ਇਹ ਸੋਚਿਆ ਵੀ ਮੇਰੇ ਚਾਰ ਪੁੱਤ ਨੇ ਚਾਰ ਪੁੱਤ ਨੇ ਤੇ ਸਭ ਤੋਂ ਜ਼ਿਆਦਾ ਪਿਆਰ ਮੈਨੂੰ ਮਿਲਿਆ ਆ ਜਿਹੜੀ ਚੀਜ਼ ਵੀ ਮੈਂ ਕਹਿਣੀ ਉਹ ਮੇਰੇ ਕਹਿਣ ਤੋਂ ਪਹਿਲਾਂ ਘਰੇ ਹੁੰਦੀ ਸੀਗੀ ਅੱਛਾ ਆਪਾਂ ਚਲੋ ਉਹਨਾਂ ਨੂੰ ਹੁਣ ਮੈਮਰੀਜ਼ 'ਚ ਯਾਦ ਕਰਦੇ ਹਾਂ ਨਾ ਜੀ ਕਦੇ ਘਰੇ ਗੱਲਾਂ ਬਾਤਾਂ ਵੀ ਤੁਰਦੀਆਂ ਹੋਣਗੀਆਂ ਕਦੇ ਹਾਸੇ ਖੇੜੀ ਵਾਲੀ ਵੀ ਗੱਲ ਕਰੇ ਬੰਦਾ ਸੁਣਾ ਦਿੰਦਾ ਕਈ ਵਾਰ ਤੁਹਾਡੇ ਮਦਰ ਤੁਹਾਨੂੰ ਸੁਣਾਉਦੇ ਹੋਣਗੇ ਤੁਹਾਡੇ ਫਾਦਰ ਸਾਹਿਬ ਦੀਆਂ ਗੱਲਾਂ ਕੋਈ ਕੋਈ ਸ਼ੇਅਰ ਕਰਨੀ ਚਾਹੁੰਦੇ ਹੋ ਕਿਉਂਕਿ ਹੁਣ ਤੁਹਾਡੇ ਮਦਰ ਵੀ ਦੇਖ ਰਹੇ ਹੋਣਗੇ ਇਸ ਵੀਡੀਓ ਨੂੰ ਕਈ ਵਾਰ ਨਾ ਇਦਾਂ ਹੋ ਜਾਂਦਾ ਗੋਰੀ ਕਿ ਆਪਾਂ ਜਦ ਫੈਮਿਲੀ ਇਕੱਠੀ ਬੈਠੀ ਹੁੰਦੀ ਆ ਸਾਰੀ ਆਪਣੇ ਰਿਸ਼ਤੇਦਾਰ ਆਏ ਹੁੰਦੇ ਨੇ ਫਿਰ ਆਪਾਂ ਗੱਲਾਂ 'ਚ ਗੱਲਾਂ ਨਿਕਲ ਆਉਂਦੀਆਂ ਨੇ ਵੀ ਗੋਰੀ ਤੇਨੂੰ ਪਤਾ ਨਹੀਂ ਤੂੰ ਛੋਟੀ ਸੀ ਉਦੋਂ ਤੇਰੇ ਪਾਪਾ ਤਾਂ ਐ ਵੀ ਕਰਦੇ ਹੁੰਦੇ ਸੀ ਕੁਝ ਇਦਾਂ ਦੀ ਚੀਜ਼ਾਂ ਤੁਹਾਨੂੰ ਸੁਣਾਉਦੇ ਹੋਣਗੇ ਬੈਠੇ ਬੈਠੇ ਮੈਂ ਤੁਹਾਨੂੰ ਤੇ ਤੁਹਾਡੇ ਬ੍ਰਦਰਸ ਨੂੰ ਮੱਖਣ ਬਹੁਤ ਖਾਂਦੇ ਸੀਗੇ ਤੇ ਜਦੋਂ ਕੱਪੜੇ ਧੋਣੇ ਤੇ ਉਹ ਜੇਬਾਂ ਤੋਂ ਨਿਕਲਣਾ ਆਪਣੇ ਪੰਜਾਬੀ ਤੁਹਾਨੂੰ ਪਤਾ ਹੀ ਆ ਕਿ ਉਹ ਮੱਖਣ ਤੋਂ ਬਿਨਾ ਨਹੀਂ ਰਹਿ ਸਕਦੇ ਉਹ ਅੱਜ ਕੱਲ ਹੋਣ ਹੈਗੀਆਂ ਕਈ ਬਰੈਡਾਂ ਜਿਹੜੀਆਂ ਖਾਂਦੀਆਂ ਹੀ ਨਹੀਂ ਹੈਗੀਆਂ ਨਾ ਮੱਖਣ ਨਾ ਕਿਉਂ ਨਾ ਲੱਸੀ ਪਤਾ ਹੀ ਨਹੀਂ ਪਚਦਾ ਹੀ ਨਹੀਂ ਕਹਿੰਦੇ ਪਚਦਾ ਹੀ ਨਹੀਂ ਹੈਗਾ ਹਨਾ ਪਰ ਜਿਹੜੇ ਪਿੰਡਾਂ ਵਾਲੇ ਆ ਹੁਣ ਸਾਡੇ ਵਰਗੇ ਅਸੀਂ ਪਿੰਡਾਂ ਚ ਰਹੇ ਆ ਸ਼ੁਰੂ ਤੋਂ ਹਨਾ ਤੇ ਕੋਈ ਵੀ ਦਾਲ ਖਾਣੀ ਸਬਜੀ ਖਾਣੀ ਮਾਤਾ ਨੇ ਪਹਿਲਾਂ ਚਾਰ ਪੰਜ ਅਮਜੁੱਤੇ ਕੀ ਹੋਦੇ ਪਾਣੀ ਆ ਹਨਾ ਤੇ ਸਾਡੇ ਘਰੇ ਜਾਂ ਸਰੋਂ ਦਾ ਤੇਲ ਯੂਜ਼ ਹੁੰਦਾ ਹੂੰ ਤੇ ਜਾਂ ਫਿਰ ਦੇਸੀ ਕੇ ਤੇ ਮਤਲਬ ਰਿਫਾਈਨ ਨਹੀਂ ਬਰਦਾ ਰਿਫਾਈਨ ਬਹੁਤ ਘੱਟ ਬਹੁਤ ਰੇਅਰ ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਬਹੁਤ ਵਧੀਆ ਨੇ ਹੁਣ ਮੈਂ ਆ ਮੈਂ ਚੀਨੀ ਦੀ ਜਗ੍ਹਾ ਸ਼ੱਕਰ ਜਾਂ ਗੋੜ ਪ੍ਰੇਫਰ ਕਰਦੀ ਆ ਹਮ ਤੇ ਕੁਕ ਹੋ ਗਿਆ ਜਾਂ ਸਟਿੰਗ ਸਟੰਗ ਜਾਂ ਰੈਡ ਬੁੱਲ ਦਾ ਤਾਂ ਮੈਨੂੰ ਟੇਸਟ ਹੀ ਨਹੀਂ ਪਤਾ ਕਿ ਕਿੱਦਾਂ ਦਾ ਹੁੰਦਾ ਹਮ ਇਹ ਚੀਜ਼ਾਂ ਤੋਂ ਆਮ ਹੈਪੀ ਕਿ ਮੇਰੇ ਘਰ ਦੇ ਦੂਰ ਨੇ ਮਾੜੀਆਂ ਨੇ ਹਮ ਯਾਨੀ ਤੁਹਾਡੇ ਫਾਦਰ ਸਾਹਿਬ ਨੂੰ ਮੱਖਣ ਦਾ ਸ਼ੌਂਕ ਸੀ ਜ਼ਿਆਦਾ ਜੀ 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 ਵੀ ਉਹ ਜੇਬਾਂ ਚੋਂ ਵੀ ਨਿਕਲਦਾ ਸੀ ਉਹ ਮੱਖਣ ਅੱਛਾ ਹਾਂਜੀ ਕੀ ਬਾਤ ਹੈ ਤੇ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਟਰੈਕਟਰ ਤੁਹਾਨੂੰ ਥੋਡੇ ਕਹੇ ਤੇ ਸਿਖਾਇਆ ਸੀ ਕਿ ਆਪ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਵੀ ਚੱਲ ਪੁੱਤ ਬੈਠ ਕਾਠੀ ਤੇ ਵੀ ਚਲਾੜ ਸੀਟ ਤੇ ਬੈਠ ਕੇ ਚਲਾ। ਮੈਨੂੰ ਆਈ ਥਿੰਕ ਮੈਨੂੰ ਇਹ ਸ਼ੁਰੂ ਤੋਂ ਸ਼ੌਂਕ ਸੀਗਾ। ਜੀ ਜਿੱਦਾਂ ਮੇਰੇ ਬ੍ਰਦਰਸ ਜੋ ਕਰਦੇ ਸੀਗੇ ਹੁਣ ਮੈਨੂੰ ਟ੍ਰੀਟ ਹੀ ਹਮੇਸ਼ਾ ਮੈਂ ਰਹੀ ਤਿੰਨਾ ਭਰਾਵਾਂ ਨਾਲ। ਤਿੰਨਾ ਭਰਾਵਾਂ ਨਾਲ ਰਹੀਆਂ ਤੇ ਉਹੀ ਜੋ ਮਤਲਬ ਮੁੰਡਿਆਂ ਨੇ ਕਰਨਾ, ਘੁੰਮਣਾ, ਫਿਰਨਾ, ਖਾਣਾ-ਪੀਣਾ ਉਹ ਤਾਂ ਦੀਆਂ ਯਾਦ ਤਾਂ ਤੇ ਹੁਣ ਵੀ ਕਿਤੇ ਨਾ ਕਿਤੇ ਹਰਕਤਾਂ ਹੋਈ ਨੇ ਕਿ ਮੁੰਡਿਆਂ ਵਾਲੀਆਂ हां मैं देखी थी एक रील आज उन्होंने दिवाली निकली है कि के कहते हैं इन्हें अस्त्रबाजियां कहते हैं और दे, दे नहीं, नहीं, मैं देखी थी वो रील अपन ਨਾਲ چلا ਵੀ ਦਵਾਂਗੇ ਤੇ ਅਸਤਬਾਜੀ ਤੁਸੀਂ ਆਏ ਹੱਥ ਦੇ ਵਿੱਚ ਫੜ ਕੇ ਚਲਾ ਰਹੇ ਹੋ ਨਹੀਂ ਨਹੀਂ ਮੈਂ ਨਹੀਂ ਚਲਾਈ ਨਾ हां ਉਹ سوشل میڈیا ਤੇ ਪਈ ਆ ਉਹ ਤਾਂ ਤੁਸੀਂ ਜਾਣਹੇ ਤੇ ਵਿੱਚ ਜਾਰੀ ਕੀਤੀ ہوئی ਆ ਉਹ ਤੁਸੀਂ ਕਿਵੇਂ ਮੁੱਕਰ ਸਕਦੇ ਹੋ ਉਹ ਤੁਸੀਂ ਮਲਕੀ ਸ਼ੌਂਕ ਹੈ ਨਹੀਂ ਸ਼ੁਰੂ ਤੋਂ ਪੁੱਠੇ ਹੀ ਨੇ ਜੇ ਮੈਂ ਐਵੇਂ ਪੰਜਾਬੀ ਚ ਕਰਾਂ ਹਾਂ ਜੀ ਵੀ ਮੁੰਡੇ ਵਾਲੀ ਮੁੰਡੇ ਨੂੰ ਤਾਂ ਕਹਿ ਦਿੰਦੇ ਨੇ ਤਾਂ ਪੁੱਠੇ ਸ਼ੌਂਕ ਨੇ ਮੈਂ ਨਾ ਜਦੋਂ 8th ਕਲਾਸ ਚ ਹੁਣੀ ਤੇ ਸਾਡੇ ਡਰਾਈਵਰ ਕਿਤੇ ਕਦੀ ਕਿਤੇ ਕੰਮ ਤੇ ਚੱਲ ਗਏ ਜਾਂ ਕੋਸ਼ਾ ਤੇ ਮੈਨੂੰ ਮੇਰੇ ਡੈਡੀ ਨੇ ਕਹਿਣਾ ਕਿ ਮੈਂ ਖੇਤਾਂ 'ਚ ਆ ਤੇ ਉਹ ਉੱਥੋਂ ਮਤਲਬ ਬਾਈਕ ਤੇ ਚੱਲ ਜਾਂਦੇ ਹੁੰਦੇ ਸੀ ਜੇ ਕਿਤੇ ਦਰਦਰ ਹੋਣ ਤੇ ਵੀ ਤੁਸੀਂ ਟਰੈਕਟਰ ਲੈ ਕੇ ਆ ਜਾਓ ਜਨਰੇਟਰ ਪਾ ਕੇ ਪਿੱਛੇ ਇਹ ਕਿਹਨੂੰ ਤੁਹਾਨੂੰ ਕਹਿੰਦੇ ਸੀ ਮੈਨੂੰ ਤੇ ਮੈਂ ਕਹਿਣਾ ਕਿ ਹੁਣ ਮਤਲਬ ਜਦ ਤੁਸੀਂ ਵੱਡੇ ਹੋ ਜਾਂਦੇ ਹੋ ਫੇ ਥੋੜੀ ਸੰਗ ਆਣ ਲੱਗ ਜਾਂਦੀਆਂ ਹਨਾ ਤੇ ਮੈਂ ਕਹਿੰਦਾ ਕਿ ਨਹੀਂ ਮੈਂ ਨਹੀਂ ਆਣਾ ਵੀ ਲੋਕੀ ਦੇਖਦੇ ਆ ਮੈਂ ਮੂੰਹ ਬਨ ਕੇ ਵੀ ਜਾਣਾ ਤਾਂ ਵੀ ਲੋਕਾਂ ਨੇ ਵਿਚਾਲਣਾ ਵੀਰਦੀ ਦੀ ਕੁੜੀ ਗਈ ਟਰੈਕਟਰ ਲੈ ਕੇ ਅੱਛਾ ਤੁਸੀਂ ਖੇਤਾਂ ਦੇ ਟਰੈਕਟਰ ਲੈ ਕੇ ਚਲੇ ਜਾਂਦੇ ਸੀ ਕੱਲੇ ਹਾਂਜੀ ਕੋਈ ਬ੍ਰਦਰ ਨਾਲ ਨਹੀਂ ਨਹੀਂ ਕਮਾਲ ਕਿਹੜੇ ਕਿੰਨੇ ਸਾਲ ਦੇ ਸੀ ਏਜ ਕਿੰਨੀ ਸੀ ਜਦ ਟਰੈਕਟਰ ਸਿੱਖਿਆ 8th 9th ਚ ਕੀ ਐ ਜੋਗੀ ਉਹ ਦੋ ਦੋ ਤੇ ਉਦੋਂ ਮੇਰੇ ਬ੍ਰਦਰਸ ਨੇ ਮੈਨੂੰ ਕਾਰ ਸਿਖਾਈ ਸੀ ਟਰੈਕਟਰ ਜੌਂਡੀਅਰ ਸੀ ਪਹਿਲਾਂ ਫੇ ਸੁਰਰਾਜ ਵੀ ਸੀਗਾ ਹੂੰ ਬਦਲਦੇ ਰਹੇ ਟਰੈਕਟਰ ਦਾ ਸ਼ੁਰੂਆਤ ਯਾਨੀ ਪਹਿਲਾ ਜੌਂਡੀਅਰ ਸਿੱਖਿਆ ਸਵਰਾਜ ਸਵਰਾਜ ਸਿੱਖਿਆ ਪਹਿਲਾਂ ਠੀਕ ਹੈ ਤੇਰੋਂ ਤੋਂ ਬਾਅਦ ਅਸੀਂ ਜੌਂਡੀਅਰ ਲਿਆ ਸੀ ਤੇ ਜਦੋਂ ਫਿਰ ਮਾਰਕੀਟ ਤੇ ਜਾਂਦੇ ਸੀਗੇ ਮੈਂ ਆਪਾਂ ਉਦੋਂ ਜਦ ਅੰਟੀ ਜੀ ਉਹਨਾਂ ਨਾਲ ਬੈਠੇ ਸੀ ਡਿਸਕਸ ਆਪਣੀ ਇਹੀ ਗੱਲਾਂ ਬਾਤਾਂ ਚੱਲਦੀਆਂ ਸੀ ਜਦ ਵੀ ਤੁਸੀਂ ਦੱਸਿਆ ਸੀ ਵੀ ਟਰੈਕਟਰ ਲੈ ਕੇ ਜਾਂਦੇ ਸੀ ਹਾਂਜੀ ਤਾਂ ਤੁਹਾਡਾ ਨਾਂ ਕਹਿੰਦੇ ਹੋਰ ਵੀ ਪਕਾਇਆ ਹੋਇਆ ਸੀਗਾ ਪਿੰਡ ਵਾਲੇ ਨੇ ਆ ਤੁਹਾਡੇ ਸ਼ਾਇਦ ਕਿ ਤੁਸੀਂ ਰਹਿੰਦੇ ਸੀ ਮਿਰਦੀ ਦੀ ਆਫਤ ਮਿਰਦੀ ਦੀ ਆਫਤ ਇਹ ਜ ਇਸ ਤੋਂ ਪਹਿਲਾਂ ਮਤਲਬ ਕਿ ਫਿਰ ਤੁਸੀਂ ਪੰਗੇ ਪੰਗੇ ਲਏ ਹੋਣਗੇ ਨਹੀਂ ਐਦਾਂ ਤਾਂ ਨਹੀਂ ਬਾਈਕ ਚਲਾਉਂਦੀ ਸੀ ਜਦੋਂ ਮਤਲਬ ਮੈਂ ਬੋਲਟ ਚਲਾਉਂਦੀ ਸੀ ਤੇ ਉਦੋਂ ਸਾਰੇ ਕਹਿੰਦੇ ਸੀ ਕਿ ਇਹਨੇ ਤਾਂ ਲਿਆ ਕੇ ਮਰ ਮੁਰ ਜਾਣਾ ਹੀ ਫੇਰ ਨੂੰ ਹਟਾ ਲਓ ਤੇ ਕੁੜੀ ਛੋਟੀ ਆ ਬੋਲਟ ਡੇਂਜਰਸ ਆ ਤੇ ਕਿਤੇ ਐਵੇਂ ਲੱਤ ਮਾਰ ਨਾ ਤੜਾਵੇ ਮੈਂ ਕਿੱਥੇ ਹਟਦੀ ਫਿਰ ਬੋਲਟ ਥੋੜੇ ਬ੍ਰਦਰ ਦਾ ਸੀਗਾ ਕਿ ਥੋੜੇ ਫਾਦਰ ਸਾਹਿਬ ਦਾ ਸੀਗਾ ਡੈਡੀ ਫਾਦਰ ਸਾਹਿਬ ਦਾ ਸੀ ਬੋਲਟ ਇਹਨਾਂ ਨੂੰ ਸ਼ੌਂਕ ਸੀ ਬਹੁਤ ਇਹ ਚੀਜ਼ਾਂ ਦਾ ਚਿਰਦਾਈ ਮੈਨੂੰ ਲੱਗਦਾ ਜ਼ਿਆਦਾਤਰ ਮੁੰਡਿਆਂ ਨੂੰ ਯਾ ਆਪਣੇ ਪੰਜਾਬੀਆਂ ਨੂੰ ਤਾਂ ਆਪਣੇ ਉਹਨਾਂ ਦੀਆਂ ਗੱਡੀਆਂ ਨਾਲ ਯਾ ਆਪਣਾ ਜਿਹੜੇ ਜੱਟ ਜ਼ਿਮੀਦਾਰ ਨੇ ਉਹਨਾਂ ਨੂੰ ਤਾਂ ਆਪਣੇ ਸੰਦਾ ਨਾਲ ਬੜਾ ਪਿਆਰ ਹੁੰਦਾ ਹੈ ਹਨਾ ਉਹ ਬੜਾ ਲਿਸ਼ਕਾ ਕੇ ਟਰੈਕਟਰਾਂ ਨੂੰ ਬੜਾ ਟਰਾਲੀਆਂ ਨੂੰ ਬੜਾ ਲਿਸ਼ਕਾ ਲਿਸ਼ਕਾ ਕੇ ਰੱਖਦੇ ਨੇ ਜੀ 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 ਤੁਸੀਂ ਸਭ ਤੋਂ ਪਹਿਲਾਂ ਫਿਰ ਬੁਲਟ ਸਿੱਖਿਆ ਸੀ ਸਭ ਤੋਂ ਪਹਿਲਾਂ ਵੀਕਲ ਕਿਹੜਾ ਸਿੱਖਿਆ ਸੀ ਸਕੂਟੀ ਸਪਲੈਂਡਰ ਸਪਲੈਂਡਰ ਸਿੱਖਿਆ ਸੀ ਹੂੰ ਅੱਛਾ ਇੱਕ ਸੱਚ ਹਾਂ ਆ ਰੀਲ ਇੱਕ ਮੈਂ ਦੇਖੀ ਥੋਡੀ ਤੁਸੀਂ ਇਸ ਸਪਲੈਂਡਰ ਤੇ ਪਾਈ ਹੋਈ ਆ ਚੇਨ ਪਿੱਛੇ ਨੂੰ ਕਰੀ ਹੋਈ ਆ ਟੋਪੀ ਮੈਂ ਵੇਖ ਰਿਹਾ ਸੀਗਾ ਮੈਂ ਕਿਹਾ ਵੀ ਇਹ ਮੈਨੂੰ ਲੱਗਦਾ ਸ਼ੌਂਕ ਫਿਰ ਉਦੋਂ ਦੀ ਪਾਲੇ ਹੋਏ ਨੇ ਜੀ ਸਪਲੈਂਡਰ ਵਾਲੇ ਜਿਹੜੇ ਸ਼ੁਰੂ ਤੋਂ ਨੇ ਉਹ ਹੁਣ ਤੱਕ ਵੀ ਨੇ ਐ ਨਹੀਂ ਕਿ ਚੇਂਜ ਹੋਈਆਂ ਮੈਂ ਕਈ ਵਾਰੀ ਮੇਰੇ ਕਈ ਫਰੈਂਡਸ ਹੈਗੇ ਆ ਜਿੱਦਾਂ ਥੋੜੇ ਜੇ ਉਹਨਾਂ ਨੇ ਮੈਨੂੰ ਕਹਿਣਾ ਯਾਰ ਤੂੰ ਸਪਲੈਂਡਰ ਤੇ ਵੀਡੀਓ ਪਾਈ ਜਾਨੀ ਤੂੰ ਪਾਗਲਾ ਕੀ ਕਰ ਜਾਨੀ ਆ ਤੂੰ ਆਪਣੀ ਪ੍ਰੋਫਾਈਲ ਦੀ I don't care ਮੈਨੂੰ ਪਸੰਦ ਆਇਆ ਤਾਂ ਮੈਂ ਕਰ ਰਹੀ ਹਾਂ ਐਂਡ ਮਾੜਾ ਹੈ ਉਹ ਮੈਨੂੰ ਲੱਗਦਾ ਆਈ ਥਿੰਕ ਸਭ ਤੋਂ ਕੰਫਰਟੇਬਲ ਬਾਈਕ ਉਹ ਹੋਊਗਾ ਜੇ ਤੁਸੀਂ ਐਵਰੀ ਡੇ ਯੂਜ਼ ਕਰਨੀ ਹੋ ਤਾਂ ਜਿੱਦਾਂ ਜਿਹੜੇ ਕੰਮ ਕਰਦੇ ਨੇ ਜਾਂ ਉਹ ਤਾਂ ਵੀ ਤੇ ਮੈਂ ਵੈਸੇ ਵੀ ਕਦੀ ਇਦਾਂ ਚੀਜ਼ਾਂ ਨੂੰ ਕਦੀ ਐ ਨਹੀਂ ਸੋਚਿਆ ਕਿ ਅੱਛਾ ਇਹਨਾ ਮੇਰਾ ਸਟੈਂਡਰਡ ਲੋ ਹੋਊਗਾ ਤੁਸੀਂ ਆਪਣਾ ਨਾਮ ਹੀ ਇਦਾਂ ਦਾ ਕਰ ਲਓ ਕਿ ਜਿਹੜੀ ਚੀਜ਼ ਤੇ ਤੁਸੀਂ ਬੈਠਦੇ ਹੋ ਉਹਦੀ ਕੀਮਤ ਵੱਜ ਜਾਵੇ ਹਨਾ ਕਿਹੜੀ ਚੀਜ਼ ਨਾਲ ਤੁਸੀਂ ਆਪਣੇ ਆਪ ਨੂੰ ਨਾਮ ਬਣਾਓ ਇਹ ਨਹੀਂ ਕਿ ਕਿਸੇ ਚੀਜ਼ ਦੇ ਨਾਲ ਆਪਣਾ ਨਾਮ ਬਣਾਓ ਕਿ ਮੈਂ ਮਹਿੰਗੀ ਗੱਡੀ ਰੱਖਾਂ ਫੇ ਮੈਨੂੰ ਲੋਕੀ ਸਲਾਮ ਮਾਰਨ ਨਹੀਂ ਤੂੰ ਹੀ ਮਹੰਗੇ ਬਣੋ ਤੁਸੀਂ ਆਪ ਕੀ ਕਰ ਰਹੇ ਹੋ ਐਂਡ ਮਹੰਗੇ ਬੰਨਾ ਇਨੀ ਹੀ ਮੈਂ ਬਹੁਤ ਫੇਮਸ ਹੋ ਜਾਮਾ ਆਈ ਥਿੰਕ ਇੱਕ ਚੰਗਾ ਇਨਸਾਨ ਬੰਨਾ ਹੀ ਬਹੁਤ ਇੰਪੋਰਟੈਂਟ ਹੁੰਦਾ ਸਭ ਤੋਂ ਪਹਿਲਾਂ ਜੇ ਮੈਂ ਇਥੇ ਵਧੀਆ ਬੋਲ ਰਹੀ ਆ ਬਟ ਲੋਕਾਂ ਨੂੰ ਮੈਂ ਟਿਚ ਨਹੀਂ ਜਾਂਦੀ ਤੇ ਉਹ ਵੀ ਫੇਰ ਹਰ ਦੂਰਾਂਤ ਵਾਲੀ ਗੱਲ ਹੀ ਆ ਬਿਲਕੁਲ 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 ਤੇ ਸਾਡੇ ਐਂ ਕਹਿੰਦੇ ਕਿ ਕਹਿੰਦੇ ਗੁਰਦੁਆਰੇ ਜਾਣਾ ਰੋਜ਼ ਹਨਾ ਅਸੀਂ ਰੱਬ ਨੂੰ ਮੰਨਣਾ ਤੇ ਦਿਖਾਵਾ ਕਰਨਾ ਲੋਕਾਂ ਸਾਹਮਣੇ ਚੰਗੀ ਹੋਣ ਦਾ ਉਹ ਸਿਰਫ ਲੋਕਾਂ ਨੂੰ ਪਤਾ ਆ ਰੱਬ ਤਾਂ ਦੇਖਦਾ ਨਾ ਰੱਬ ਨੂੰ ਤੇ ਪਤਾ ਤੁਸੀਂ ਅੰਦਰੋਂ ਕੀ ਆ ਉਹ ਚੀਜ਼ ਮੈਟਰ ਕਰਦੀ ਰੱਬ 'ਚ ਕਿੰਨਾ ਭਰੋਸਾ ਬਹੁਤ ਜ਼ਿਆਦਾ ਹੈ ਹੀ ਨਹੀਂ ਉਹਦੇ ਤੋਂ ਬਿਨਾ ਕੋਈ ਮੈਨੂੰ ਲੱਗਦਾ ਐਂਡ ਅੱਜਕੱਲ ਜਿੰਨੀ ਧੋਖੇਬਾਜ਼ ਦੁਨੀਆ ਆ ਤੇ ਜੇ ਤੁਸੀਂ ਰੱਬ ਦਾ ਲਾੜ ਫੜ ਲਓਗੇ ਤੇ ਤਰ ਜੂਗੇ ਲੋਕਾਂ ਦੇ ਸਹਾਰੇ ਤਾਂ ਡੁੱਬਣਾ ਹੀ ਆ ਪਤਾ ਨਹੀਂ ਲੱਗਣਾ ਕੱਲ ਨੂੰ ਕਿੰਨੇ ਪਿੱਟ ਸਿ ਸ਼ੋਰਾ ਮਾਰਦਾ ਇਹ ਬਤਾ ਨਾਲ ਬੈਠੇ ਆ ਜਿਹੜੇ ਉਹਨਾਂ ਨੂੰ ਹੀ ਮਾਰ ਦੇਣਾ ਮਾਰਦੇ ਵੀ ਆ ਬਜੇ ਵੀ ਹੋਣਗੇ ਬਥੇਰੇ ਬਥੇਰੇ ਲੋਕੀ ਮਤਲਬ ਜਿਨ੍ਹਾਂ ਤੋਂ ਤੁਸੀਂ ਉਮੀਦ ਹੀ ਨਹੀਂ ਕਦੀ ਕਰ ਸਕਦੇ ਸੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਕਿ ਅਸੀਂ ਨਾਲ ਆ ਦੁਨੀਆ ਇੱਧਰ ਦੇ ਇੱਧਰ ਹੋ ਜੇ ਅਸੀਂ ਨਾਲ ਆ ਉਹੀ ਡੋਬ ਕੇ ਜਾਂਦੇ ਆ ਹਾਏ ਹਾਏ ਹੈਨਾ ਚਾਹੇ ਉਹ ਕੁੜੀਆਂ ਆਂ ਚਾਹੇ ਉਹ ਮੁੰਡੇ ਆ ਪਰ ਮੈਨੂੰ ਇਹ ਲੱਗਦਾ ਕਿ ਮੈਂ ਇਸ ਗੱਲਾਂ ਦੇ ਜਵਾਬ ਨਹੀਂ ਦੇਣੇ ਉਹ ਵਾਇਗਰੂ ਬੈਠਾ ਉੱਤੇ ਜਵਾਬ ਦੇਣ ਨੂੰ ਤੇ ਮੈਂ ਨਹੀਂ ਕਹਿੰਦੀ ਕਿ ਉਹਨਾਂ ਨੂੰ ਸਜ਼ਾ ਮਿਲੇ ਪਰ ਮੈਨੂੰ ਇਹ ਲੱਗਦਾ ਕਿ ਕਰਮਾ ਆ ਨਾ ਜਿਹੜਾ ਉਹ ਹੁੰਦਾ ਚੰਗਾ ਜੇ ਤੁਸੀਂ ਚੰਗਾ ਕਰਦੇ ਆਂ ਤੇ ਚੰਗਾ ਵੀ ਹੋਊਗਾ ਤੇ ਜੇ ਮਾੜਾ ਕਰਦੇ ਆਂ ਤਾਂ ਮਾੜਾ ਵੀ ਹੋਊਗਾ ਹੋਊਗਾ ਆਪਾਂ ਇੱਕ ਇੱਕ ਚੀਜ਼ ਕਰਮਾਂ ਦੀ ਗੱਲ ਹੋਈ ਆ ਇਦਾਂ ਹੁੰਦਾ ਕੋਈ ਤੁਸੀਂ ਮੰਨਦੇ ਹੋ ਕਿ ਮੰਨ ਲਓ ਕਿਸੇ ਬੰਦੇ ਨੇ ਅ ਕੁਝ ਗਲਤ ਕੰਮ ਕਰ ਲਿਆ ਹੂੰ ਹੂੰ ਤੇ ਆਪਾਂ ਕਹਿ ਦਿੰਦੇ ਆ ਕਿ ਆਪਾਂ ਨੂੰ ਜਿਵੇਂ ਹੁਣ ਤੁਸੀਂ ਦੱਸਿਆ ਵੀ ਕਰਮਾਂ ਹੁੰਦਾ ਆ ਯਾ ਆਪਣੇ ਘਰ ਦੇ ਵੀ ਕਹਿੰਦੇ ਨੇ ਪੁੱਤ ਚੰਗਾ ਕਰੇਗਾ ਯਾ ਚੰਗਾ ਹੀ ਆਪਾਂ ਨੂੰ ਮਿਲੂਗਾ ਆਪਾਂ ਕਿਸੇ ਦਾ ਮਾੜਾ ਕਿਉਂ ਚਾਹਣੋ ਪਰ ਕਈ ਵਾਰ ਚੰਗਾ ਚਾਉਣ ਵਾਲਿਆਂ ਦੇ ਨਾਲ ਜਿਨ੍ਹਾਂ ਨੇ ਕਦੇ ਕਿਸੇ ਨਾਲ ਚੰਗਾ ਮਾੜਾ ਕੀਤਾ ਵੀ ਨਹੀਂ ਹੁੰਦਾ ਉਹਨਾਂ ਨਾਲ ਵੀ ਮਾੜਾ ਹੋ ਜਾਂਦਾ ਫਿਰ ਕਈ ਬੰਦੇ ਜਿਹੜੇ ਹੁੰਦੇ ਨੇ ਅਸਲ ਦੇ ਵਿੱਚ ਚੰਗੇ ਹੁੰਦੇ ਨੇ ਪਰ ਉਹਨਾਂ ਤੋਂ ਇੱਕ ਗਲਤੀ ਹੋ ਜਾਂਦੀ ਹੈ ਜਾਣੇਣ ਜਾਣੇ ਦੇ ਵਿੱਚ ਏਦਾਂ ਹੁੰਦਾ ਵੀ ਰੱਬ ਉਹਨੂੰ ਮaaf ਕਰ ਸਕਦਾ ਏਦਾਂ ਹੁੰਦਾ ਵੀ ਜ਼ਰੂਰੀ ਜ਼ਰੂਰੀ ਜੇ ਬੰਦੇ ਨੇ ਮਾੜਾ ਕੀਤਾ ਤਾਂ ਉਹ ਮਾੜਾ ਚੀਜ਼ ਉਹਤੇ ਹੋਊਗੀ ਉਹ ਹੋਊਗੀ ਆ ਉਹ ਤੋਂ ਬਚ ਸਕਦਾ ਤੁਸੀਂ ਮੰਨਦੇ ਹੋ ਇਹ ਚੀਜ਼ ਵੀ ਉਹਨੂੰ ਮਿਲਣਾ ਹੀ ਮਿਲਣਾ ਹੈ ਯਾਰ ਆਪੇ ਬਖਸ਼ ਦਿੰਦਾ ਭੁੱਲਾ ਮaaf ਕਰ ਦਿੰਦਾ ਜਿੱਦਾਂ ਮੈਂ ਕੋਈ ਵੱਡੀ ਸਿਆਣੀ ਤਾਂ ਨਹੀਂ ਕੀ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਜਿਹੜੀ ਗਲਤੀ ਆ ਨਾ ਉਹ ਰੱਬ ਮaaf ਕਰ ਦਿੰਦਾ ਜਿਹੜੇ ਗੁਨਾਹ ਆ ਉਹ ਮaaf ਨਹੀਂ ਹੁੰਦੇ ਗਲਤੀ ਹੋ ਗਈ ਰੱਬ ਤੋਂ ਮਾਫੀ ਮੰਗ ਲਓ ਇੱਕ ਵਾਰੀ ਮੰਗ ਲਈ ਸੇਮ ਉਹੀ ਗਲਤੀ ਜਿੱਦਾਂ ਹੁਣ ਮੈਂ ਆ ਜੇ ਕਿਸੇ ਨੂੰ ਧੋਖਾ ਦਵਾ ਫੇਰ ਮੈਂ ਕਿਸੇ ਨੂੰ ਦੋ ਮਾਫੀ ਇਹ ਕਿਸੇ ਨੂੰ ਦਵਾ ਉਹ ਫੇਰ ਰੱਬ ਨੂੰ ਪਤਾ ਆ ਉਹ ਗੁਨਾਹ ਆ ਉਹ ਤੁਸੀਂ ਜਾਣ ਬੁੱਝ ਕੇ ਕਰ ਰਹੇ ਆ ਉਹਦੀ ਸਜ਼ਾ ਤਾਂ ਫੇ ਮਿਲਣੀ ਆ ਅੱਜ ਜੇ ਮੈਨੂੰ ਨਹੀਂ ਮਿਲੀ ਤੇ ਕੱਲ ਨੂੰ ਧੀਆ ਨੂੰ ਮਿਲੂਗੀ ਭੈਣਾਂ ਨੂੰ ਮਿਲੂਗੀ ਕਿਸੇ ਨੂੰ ਤਾਂ ਮਿਲੂਗੀ ਤੇ ਫੇ ਰੱਬ ਜਿਹੜੀ ਰੱਬ ਦੀ ਮਾਰ ਆ ਨਾ ਉਹ ਕਹਿੰਦੇ ਹੁੰਦੇ ਫੇ ਉਹ ਆਪਣੇ ਤੇ ਮਾਰੀ ਪਤਾ ਨਹੀਂ ਲੱਗਦੀ ਜਦੋਂ ਰੱਬ ਭੈਣਾਂ ਨੂੰ ਜਾਂ ਆਪਦੀਆਂ ਧੀਆ ਨੂੰ ਮਾਰਦਾ ਹੈ ਨਾ ਕਈ ਬੰਦਾ ਕਹਿੰਦਾ ਹਾਈ ਰੱਬ ਆਈ ਕੀ ਕਰਤਾ ਉਦੋਂ ਫਿਰ ਚੀਕਾ ਕਢਾਉਂਦਾ ਰੱਬ ਬਹੁਤ ਡੀਪ ਬਹੁਤ ਡੀਪ ਜਦੋਂ ਆਪਾਂ ਇਸ ਗੱਲ ਨੂੰ ਸੋਚੀ ਤੇ ਬਹੁਤ ਡੀਪ ਆ ਬਿਲਕੁਲ ਮੈਨੂੰ ਲੱਗਦਾ ਕਈ ਲੋਕ ਰਿਲੇਟ ਵੀ ਕਰਨਗੇ ਇਸ ਚੀਜ਼ ਨੂੰ ਆਪਣੇ ਨਾਲ ਵੀ ਬਹੁਤ ਜ਼ਿਆਦਾ ਡੀਪ ਗੱਲ ਸੀ ਇਹ ਵੀ ਆਪਾਂ ਉਹ ਕਹਿੰਦੇ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਹਾਂਜੀ ਉਹ ਫਿਰ ਜਦ ਵੱਜਦੀ ਆ ਫਿਰ ਠੀਕ ਨਹੀਂ ਵੱਜਦੀ ਫਿਰ ਬੰਦੇ ਦੀਆਂ ਪੀੜੀਆਂ ਚੀਕਾਂ ਮਾਰਦੀਆਂ ਨੇ ਪੀੜੀਆਂ ਮਾਰਦੀਆਂ ਨੇ ਵੀ ਕੁਝ ਗਲਤੀ ਮੈਂ ਸੋਚਦੀ ਆ ਕਿ ਅਸੀਂ ਮੈਂ ਬਹੁਤ ਲੋਕੀ ਦੇਖਦੀ ਆ ਕਿ ਲੋਕਾਂ ਦੀਆਂ ਕੁੜੀਆਂ ਦੀਆਂ ਗੱਲਾਂ ਕਰਦੇ ਨੇ ਮਜ਼ਾਕ ਉਡਾਉਂਦੇ ਨੇ ਕਿਸੇ ਦੇ ਕੈਰੈਕਟਰ ਬਾਰੇ ਬੋਲਦੇ ਨੇ ਉਹ ਕਿਤੇ ਨਾ ਕਿਤੇ ਰੱਬ ਸੁਣਦਾ ਵੀ ਆਇਆ ਦੇਖਦਾ ਵੀ ਆਇਆ ਕਿਤੇ ਨਾ ਕਿਤੇ ਕਿ ਹਰ ਟਾਈਮ ਦੇਖਦਾ ਆ ਹਮ ਪਰ ਦਾ ਥਿੰਗ ਇਜ਼ ਕਿ ਜਦੋਂ ਕਹਿੰਦੇ ਕਿਸੇ ਨੂੰ ਤੁਸੀਂ ਮਾੜਾ ਬੋਲਦੇ ਆ ਨਾ ਕਿਸੇ ਦੀਆਂ ਚੁਗਲੀਆਂ ਕਰਦੇ ਆ ਤੇ ਉਹ ਤੁਹਾਨੂੰ ਭਰਨੀਆਂ ਪੈਂਦੀਆਂ ਤੁਸੀਂ ਉਹਨਾਂ ਦਾ ਗੰਦ ਸਾਫ਼ ਕਰ ਰਹੇ ਹਮ ਜਿਆ ਮੈਂ ਇੱਕ ਸਾਖੀ ਆ ਕਹਿੰਦੇ ਕੀ ਉਹ ਤੁਸੀਂ ਲੋਕੀ ਹੁਣ ਜਿਹੜੀ ਜਿਹੜੇ ਜਿਹੜੇ ਚੁਗਲੀਆਂ ਕਰਦੇ ਨੇ ਨਾ ਉਹ ਕਹਿੰਦੇ ਕੀ ਤੁਸੀਂ ਇੱਕ ਮਾਂ ਤੋਂ ਵੱਡਾ ਦਰਜਾ ਲੈ ਲੰਨੇ ਆ ਕਿਸੇ ਦਾ ਗੰਦ ਸਾਫ ਕਰਨ ਨੂੰ ਮਾਂ ਤੇ ਤੁਹਾਡੇ ਡਾਈਪਰ ਸਾਫ ਕਰਦੀ ਆ ਨਾ ਡਾਈਪਰ ਲਾਹਂਦੀ ਆ ਸਾਫ ਕਰਦੀ ਆ ਤੇ ਜਿਹੜੀ ਤੁਸੀਂ ਚੁਗਲੀਆਂ ਕਰਦੇ ਨਾ ਤੁਸੀਂ ਜੀਭ ਨਾ ਸਾਫ ਕਰਦੇ ਹੋ ਓਏ ਹੋਏ ਕਿਸੇ ਦਾ ਗੰਦ ਤੇ ਜੀਭ ਨਾ ਸਾਫ ਕਰ ਰਹੇ ਹੋ ਹਮ ਤੇਸ ਕਰਕੇ ਪਈ ਹਮੇਸ਼ਾ ਰੱਬ ਨੂੰ ਇਹ ਕਹਿਣਾ ਚਾਹੀਦਾ ਕਿ ਵਾਇਗਰੂ ਚੁਗਲੀ ਤੋਂ ਬਚਾਈ ਨਿੰਦਿਆ ਤੋਂ ਬਚਾਈ ਹਮ ਕਿ ਸਾਡੇ ਵਰਗਿਆਂ ਤੋਂ ਵੀ ਜੇ ਕਦੀ ਹੋ ਗਈ ਹੋਵੇ ਤੇ ਵਾਇਗਰੂ ਮਾਫ ਕਰੀ ਰੱਬਾ ਮਾਫ ਕਰੀ ਹਮ ਬਿਲਕੁਲ ਹਾਂ ਸਹੀ ਗੱਲ ਅੱਛਾ ਮੈਂ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ ਪਰਨਾ ਵੀ ਬਨ ਬਨ ਲੈਨੇ ਯਾਨੀ ਉਹ ਦੇਸੀ ਪਿੰਡਾਣਾ ਸਟਾਈਲ ਨਹੀਂ ਛੱਡਿਆ ਹੋਇਆ ਜਿਹੜੀ ਮੈਂ ਚੀਜ਼ ਪਰਸਨੈਲਿਟੀ ਦੇਖੀ ਆ ਹਾਂ ਦਮਾਲਾ ਸਾਹਿਬ ਵੀ ਤੁਸੀਂ ਸਜਾ ਲੈਨੇ ਹੋ ਹਨਾ ਉਸੀਂ ਆਪ ਮੰਨ ਲਏ ਨੇ ਤੁਸੀਂ ਨਹੀਂ ਆਪ ਨਹੀਂ ਮੇਰੇ ਫਰੈਂਡ ਹੈਗੇ ਕਿ ਹਮ ਤੇ ਨਿਯੰਗ ਸਿੰਘ ਨੇ ਤੇ ਉਹਦਾ ਮੇਰੇ ਬ੍ਰਦਰ ਨੇ ਬੰਨਿਆ ਸੀਗਾ ਉਹ ਵੀ ਬਹੁਤ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਸੰਤਾਂ ਦੇ ਲੜ ਲੱਗੇ ਨੇ ਹਮ ਤੇ ਉਹਨਾਂ ਨੇ ਬੰਨਿਆ ਸੀਗਾ ਕਿਆ ਮੈਂ ਸੀ ਉਹਨਾਂ ਨੂੰ ਹਮ ਪਰ ਹੈ ਗਾਸ਼ ਸ਼ੌਂਕ ਦਾ ਹਮ ਹਮ ਕੋੜੇ-ਕੂੜਿਆਂ ਦਾ ਵੀ ਸ਼ੌਂਕ ਰੱਖਦੇ ਤੁਸੀਂ ਹਾਂਜੀ ਵਧੀਆ ਲੱਗਿਆ ਤੁਹਾਨੂੰ ਆਉਂਦੀ ਆ ਉੱਤੇ ਬੈਠ ਕੇ ਹੌਰਸ ਰਾਈਡਿੰਗ ਇੰਗਲਿਸ਼ ਚ ਕਹਿੰਦੇ ਨੇ ਉਹਨੂੰ ਘੋੜ ਸਵਾਰੀ ਪੰਜਾਬੀ ਚ ਆਪਾਂ ਕਹਿੰਦੇ ਆ ਪੰਜਾਬੀ ਜੀ ਆਪਾਂ ਕਹਿੰਦੇ ਪੌਡਕਾਸਟ ਬੜਾ ਪੰਜਾਬੀ ਚ ਹੌਰਸ ਰਾਈਡਿੰਗ ਨੂੰ ਕੀ ਕਹੜਾ ਆਪਾਂ ਘੋੜ ਸਵਾਰੀ ਇਹ ਇਹ ਕਦੋਂ ਫਿਰ ਸਿੱਖੀ ਸੀ ਕਿਤਾ ਨਹੀਂ ਬਹੁਤ ਟਾਈਮ ਤੋਂ ਸ਼ੌਂਕ ਸੀਗਾ ਮੈਨੂੰ ਤੇ ਫਿਰ ਹਾਲੀ ਹਾਲੀ ਇੱਥੇ ਆ ਗਏ ਐਂਡ ਬੱਸ ਮੈਨੂੰ ਨਹੀਂ ਆਉਂਦਾ ਦੇਖ ਲਓ ਮੈਂ ਮੁੰਡਾ ਆ ਫਿਰ ਵੀ ਮੈਨੂੰ ਘੋੜ ਮੈਨੂੰ ਸ਼ੌਂਕ ਜ਼ਰੂਰ ਆ ਪਰ ਡਰ ਲੱਗਿਆ ਸੀਗਾ ਇਹ ਵੀ ਕਿੰਨਾ ਔਖਾ ਹੁੰਦਾ ਵੀ ਜੇ ਕਿਸੇ ਨੇ ਸਿੱਖਣੀ ਸੁਖਣੀ ਹੋਵੇ ਪਹਿਲਾਂ ਤਾਂ ਤੁਹਾਡਾ ਮਾਈਂਡ ਸੈਟ ਆ ਨਾ ਹੁਣ ਹਰ ਚੀਜ਼ ਔਖੀ ਆ ਜੇ ਤੁਸੀਂ ਸੋਚੋ ਤਾਂ ਤੇ ਜੇ ਤੁਸੀਂ ਸੋਚ ਲਿਆ ਕਿ ਠੀਕ ਆ ਲੱਤ ਟੁੱਟਦੀ ਬਾਹ ਟੁੱਟਦੀ ਪਰ ਮੈਂ ਸਿੱਖਣਾ ਆ ਹੂੰ ਤੇ ਵੇ ਕੀ ਔਖਾ ਆ ਮੈਂ ਸੁਣਿਆ ਇਹ ਜਿਹੜਾ ਘੋੜਾ ਆ ਵੀ ਇਹ ਤਾਂ ਆਪਣੇ ਗੁਰੂ ਸਾਹਿਬਾਨਾਂ ਦੇ ਨਾਲ ਬੜੇ ਰਹੇ ਨੇ ਵੀ ਇਹ ਤਾਂ ਉਹਨਾਂ ਦੀਆਂ ਵੀ ਜਿੰਦ ਜਾਨਾਂ ਹੁੰਦੀਆਂ ਸੀਗੀਆਂ ਜੀ ਜੀ ਵੀ ਪਿਆਰ ਬਹੁਤ ਲੈਂਦੇ ਨੇ ਕਹਿੰਦੇ ਬਿਲਕੁਲ ਹਣਾ ਕਈ ਲੋਕ ਮੈਂ ਵੇਖਿਆ ਕਈਆਂ ਕੋਲੇ ਕਰੋੜਾ ਕਰੋੜਾ ਦੇ ਹੁਣ ਤਾਂ ਬੜੇ ਕੀਮਤ ਬਹੁਤ ਆਏ ਨਾ ਕੋੜੀਆਂ ਦੀਆਂ ਦੀਆਂ ਤਾਂ ਅਰਬਾਂ ਅਰਬਾਂ ਦੇ ਤੇ ਮੈਂ ਸੁਣਿਆ ਵੀ ਇੰਨੀ ਜ਼ਿਆਦਾ ਕੀਮਤ ਹੁੰਦੇ ਇਹਨਾਂ ਦੀ ਸਾਥ ਸੰਭਾਲੇ ਨਾ ਪਿਆਰ ਬਹੁਤ ਲੈਂਦੇ ਨੇ ਬੰਦੇ ਤੋਂ ਵੱਧ ਵਫਾਦਾਰ ਹੁੰਦੇ ਨੇ ਜਾਨਵਰ ਸਾਰੇ ਹੀ ਇਦਾਂ ਹੀ ਨੇ ਤੇ ਦੂਜੀ ਗੱਲ ਇਹ ਕਿ ਬੰਦੇ ਦਾ ਔਰਾ ਪਛਾਣ ਲੈਂਦੇ ਨੇ ਵਾਈਵਜ਼ ਜਿਹਨੂੰ ਆਪਾਂ ਕਹਿ ਲੈਂਦੇ ਆ ਕਿ ਇਹਨਾਂ ਨੂੰ ਬਹੁਤ ਦੂਰੋਂ ਪਤਾ ਲੱਗ ਜਾਂਦਾ ਆ ਕਿ ਜਿਹੜੇ ਹਾਰਸ ਹੈਗੇ ਆ ਨਾ ਦੀ ਜਿਹੜੀ ਤੁਹਾਡੀ ਹਾਰਟਬੀਟ ਆ ਜਾਂ ਕੋਈ ਵੀ ਐਨੀਮਲ ਆ ਡੌਗ ਕੁੱਤਾ ਹੋ ਗਿਆ ਜਾਂ ਕੁਛ ਤੇ ਉਹ ਤੁਹਾਡੀ ਜਿਹੜੀ ਹਾਰਟਬੀਟ ਤੁਹਾਡਾ ਔਰਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਐਨੀਮਲ ਲਵਰ ਹੈਗਾ ਕਿ ਨਹੀਂ ਆ ਇਹ ਬੰਦਾ 네ਗੇਟਿਵ ਆ ਕਿ ਪੋਜ਼ਿਟਿਵ ਆ ਹੂੰ ਇਹ ਗੱਲ ਵੀ ਮੈਂ ਨਾ ਪਿੰਡੋ ਜਦ ਛੋਟੇ ਹੁੰਦੇ ਸੀਗੇ ਪਤਾ ਨਹੀਂ ਸੱਚ ਆ ਪਤਾ ਨਹੀਂ ਨਹੀਂ ਪਰ ਸੁਣੀ ਹੈ ਹੁਣ ਵੀ ਹਾਲਾ ਵੀ ਕਈ ਲੋਕ ਕਹਿੰਦੇ ਨੇ ਕਹਿੰਦੇ ਜਿਹੜੇ ਕੁੱਤੇ ਹੁੰਦੇ ਨੇ ਜਾਂ ਜਾਨਵਰ ਹੁੰਦੇ ਨੇ ਉਹਨਾਂ ਨੂੰ ਦਿਖ ਬਹੁਤ ਕੁਝ ਜਾਂਦਾ ਹੈ ਹੌਣ ਕਈ ਵਾਰ ਹੋਣ ਤੋਂ ਪਹਿਲਾਂ ਵਾਲੀਆਂ ਚੀਜ਼ਾਂ ਵੀ ਉਹਨਾਂ ਨੂੰ ਦੇਖੇ ਜਾਂਦੀਆਂ ਨੇ ਬਿਲਕੁਲ ਸਿੱਧੀਆਂ ਰੱਬ ਨਾਲ ਗੱਲਾਂ ਹੁੰਦੀਆਂ ਨੇ ਨਾ ਉਹਨਾਂ ਦੀਆਂ ਉਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚਿਆ ਹਣ ਸਾਡੇ 'ਚ ਵੀ ਕਈ ਲੋਕੀ ਹੈਗੇ ਆ ਜਿਨ੍ਹਾਂ ਦੀਆਂ ਜਿਹੜੇ ਰੱਬ ਨਾਲ ਬਹੁਤ ক্লোਜ਼ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਗੱਟ ਫੀਲਿੰਗ ਜਿਹੜੀ ਹੈਗੀ ਆ ਉਹ ਬਹੁਤ ਸਟਰੋਂਗ ਹੁੰਦੀ ਆ ਇਹ ਹੀ ਰੀਜ਼ਨਸ ਕਰਕੇ ਕਿਉਂਕਿ ਉਹ ਬਾਕੀ ਚੀਜ਼ਾਂ ਤੋਂ ਪਰੇ ਨੇ ਹਮ ਕਾਮ ਕਰੋ ਲੋ ਮੋ ਹੰਕਾਰ ਤੋਂ ਪਰੇ ਨੇ ਤੇ ਜਿਹੜੇ ਜਾਨਵਰ ਆ ਉਹ ਤਾਂ ਹੁੰਦੇ ਹੀ ਰੱਬ ਦਾ ਰੂਪ ਆ ਉਹ ਸਾਡੇ ਅਧਿਆਸੀ ਉਹਨਾਂ ਨੂੰ ਕਿਦਾਂ ਟਰੀਟ ਕਰਨਾ ਹੁਣ ਮੈਂ ਦੇਖਦੀ ਆ ਕਿ ਸੜਕਾਂ ਤੇ ਕਿਵੇਂ ਰੋਲ ਦੇ ਫਿਰਦੇ ਨੇ ਜਿਹਨੂੰ ਹੁਣ ਗਾਉਂ ਗਾਉਂ ਮਾਤਾ ਕਹਿ ਦਿੰਦੇ ਨੇ ਉਹ ਵਿਚਾਰੀਆਂ ਕਿਵੇਂ ਕਈ ਖੁੱਲੀਆਂ ਤੁਰੀਆਂ ਫਿਰਦੀਆਂ ਨੇ ਯਾ ਲੋਕੀ ਉਹਨਾਂ ਨੂੰ ਕਿਵੇਂ ਸੜਕਾਂ ਤੇ ਛੱਡ ਜਾਂਦੇ ਨੇ ਜਦੋਂ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ ਹਾਂ ਜਦੋਂ ਇਸਤੇਮਾਲ ਖਤਮ ਹੋ ਗਿਆ ਫਿਰ ਉਹਨਾਂ ਨੂੰ ਛੱਡ ਜੋ ਕਿੰਨਾ ਵੱਡਾ ਪਾਪ ਆ ਉਹ ਹੈਨਾ ਤੇ ਆਈ ਥਿੰਕ ਉਹ ਉਹ ਕਾਸ਼ ਉਹ ਚੀਜ਼ਾਂ ਬੰਦ ਹੋ ਜਾਣ ਬਹੁਤ ਲੋਕਾਂ ਨੇ ਗਊਸ਼ਾਲਾ ਵੀ ਬਣਾਏ ਹੋਏ ਨੇ ਤੇ ਕਿੰਨਾ ਵੱਡਾ ਪੋਨਾ ਉਹ ਪਰ ਜਿਹੜੀ ਇਦਾਂ ਛੱਡ ਕੇ ਜਾ ਰਹੇ ਨੇ ਮੈਂ ਆਈ ਥਿੰਕ ਸਾਨੂੰ ਇੱਕ ਅੱਜ ਇੱਕ ਪਲੈਟਫਾਰਮ ਮਿਲਿਆ ਇਹ ਚੀਜ਼ ਤੇ ਬੋਲਣ ਦਾ ਕਿ ਉਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤੁਸੀਂ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਗਊਸ਼ਾਲਾ ਛੱਡਾਓ ਜਿੱਥੇ ਉਹਨਾਂ ਦੀ ਸੰਭਾਲ ਹੋ ਸਕੇ ਕੱਲੂ ਸਾਡੇ ਵਰਗੇ ਲੋਕੀ ਕਹਿੰਦੇ ਨੇ ਕਿ ਸਾਡੇ ਬੱਚੇ ਸਾਨੂੰ ਸੜਕ ਤੇ ਛੱਡ ਗਏ ਤੇ ਫਿਰ ਉਹ ਕਰਮਾ ਹੈ ਨਾ ਉਹੀ ਗੱਲ ਆ ਗਈ ਕੀ ਦਿਨੇ ਕੀ ਤੇ ਤੁਹਾਡੇ ਨਾਲ ਜਿੱਦਾਂ ਹੋਊਗਾ ਕੀ ਸਾਰੀ ਉਮਰ ਮਾਪਿਓ ਨੇ ਯੂਜ਼ ਕੀਤਾ ਐਂਡ ਮੁੜ ਕੇ ਸੜਕਾਂ ਤੇ ਛੱਡਤਾ ਵਾਏ ਹਾਏ ਹੈ ਹਨਾ ਤੇ ਤੁਸੀਂ ਵੀ ਤਾਂ ਇਦਾਂ ਹੀ ਕਰ ਰਹੇ ਹੋ ਕੁੱਤੇ ਬੁੱਢੇ ਹੋ ਜਾਂਦੇ ਨੇ ਜਦੋਂ ਸਾਰੀ ਉਮਰ ਅਸੀਂ ਉਹਨਾਂ ਨਾਲ ਖੇលਦੇ ਰਹਿੰਨੇ ਆ ਕੁੱਤਿਆਂ ਨਾਲ ਜਦੋਂ ਪਤਾ ਆ ਹੁਣ ਪੈਸੇ ਲੱਗਣ ਵਾਲੇ ਹੋਗੇ ਕੁੱਤਿਆਂ ਤੇ ਜਾਨਵਰਾਂ ਤੇ ਉਹਨੇ ਖਰਚਾ ਕਰਾਵਾਂਗੇ ਤੇ ਤੇ ਉਹ ਤਾਂ ਸੜਕਾਂ ਤੇ ਛੱਡ ਦਿੰਦੇ ਨੇ ਯਾਰ ਇਹ ਹੀ ਇਨਸਾਨ ਆਪਾਂ ਹਿਮੈਨਿਟੀ ਹੈਗੀ ਸਾਡੇ ਚ ਬਚੀ ਬਿਲਕੁਲ ਮੈਨੂੰ ਲੱਗਾ ਬਹੁਤ ਡੀਪ ਗੱਲ ਕਰ ਗਏ ਇਹ ਅਸਲ ਚ ਮੈਂ ਇੱਕ ਚੀਜ਼ ਜਿਹੜਾ ਪੁੱਛਾਂ ਜੀ ਵੀ ਇੰਨੀ ਸਿਆਣਾ ਪਸਲ ਚ ਹੈ ਕੋਈ ਕਿ ਵੀ ਨਾਰਮਲੀ ਵੀ ਇਦਾਂ ਹੀ ਹੁੰਨੇ ਹੋ ਕਿਉਂਕਿ ਹੋ ਜਾਂਦਾ ਇਦਾਂ ਜਿਵੇਂ ਹੁਣ ਮੇਰਾ ਕੈਮਰਾ ਚੱਲਦਾ ਨਾ ਮੈਂ ਕੈਮਰਾ ਕੇ ਕਈ ਵਾਰ ਮੈਂ ਵਿੱਚ ਵਿੱਚ ਦੇਖਦਾ ਹੁੰਦਾ ਵੀ ਮੈਂ ਟ੍ਰੇਡ ਤਾਂ ਨਹੀਂ ਬਾਹਰ ਆ ਰਿਹਾ ਜਿਆਦਾ ਕਈ ਵਾਰ ਬੰਦਾ ਆਪਣੀ ਆਪਣੀ ਚੀਜ਼ਾਂ ਨੂੰ ਕਈ ਚੀਜ਼ਾਂ ਕੰਟਰੋਲ ਕਰਦਾ ਵੀ ਮੇਰੀ ਆ ਚੀਜ਼ ਨਾ ਬਾਹਰ ਜਗ੍ਹਾ ਤੇ ਕਿਤੇ ਤੁਸੀਂ ਉਹੀ ਹੋ ਜੋ ਕੈਮਰੇ ਤੇ ਹੋ ਕਿ ਤੁਹਾਨੂੰ ਆਪ ਨੂੰ ਪਰਸਨਲੀ ਲੱਗਦਾ ਕਿਉਂਕਿ ਇਹ ਚੀਜ਼ ਤੁਸੀਂ ਜਵਾਬ ਆਪਣੇ ਦਿਲ ਤੋਂ ਪੁੱਛ ਕੇ ਦੇ ਸਕਦੇ ਹੋ ਵੀ ਮੈਂ ਕਿੰਨੀ ਕੁ ਪੀਕਾ ਕਿੰਨੀ ਕਰਿਆ ਲ ਮਹਾਲ ਦੇ ਹਿਸਾਬ ਨਾਲ ਹਰ ਕਿਤੇ ਮੈਂ ਮੋਲਡ ਹੋ ਜਾਨੀ ਹਾਂ ਜੇ ਫਰੈਂਡਸ ਚਾ ਤਾਂ ਉੱਥੇ ਵਧੀਆ ਹਮ ਬਾਕੀ ਮੈਨੂੰ ਇਹ ਲੱਗਦਾ ਤੁਹਾਡੇ ਜੋ ਅੰਦਰ ਉਹੀ ਬਾਹਰ ਸੋ ਜਾਊਗੀ ਕਿੰਨਾ ਕੁ ਪੜ ਲੂੰਗੀ ਕਿੰਨਾ ਕੁ ਕਿਤੇਉਂ ਨੌਲੇਜ ਲੈ ਲੂੰਗੀ ਕਿਤੇ ਨਾ ਕਿਤੇ ਅੰਦਰ ਕੋਸ਼ਤੇ ਦਬਾ ਹੋਊਗਾ ਤੁਹਾਡੇ ਜੋ ਬਾਹਰ ਆ ਰਿਹਾ ਹੈ ਜੇ ਕੁਝ 네ਗੇਟਿਵ ਆ ਤੇ ਉਹ ਤਾਂ ਲੋਕਾਂ ਨੂੰ ਪਤਾ ਹੀ ਲੱਗ ਜਾਣਾ ਇੱਥੇ ਸਿਆਣੀ ਤੋਂ ਸਿਆਣੀ ਬੈਠੇ ਆ ਹੂੰ ਨਹੀਂ ਬੇਵਕੂਫ ਤੋਂ ਬੇਵਕੂਫ ਵੀ ਬੈਠੇ ਆ ਬਾੜ ਕਮੈਂਟ ਕਰਨ ਵਾਲੇ ਲੋਕਾਂ ਨੂੰ ਜੱਜ ਕਰਨ ਵਾਲੇ ਹੂੰ ਕਦੀ ਕਦੀ ਮੈਂ ਦੇਖਦੀ ਹੁੰਦੀ ਆ ਕਿ ਕੁਝ ਲੋਕੀ ਆ ਉਹਨਾਂ ਦੀ ਕਿਸੇ ਦੀ ਅੱਖ ਖਰਾਬ ਆ ਕਿਸੇ ਦਾ ਪੈਰ ਨਹੀਂ ਹੈਗਾ ਕਿਸੇ ਦੀ ਲੱਤ ਨਹੀਂ ਹੈਗੀ ਐਂਡ ਕਦੀ ਉਹਨਾਂ ਦੇ ਕਮੈਂਟਸ ਖੋਲ ਲੋ ਕਿ ਇੱਥੇ ਮਜ਼ਾਕ ਢਾ ਰਹੇ ਨੇ ਇੱਕ ਤਾਂ ਉਹ ਬੰਦਾ ਆਲਰੇਡੀ ਇਨਾਂ 멘ਟਲ ਰੱਬ ਦਸਤਾਇਆ ਪਹਿਲੀ ਸ਼ੀਅਤ ਰੱਬ ਦਸਤਾਇਆ ਕਿ ਐਸਾ ਦੇ ਉਹਦੇ ਜੋ ਕਰੰਸੀ ਜੋ ਉਹਦੇ ਤੇ ਤੁਸੀਂ ਉਹਨੂੰ ਹੋਰ ਆਪਣਾ ਵਿੱਚ ਯੋਗਦਾਨ ਪਾ ਰਹੇ ਆ ਹੂੰ ਤੁਸੀਂ ਵੀ ਤੇ ਉੱਥੇ ਆਪਣੀ ਉਹ ਬਣਾ ਰਹੇ ਆ ਨਾ ਰੱਬ ਅਗੇ ਨੰਬਰ ਹੂੰ ਤੇ ਮੈਂ ਸੋਚਦੀ ਹਾਂ ਲੋਕ ਕਿ ਕਿੱਥੋਂ ਆਉਂਦੇ ਨੇ ਯਾਰ ਕਿਹੜੇ ਪਲਾਨਟ ਤੋਂ ਆਏ ਨੇ ਉਹ ਲੋਕੀ ਜਿਹੜੇ ਕਿਸੇ ਨੂੰ ਇੰਨਾ ਤੋੜ ਰਹੇ ਆ ਹਨਾ ਕੁਝ ਲੋਕੀ ਤੇ ਬਹੁਤ ਵਧੀਆ ਵਧੀਆ ਲਿਖਦੇ ਨੇ ਕਿ ਚਲੋ ਤੁਸੀਂ ਜਿਵੇਂ ਦੇ ਵੀ ਉਹ ਰੱਬ ਦੇ ਬੰਦੇ ਆ ਕਦੀ ਨਾ ਮੈਂ ਜਦੋਂ ਛੋਟੀ ਹੁੰਦੀ ਸੀ ਤੇ ਮੈਂ ਮੰਮਾ ਨੂੰ ਕਹਿਣਾ ਕਿ ਮੰਮਾ ਮੈਂ ਨਹੀਂ ਸੋਣੀ ਜਾਂ ਮੈਂ ਕਿਸੇ ਨਾ ਕਿਸੇ ਚੀਜ਼ ਤੇ ਛੋਟੇ ਬੱਚੇ ਜਿਵੇਂ ਕੰਪੇਅਰ ਕਰਦੇ ਆ ਨਾ ਹਮ ਕੀ ਮੇਰੇ ਕੋਲ ਇਹ ਨਹੀਂ ਹੈਗਾ ਮੇਰੇ ਕੋਲ ਉਹ ਨਹੀਂ ਹੈਗਾ ਤੇ ਮੇਰੀ ਮਾਂ ਨੇ ਮੈਨੂੰ ਕਹਿਣਾ ਕਿ ਜਾ ਕੇ ਨਾ ਨਾਥ ਆਸ਼ਰਮ ਦੇਖ ਕੇ ਆਓ ਸਾਰਾ ਕੁਝ ਰੱਬ ਨੇ ਦਿੱਤਾ ਆ ਸੋਹਣੇ ਹੱਥ ਪੈਰ ਆ ਸਾਰਾ ਕੁਝ ਵਧੀਆ ਆ ਅੱਖਾਂ ਮੂੰਹ ਸਾਰਾ ਕੁਝ ਜਿਵੇਂ ਆਪਾਂ ਬੱਚੇ ਹੁੰਨੇ ਕਹਦੇ ਨੇ ਤੇ ਇੱਕ ਦਿਨ ਮੈਂ ਜਦੋਂ ਇੱਥੇ ਚੰਡੀਗੜ੍ਹ ਆਈ ਤੇ ਕੁਛਕੀ ਚੀਜ਼ਾਂ ਨੂੰ ਲੈ ਕੇ ਮੈਂ ਅਪਸੈਟ ਹੋ ਗਈ ਤੇ ਮੈਂ ਜਿੱਦਾਂ ਬੱਚਿਆਂ ਨੂੰ ਦੇਖ ਕੇ ਕੰਪੇਅਰ ਕਰਨਾ ਸ਼ੁਰੂ ਕਰਤਾ ਹਨਾ ਆਪਣੇ ਆਪ ਨੂੰ ਆਪਣੇ ਆਪ ਨੂੰ ਤੇ ਮੈਂ ਕਿਹਾ ਯਾਰ ਕਿ ਉਸ ਦਿਨ ਫੇਰ ਮੇਰੀ ਮਾਂ ਨੇ ਮੈਨੂੰ ਕਿਹਾ ਕੰਪੇਅਰ ਕੀ ਕਰਦੇ ਸੀ ਕਦੀ ਕਿਤੇ ਕਿ ਕੋਈ ਸੋਨਾ ਵੀਓ ਮੈਂ ਤੋਂ ਵੱਧ ਸੋਹਣੀ ਆ ਵੱਧ ਸੋਹਣੀ ਆ ਵੱਧ ਸੋਨਾ ਆ ਇਹੇ ਗੱਲਾਂ ਤੇ ਤੇ ਮੈਂ ਨਾ ਥਾਸ਼ਰਮ ਗਈ ਉਦੋਂ ਤੋਂ ਮੈਂ ਜਾਣਾ ਸ਼ੁਰੂ ਕਰਤਾ ਸੀ ਉੱਥੇ ਤੇ ਉੱਥੇ ਇੱਕ ਛੋਟਾ ਜਿਹਾ ਬੱਚਾ ਆਇਆ ਐਂਡ ਉਹਦੀ ਇੱਥੋਂ ਇੰਨੇ ਹੱਥ ਨਹੀਂ ਦੋਵੇਂ ਤੇ ਗਿੱਟਿਆਂ ਦੇ ਕੋਲੋਂ ਪੈਰ ਹੈ ਨਹੀਂ ਦੋਵੇਂ ਐਂਡ ਉਹ ਮੇਰੇ ਵੱਲ ਪੱਜਾ ਆਇਆ ਵਾਏ ਹੋਏ ਤਿੰਨ ਸਾਲ ਦਾ ਹੁਣ ਐਂਡ ਉਹਨੇ ਆ ਕੇ ਨਾ ਮੈਨੂੰ ਐ ਜਿਵੇਂ ਹੱਗ ਕਰਨ ਦੀ ਕੋਸ਼ਿਸ਼ ਕੀਤੀ ਜੱਫੀ ਪਾਈ ਤੇ ਮੇਰੀਆਂ ਅੱਖਾਂ 'ਚ ਉਹ ਪਾਣੀ ਮਤਲਬ ਲਿਟਰਲੀ ਉਸ ਦਿਨ ਮੈਂ ਕਿਹਾ ਕਿ ਵਾਹਿਗੁਰੂ ਤੇਰਾ ਸ਼ੁਕਰ ਆ ਸਾਡੇ ਕੋਲ ਸਾਰਾ ਕੁਝ ਹੈਗਾ ਤੇ ਅਸੀਂ ਫੇਰ ਵੀ ਖੁਸ਼ ਨਹੀਂ ਵਾਏ ਹੋਏ ਹੈ ਹਨਾ ਸਾਰਾ ਕੋਸ਼ਾ ਸਾਡੇ ਕੋਲ ਖਾਣ ਨੂੰ ਪਾਣ ਨੂੰ ਪੈਰ ਹੱਥ ਤੇ ਉਹ ਬੱਚੇ ਨੇ ਮੈਨੂੰ ਉਦੋਂ ਇੰਨਾ ਕੁਝ ਸਿਖਾਇਆ ਉਦੋਂ ਮੈਨੂੰ ਬੜਾ ਲੱਗਾ ਕਿ ਰੱਬਾ ਤੂੰ ਕੀ ਹਾਂ ਤੇ ਫਿਰ ਉਸ ਤੋਂ ਬਾਅਦ ਟੱਚਵੁੱਡ ਮੈਂ ਕੰਪੇਅਰ ਨਹੀਂ ਕੀਤਾ ਆਪਣੇ ਆਪ ਨੂੰ ਕਿਸੇ ਨਾਲ ਬਹੁਤ ਚੰਗੀ ਗੱਲ ਆ ਯਾਨੀ ਇਹ ਇਹ ਹੁੰਦਾ ਹਨਾ ਵੀ ਕੁਦਰਤ ਆਪਾਂ ਨੂੰ ਸਿਖਾਉਂਦੀ ਆ ਜੇ ਬੰਦਾ ਨਹੀਂ ਸਹੀ ਲੀ ਤੇ ਚੱਲ ਰਿਹਾ ਯਾ ਬੰਦੇ ਦੀ ਮੈਂਟਲ ਆਪਾਂ ਕਹਿ ਸਕਦੇ ਹਾਂ ਉਹਦੀ ਸੋਚ ਨਹੀਂ ਚੰਗੀ ਤਾਂ ਕਿਤੇ ਨਾ ਕਿਤੇ ਸੰਕੇਤ ਰੱਬ ਵੱਲੋਂ ਆਉਂਦਾ ਹੈ ਰੱਬ ਦਿੰਦਾ ਸੰਕੇਤ ਹੈ ਨਾ ਵੀ ਨਹੀਂ ਤੂੰ ਦੇਖ ਆਪਣੇ ਆਪ ਨੂੰ ਕੰਪੇਅਰ ਕਰ ਰਹੀ ਸੀ ਜਾਂ ਕਰ ਰਿਹਾ ਸੀ ਯਾਰ ਤੇ ਕੋ ਤਾਂ ਆ ਵੀ ਹੈ ਕਈਆਂ ਤਾਂ ਤਾਂ ਇਹ ਵੀ ਨਹੀਂ ਆਉਂਦਾ ਹਨਾ ਇਹ ਵੀ ਨਹੀਂ ਆਪਾਂ ਕਈ ਵਾਰ ਸੋਚਦੇ ਨੇ ਮਾਨਸਿਕ ਜੀਵਨ ਹੈ ਆਪਾਂ ਸਾਰੇ ਬੰਦੇ ਆ ਹਾਂਜੀ ਨਾਰਮਲ ਜੀ ਗੱਲ ਆਪਣੇ ਮਨ ਦੇ ਵਿੱਚ ਮੇਰੇ ਮਨ ਦੇ ਵਿੱਚ ਵੀ ਕਈ ਵਾਰ ਆ ਜਾਂਦਾ ਆ ਵੀ ਆਪਾਂ ਕਿ ਸਾਨੂੰ ਦੇ ਕਿ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਜਾਨੇ ਆ ਜੇ ਆਪਾਂ ਹੁਣ ਜਿਵੇਂ ਆਪਾਂ ਪੋਡਕਾਸਟ ਕਰ ਰਹੇ ਹਾਂ ਜੀ ਪੋਡਕਾਸਟਰ ਬਹੁਤ ਨੇ ਬੜੇ ਲੋਕ ਹੁਣ ਤਾਂ ਇਹ ਕੰਮ ਇੰਨਾ ਜ਼ਿਆਦਾ ਚਰਚਾ ਚ ਆ ਗਿਆ ਹਰ ਇੱਕ ਬੰਦਾ ਲੱਗਿਆ ਹੋਇਆ ਕਰਨ ਕਾਪੀ ਕਰਨ ਲੱਗ ਪਏ ਨੇ ਸਾਰੇ ਦੂਜੇ ਨੂੰ ਵੀ ਫਿਰ ਉਹ ਇੱਕ ਦੂਜੇ ਨੂੰ ਵੇਖਦੇ ਨੇ ਕੰਪੇਅਰ ਕਰਦੇ ਨੇ ਪਰ ਇਹ ਚੀਜ਼ ਬਹੁਤ ਥੋੜੀ ਗੱਲਾਂ ਦੇ ਵਿੱਚ ਸੋਹਣੀ ਸਿੱਖਣ ਵਾਲੀ ਹੈ ਵੀ ਕੰਪੇਅਰ ਨਾ ਕਰੋ ਤੁਸੀਂ ਜੋ ਕਰ ਰਹੇ ਚੰਗਾ ਹੋਊਗਾ ਲੋਕਾਂ ਨੇ ਆਪੇ ਸਵੀਕਾਰ ਕਰ ਲੈਣਾ ਟਰੂ ਐਂਡ ਮੈਂ ਸੋਚਦੀ ਆ ਅੱਛਾ ਹੁਣ ਮੈਨੂੰ ਕਹਿ ਰਹੇ ਨੇ ਕਿ ਜਿੱਦਾਂ ਦੋ ਚਾਰ ਕੁੜੀਆਂ ਹੈਗੀਆਂ ਆ ਤੇ ਕਾਪੀ ਕਰਦੀਆਂ ਸੇਮ ਸਾਰਾ ਕੁਛ ਹੀ ਮੈਂ ਵੀ ਮੈਨੂੰ ਵੀ ਕਿਸੇ ਦੀ ਕੋਈ ਚੀਜ਼ ਵਧੀਆ ਲੱਗਦੀ ਆ ਤੇ ਮੈਂ ਵੀ ਕਰਦੀ ਆ ਐਡਮਾਇਰ ਕਰੋ ਐਡਮਾਇਰ ਕਰੋ ਹੈ ਨਾ ਬਟ ਦ ਥਿੰਗ ਇਜ਼ ਕਾਪੀ ਕਰੰਚ ਤੇ ਬਾਂਦਰ ਬਣਨ ਚ ਫਰਕ ਆ ਇੱਕ ਤੇ ਨਾ ਨਾ ਕਿ ਤੁਸੀਂ ਇਦਾਂ ਕੀਤਾ ਤਾਂ ਮੈਂ ਵੀ ਇਦਾਂ ਕੀਤਾ ਤੁਸੀਂ ਇਦਾਂ ਕੀਤਾ ਮੈਂ ਵੀ ਇਦਾਂ ਕੀਤਾ ਕੁਛ ਆਪਦਾ ਵੀ ਕਰੋ ਤੁਸੀਂ ਬਾਂਦਰ ਬਣੀਆਂ ਹੈ ਨਾ ਮਤਲਬ ਠੀਕ ਹੈ ਇੱਕ ਲਿਮਟ ਤੱਕ ਕਾਪੀ ਕਰੋ 댓 इज फाइन ਪਰ ਹਰ ਚੀਜ਼ ਹੀ ਕਾਪੀ ਕਰੀ ਜਾਣੀ ਹਾਂ ਹੈਨਾ ਉਹ ਗੱਲ ਮਾੜੀ ਆ ਆਪਣਾ ਟੈਲੈਂਟ ਕੀ ਆ ਤੁਹਾਡਾ ਹਾਂ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਟੈਲੈਂਟਡ ਆ ਮੈਂ ਵੀ ਤੋਰ ਤੋਰ ਕੇ ਰੀਲਾਂ ਪਾਉਂਦੀ ਆ ਹਾਂ ਤੇ ਹੁਣ ਸਾਰੀਆਂ ਤੋਰ ਤੋਰ ਕੇ ਪਾਉਣ ਲਾਤੀ ਆ ਮੈਨੂੰ ਕਹਿੰਦੇ ਹੁੰਦੇ ਸੀ ਲੋਕ ਕਿ ਲੈ ਕਾਰ ਚੋਂ ਨਿਕਲਦੀ ਆ ਚੱਲ ਜਾਂਦੀ ਆ ਤੋਰ ਕੇ ਰੀਲ ਪਾ ਦਿੰਦੀ ਆ ਕਾਰ ਚੋਂ ਨਿਕਲਦੀ ਉਹ ਜਿਹੜੇ ਲਿਪਸਿੰਗ ਕਰਕੇ ਬਣਾਉਂਦੇ ਸੀ ਜਾਂ ਆਪ ਵੀ ਮਤਲਬ ਹੁਣ ਉਹ ਸੇਮ ਆਪ ਵੀ ਤੋਰ ਤੋਰ ਕੇ ਰੀਲਾਂ ਪਾਉਂਦੇ ਆ ਹੂੰ ਤੇ ਹੁਣ ਕਿਉਂ ਪਾਉਨੇ ਆ ਨਾ ਪਾਓ ਹੂੰ ਅੱਛਾ ਏਸ ਇੰਡਸਟਰੀ ਦੇ ਵਿੱਚ ਲੋਕ ਆ ਇੱਕ ਦੂਜੇ ਦੇ ਪ੍ਰਤੀ ਕਿੰਨੀ ਕਿ ਚੰਗੀਆਂ ਭਾਵਨਾਵਾਂ ਰੱਖਦੇ ਨੇ ਕਿਉਂਕਿ ਮੈਂ ਇੰਡਸਟਰੀ ਨਾਲ ਬਹੁਤ ਜ਼ਿਆਦਾ ਕਰੀਬ ਕਰੀਬੀ ਜਾਣਦਾ ਮੇਰੇ ਬਹੁਤ سارے ਮਿੱਤਰ ਜਿਹੜੇ ਨੇ ਉਹ ਏਸ ਇੰਡਸਟਰੀ ਦੇ ਨਾਲ ਹੀ ਤਾਲੁਕ ਰੱਖਦੇ ਨੇ ਮੈਂ ਜਿੰਨੀਆਂ ਗੱਲਾਂ ਸੁਣੀਆਂ ਨੇ ਵੀ ਇੰਡਸਟਰੀ ਕਿਸੇ ਦੀ ਮਿੱਤ ਨਹੀਂ ਤੁਸੀਂ ਏਸ ਇੰਡਸਟਰੀ ਦੇ ਵਿੱਚ ਹੁਣ ਆ ਕੇ ਕੰਮ ਕਰਦੇ ਹੋ ਤੇ ਤੁਹਾਡਾ ਕੰਮ ਵੀ ਐਸਾ ਵੀ ਤੁਸੀਂ ਨਿਤ ਨਵੇਂ ਬੰਦੇ ਨੂੰ ਮਿਲਣਾ ਨਿਤ ਨਵੇਂ ਐਕਟਰ ਕੋਲੇ ਜਾਣਾ ਸਿੰਗਰ ਕੋਲੇ ਜਾਣਾ ਡਾਇਰੈਕਟਰ ਕੋਲੇ ਜਾਣਾ ਪ੍ਰੋਡਿਊਸਰ ਕੋਲੇ ਜਾਣਾ ਸਾਰਿਆਂ ਨੂੰ ਮਿਲਣਾ ਹੂੰ ਫਿਰ ਇੰਡਸਟਰੀ ਚ ਚੰਗੇ ਦੋਸਤ ਜਾਂ ਚੰਗਾ ਚੰਗੇ ਬੰਦੇ ਕਿੰਨੇ ਕ ਨੇ ਵੀ ਜਿਹੜੇ ਅਸਲ ਚ ਜ਼बान ਦੇ ਪੱਕੇ ਨੇ ਜ਼बान ਦੇ ਪੱਕੇ ਤਾਂ ਅੱਜਕੱਲ ਬਹੁਤ ਘੱਟ ਲੋਕ ਹੀ ਰਹਿ ਗਏ ਕਿਤੇ ਵੀ ਦੇਖ ਲਓ ਮੈਨੂੰ ਨਹੀਂ ਲੱਗਦਾ ਕਿ ਕੋਈ ਮੈਨੂੰ ਲੱਗਦਾ 90% ਲੋਕੀ ਜਿਹੜੇ ਆ ਉਹ ਫਲਿੱਪ ਕਰ ਜਾਂਦੇ ਆ ਅਸੀਂ ਤਾਂ ਇਦਾਂ ਕਿਹਾ ਸੀ ਇਦਾਂ ਨਹੀਂ ਕਿਹਾ ਤੇ ਰਹੀ ਗੱਲ ਇੰਡਸਟਰੀ ਦੀ ਕੋਈ ਹੋਇਆ ਐਸਾ ਇਨਸੀਡੈਂਟ ਸ਼ੇਅਰ ਕਰ ਸਕਦੇ ਹੋ ਵੀ ਤੁਹਾਡੇ ਨਾਲ ਕੋਈ ਹੋਇਆ ਹੋਵੇ ਤੁਹਾਨੂੰ ਪਹਿਲਾਂ ਸ਼ੂਟ ਤੇ ਕੁਝ ਕਿਹਾ ਹੋਵੇ ਤੇ ਔਨ ਸਕਰੀਨ ਆ ਕੇ ਆ ਤੁਸੀਂ ਔਨ ਲੋਕੇਸ਼ਨ ਜਾਂ ਤੁਸੀਂ ਜਗ੍ਹਾ ਤੇ ਪਹੁੰਚੇ ਇਹ ਹੋ ਜਾਂਦਾ ਨਹੀਂ ਮੈਨੂੰ ਨਹੀਂ ਕੋਈ ਕੁਐਸਚਨ ਦਾ ਕਹਿੰਦਾ ਨਹੀਂ ਤੁਸੀਂ ਸ਼ੇਅਰ ਕਰ ਸਕਦੇ ਹੋ ਕੋਈ ਮੈਂ ਐਕਚੁਅਲੀ ਮੈਂ ਛੋਟਾ-ਮੋਟਾ ਪਨਾਮ ਨਹੀਂ ਲੈਂਦੇ ਚਲੋ ਨਹੀਂ ਇਦਾਂ ਵੈਸੇ ਨਹੀਂ ਹੋਇਆ ਪਰ ਜੀ ਕਦੀ ਹੋਵੇ ਵੀ ਤੇ ਫਿਰ ਮੈਂ ਸਿੱਧਾ ਮੂੰਹ ਤੇ ਕਹਿ ਦਿੰਨੀ ਆ ਆਈ ਡੋਨਟ ਕੇਅਰ ਕਿ ਅੱਗੇ ਕਾਲੂ ਲਿੰਕ ਖਰਾਬ ਹੁੰਦਾ ਕਿ ਨਹੀਂ ਮੈਂ ਖੁਦ ਹੀ ਨਹੀਂ ਪਸੰਦ ਕਰਦੀ ਮੈਂ ਇਹ ਕਹਨੀ ਆ ਕਿ ਜਿਹੜਾ ਬੰਦਾ ਆ ਨਾ ਜਿਹੜਾ ਮੁੰਡਾ ਆ ਜੀ ਉਹਦੀ ਜ਼ੁਬਾਨ ਐ ਨਹੀਂ ਤੇ ਉਹ ਬੰਦਾ ਹੀ ਨਹੀਂ ਹੈਗਾ ਜਿਹੜੀ ਜ਼ੁਬਾਨ ਐ ਨਾ ਤੇ ਉਹ ਫਿਰ ਪੱਥਰ ਤੇ ਲਕੀਰ ਹੋਣੀ ਚਾਹੀਦੀ ਕੀ ਚਾਹਾਂ ਕਿਹਾ ਐ ਤੇ ਫਿਰ ਉਹ ਕਰਦਾ ਹੈ ਕਹਤਾ ਤਾਂ ਕਹਤਾ ਹੈ ਨਾ ਕਹਤਾ ਵੀ ਕਹਤਾ ਤੇ ਮੈਂ ਵੀ ਇਦਾਂ ਹੀ ਆ ਜੇ ਮੈਂ ਕਿਹਾ ਐ ਤਾਂ ਫਿਰ ਮੈਂ ਉਹ ਕਰਨਾ ਆ ਹੂੰ ਹੂੰ ਆਣੀ ਹੈਗਾ ਕੀ ਕਹਿਤਾ ਤੇ ਅੱਛਾ ਕੋਈ ਗੱਲ ਨਹੀਂ ਠੀਕ ਆ ਐਂਡ ਫਿਰ ਇੱਕ ਚੀਜ਼ ਤੋਂ ਮੈਨੂੰ ਬੜੀ ਪ੍ਰੋਬਲਮ ਆ ਮੈਨੂੰ ਆਈ ਥਿੰਕ ਮੇਨ ਹਰ ਵਾਰੀ ਹੀ ਹੁੰਦਾ ਹੁਣ ਮੈਨੂੰ ਟੀਮ ਵਾਲੇ ਕਹਿਣ ਲੱਗੇ ਭਾਈ ਤੂੰ ਬੰਦਾ ਘੰਟਾ ਘੰਟਾ ਲੇਟ ਹੀ ਜਾਇਆ ਕਰ ਜੇ ਮੈਨੂੰ ਕਿਹਾ 5 ਵਜੇ ਟਾਈਮ ਆ ਕਾਲ ਟਾਈਮ ਆ ਤੇ ਇੱਕ ਵਾਰੀ ਪਟਿਆਲੇ ਸ਼ੂਟ ਸੀਗਾ ਤੇ ਮੈਨੂੰ ਕਹਿੰਦੇ ਮੈਮ 5 ਵਜੇ ਆਣਾ 5 ਵਜੇ 5 ਵਜੇ ਮੈਂ ਕਿਹਾ ਹਾਂਜੀ ਠੀਕ ਆ 5 ਵਜੇ ਜੀ ਅਸੀਂ ਪਹੁੰਚ ਗਏ ਉੱਥੇ ਪੂਰੇ 5 ਵਜੇ ਨੂੰ ਹਲੇ 5 ਮਿੰਟ ਪਹਿ ਸੀ ਤੇ ਮੈਫੋਨ ਕੀਤਾ ਤੇ ਮੈਂ ਕਿਹਾ ਹਾਂ ਜੀ ਤੁਸੀਂ ਕਿੱਥੇ ਤੁਸੀਂ ਪਹੁੰਚ ਗਏ ਮੈਂ ਕਿਹਾ ਹਾਂ ਜੀ ਤੇ ਡਾਇਰੈਕਟਰ ਹਣੀਸ ਉੱਤੇ ਲੈ ਲਓ 6 ਵਜੇ ਪਹੁੰਚੇ ਫਿਰ ਉੱਥੇ ਉਹ ਤਾਂ ਘੰਟੇ ਇੱਕ ਦਾ ਰਸਤਾ ਆ ਘੰਟੇ ਡੇਢ ਘੰਟੇ ਵਾ ਤੇ ਮੈਂ ਆ ਕਿ ਆ ਯਾਰ ਹਾਲ ਤੇ ਤੁਸੀਂ ਘੰਟਾ ਕਿ ਕੀਤਾ ਉੱਥੇ ਗੱਡੀ 'ਚ ਬੈਠੀ ਸੋ ਗਈ ਨਾਲ ਡਰਾਈਵਰ ਗਿਆ ਸੀ ਵਿਚਾਰਾ ਉਹ ਵੀ ਤੇ ਸਰਦੀਆਂ ਉਤੋਂ ਠੰਡ ਇਹ ਮੈਨੂੰ ਲੱਗਦਾ ਸਿਰਫ ਤੁਹਾਡੇ ਪੇਸ਼ੇ 'ਚ ਨਹੀਂ ਯਾ ਇਸ ਫੀਲਡ 'ਚ ਨਹੀਂ ਕਹਿ ਸਕਦੇ ਸਾਡੇ ਵਾਲੇ 'ਚ ਬਹੁਤ ਹੁੰਦਾ ਮੈਂ ਬਹੁਤ ਲੇਟ ਹੋ ਗਈ ਟਾਈਮ ਦੀ ਵੈਲਿਊ ਨਹੀਂ ਗਈ ਹੂੰ ਇਹ ਮੇਰੇ ਚ ਮੇਰੇ ਇਹ ਆਫਗੁਣ ਮੈਂ ਕਹਿ ਸਕਦਾ ਮੇਰਾ ਆਫਗੁਣ ਹੈ ਮੈਂ ਕਈ ਵਾਰ ਟਾਈਮ ਤੇ ਨਹੀਂ ਪਹੁੰਚਦਾ ਕਈ ਵਾਰ ਬਹੁਤ ਵਾਰ ਹੋਇਆ ਰੀਸੈਂਟ ਆ ਸ਼ੂਟ ਸੀ ਜਿਹੜਾ ਪਰਸੋ ਚੌਥੀ ਤੇ ਉੱਥੇ ਵੀ ਮੈਂ ਪਹੁੰਚ ਗਿਆ ਨੂੰ 7 ਵਜੇ ਕਾਲ ਟਾਈਮ ਦਿੱਤਾ ਹੂੰ ਤੇ ਆਪ ਵੀ 8:30 8 ਵਜੇ ਪਹੁੰਚ ਰਹੇ ਸਾਰੇ ਕਿਹੜੀ ਜਗ੍ਹਾ ਸੀ ਸ਼ੂਟ ਮੈਂ ਕਿਹਾ ਸੀਰੀਅਸਲੀ ਹੂੰ ਇਤੋਂ ਕੰਟੈਕਟ ਦਾ ਰਸਤਾ ਆ ਅੱਛਾ ਸੋ ਬੈਡ ਸੋ ਬੈਡ ਤੁਸੀਂ ਸਾਗ ਬਣਾ ਲੈਣਾ ਹੂੰ ਆਉਂਦਾ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਲਫਾਫੇ ਤੇ ਆਉਂਦੀ ਆ ਐ ਹੱਥ ਨਾਲ ਨਹੀਂ ਆਉਂਦੀ ਪਰ ਉਹ ਜਿੱਦਾਂ ਲਫਾਫੇ ਤੇ ਕਿਵੇਂ ਮੈਨੂੰ ਨਹੀਂ ਪਤਾ ਲਫਾਫੇ ਵਾਲੀ ਕਿਵੇਂ ਬਣਦੀ ਆ ਜਿਵੇਂ ਉਹ ਪੇਪਰ ਕੱਟ ਕੇ ਹੈਨਾ ਪਲਥਿਨ ਕੱਟ ਕੇ ਆਪਾਂ ਤੇ ਫੇਰ ਉਹਦੇ ਤੇ ਪੇੜਾ ਕਰ ਲਓ ਤੁਸੀਂ ਹੈਨਾ ਤੇ ਫੇਰ ਐ ਹਾਲੀ ਹਾਲੀ ਬਣਾਈ ਜਾਓ ਫੇਰ ਤਾਂ ਬਣ ਜਾਂਦੀ ਆ ਜਿਵੇਂ ਮਾਤਾ ਹੁੰਨੀ ਐਵੇਂ ਕਰਕੇ ਬਣਾ ਲੈਂਦੀਆਂ ਨੇ ਹੱਥ ਨਾਲ ਐ ਤਾਂ ਨਹੀਂ ਬਣਦੀ ਓ ਚੂਰੀ ਬਹੁਤ ਖਾਨੀ ਮੈਂ ਮੱਕੀ ਦੀ ਰੋਟੀ ਦੀ ਹੂੰ ਮੱਕੀ ਦੀ ਰੋਟੀ ਦੀ ਚੂਰੀ ਮੱਕੀ ਦੀ ਰੋਟੀ ਸ਼ੱਕਰਪਾਕੇ ਦੇਸੀ ਕੇ ਪਾਕੇ ਠੀਕ ਹੈ ਤੇ ਸਾਗ ਉਹ ਕਿੰਨਾ ਕੁ ਖਾਣੇ ਹੁਣ ਸਾਗ ਕਿੰਨਾ ਕੁ ਬਣਦਾ ਫਿਰ ਹੁਣ ਤਾਂ ਸਰਦੀਆਂ ਆਪਣੇ ਪੰਜਾਬੀਆਂ ਦੇ ਕਰਤਾ ਸਾਗ ਹੀ ਤਰਿਆ ਹੁੰਦਾ ਸਾਗ ਧਰ ਲਿਆ ਉਤਰ ਗਿਆ ਪਾ ਲੋ ਤੜਕਾ ਲਓ ਆਹੀ ਗਮ ਜਲਦਾ ਹੋਣਾ ਹੋਣਾ ਮੇਰੇ ਮੇਰਾ ਚਾਚਾ ਕਹਿੰਦਾ ਹੁੰਦਾ ਕਿ ਹੁਣ ਇਹਨਾਂ ਨੇ ਬੁੜੀਆਂ ਨੇ ਧੁੰਨੀ ਹਰੀ ਕਰ ਦੇਣੀ ਅੱਖਾਂ ਜੀ ਵੀ ਸਾਗ ਨਿਕਲਣ ਲੱਗ ਜਾ ਮੈਨੂੰ ਲੱਗਦਾ ਪਰ ਸਰਦੀ ਦੀ ਸਵਾਦ ਬਹੁਤ ਲੱਗਦਾ ਮੈਂ ਸਾਡੀ ਟੀਮ ਨਾਲ ਦਾ ਸਰੂ ਹੀ ਸਾਗ ਖਾਂਦੇ ਆ ਸਾਡਾ ਇੱਕ ਮਿੱਤਰ ਨੇ ਇੱਥੇ ਮੋੜ ਤੇ ਖੜਦੇ ਨੇ ਚਲੋ ਹੁਣ ਅਸੀਂ ਘਰੋਂ ਦੂਰ ਰਹਿੰਨੇ ਆ ਭਾਈ ਘਰ ਦਾ ਸਵਾਦ ਤਾਂ ਨਹੀਂ ਮਿਲਦਾ ਪਰ ਉਹ ਬਾਈ ਕੋਲ ਅਸੀਂ ਜਾ ਕੇ ਰੋਟੀ ਖਾਂਦੇ ਆ ਸਾਗੀ ਖਾਂਦੇ ਹਾਸਾ ਸਾਨੂੰ ਬੜਾ ਸਵਾਦ ਲੱਗਦਾ ਨਹੀਂ ਮੈਂ ਰੋਜ਼ ਤਾਂ ਨਹੀਂ ਖਾ ਸਕਦੀ ਆਬਵੀਅਸਲੀ ਆਈ ਥਿੰਕ ਕੋਈ ਵੀ ਨਹੀਂ ਖਾ ਸਕਦਾ ਤੁਸੀਂ ਤੇ ਪਤਾ ਨਹੀਂ ਹੁਣ ਕਿੱਦਾਂ ਜੀ ਆਪਾਂ ਕਿੱਦਾਂ ਖਾ ਲੈਂਦੇ ਆ ਆਪਾਂ ਨੂੰ ਸਸਤਾ ਪੈਂਦਾ ਆਪੇ ਇੱਥੇ ਰੋਟੀ ਖਾ ਲੈਣੇ ਆ ਬਰ ਨਹੀਂ ਰੋਜ਼ ਨਹੀਂ ਹੂੰ 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 अच्छा कोई ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਤਾਂ ਸਿਰਫ ਪੁੱਤਾਂ ਵਾਂਗ ਪਾਲਿਆ ਕਰਦੇ ਆ ਨੇ ਹਨਾ ਫੇ ਪੁੱਤਾਂ ਵਾਂਗ ਕੁੱਟ ਵੀ ਪਈ ਹੋ ਪੂਰੀ ਹਾਲੇ ਤੱਕ ਵੀ ਮੈਂ ਪਤਾ ਨਹੀਂ ਆ ਮੀਨ ਮੇਰੇ ਘਰ ਚ ਨਾ ਜਦੇ ਵੀ ਕੋਈ ਖਰਾਬੀ ਹੁੰਦੀ ਆ ਜੇ ਦੇ ਕੋਈ ਟੁੱਟ ਗਿਆ ਭੱਜ ਗਿਆ ਦੋ ਜਣੇ ਦਾ ਨਾਂ ਲੱਗਦਾ ਤਕਮੀਰਾ ਦੂਜਾ ਕੁੱਤੇ ਦਾ ਕੁੱਤਾ ਮੇਰਾ ਹਸਕੀ ਆ ਉਹ ਬਹੁਤ ਸ਼ਰਾਰਤੀ ਆ ਤੇ ਜੇ ਉਹਨੇ ਨਹੀਂ ਕੀਤਾ ਪਤਾ ਆ ਹਨਾ ਕਿ ਉਹ ਅੰਦਰ ਨਹੀਂ ਆਇਆ ਜਾਂ ਕੁਛ ਤੇ ਦੂਜਾ ਨਾਮ ਮੇਰਾ ਮੇਰੇ ਬ੍ਰਦਰਸ ਦਾ ਨੀ ਹਰਕੇ ਹੀ ਦਾ ਨੀ ਹੂੰ ਤੇ ਮੈਂ ਫਸ ਜੰਨੀ ਆ ਜਾਂ ਕਈ ਵਾਰੀ ਮੈਂ ਕੀ ਕੀਤਾ ਹੁੰਦਾ ਦੇ ਨਾਮ ਗੁੱਸਾ ਲਾ ਦਿੰਦੀ ਆ ਉਹਨੇ ਕੀਤਾ ਕੋਈ ਐਸਾ ਕਿੱਸਾ ਹੋਵੇ ਤੁਹਾਡੇ ਫਿਰੇ ਹੁਣ ਫਿਰ 72 ਹੁਣ ਯਾਰ ਉਹ ਤਾਂ ਹਲੇ ਵੀ ਮੰਮੀ ਮਾਰਦੀ ਚਟਾਕਾ ਧੜਾਮ ਪੈ ਜਾਂਦਾ ਹੁਣ ਦੀ ਆਹ ਗੱਲ ਕਰੀ ਨਾ ਵਧੀਆ ਹੈ ਵਧੀਆ ਜੀ ਮੁੰਡਿਆਂ ਦੇ ਵੀ ਪੈਣੀ ਚਾਹੀਦੀ ਨਾ ਫਿਰ ਕੁੜੀਆਂ ਦੇ ਕਿਉਂ ਕੱਲੀ ਨਹੀਂ ਮੈਂ ਤਾਂ ਨਹੀਂ ਮੈਂ ਆਂਟੀ ਜੀ ਨੂੰ ਪਰਸਨਲੀ ਜਾਣਦਾ ਅੱਡੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਦੇਖਿਓ ਡਾਟਿਆ ਕਰੋ ਡਾਂਟਣਾ ਠੀਕ ਆ ਹੂੰ ਛਿਤਰਿੰਗ ਨਹੀਂ ਹੋਣੀ ਚਾਹੀਦੀ ਨਾ ਛਿਤਰ ਕਿਉਂ ਮਾਂ ਪਿਓ ਵਾਸਤੇ ਬੱਚਾ ਬੱਚਾ ਹੀ ਆ ਚਾਹੇ ਆਪਾਂ 70 ਸਾਲ ਦੇ ਕਿਉਂ ਨਾ ਹੋ ਗਏ ਅੱਛਾ ਤੇ ਮਾਂ ਪਿਓ ਲਈ ਫਿਰ ਮੁੰਡੇ ਮੁੰਡੇ ਆਵੇ ਕੁੜੀਆਂ ਕੁੜੀਆਂ ਕਿਉਂ ਆ ਲੈ ਐਦਾ ਥੋੜਾ ਬਰਾਬਰ ਹੀ ਕਰ ਰਹੇ ਨੇ ਉਹਦਾ ਫਿਰ ਜੇ ਪੁੱਤਾਂ ਮੰਗ ਪਾਲਿਆ ਫਿਰ ਪੁੱਤਾਂ ਨੂੰ ਕੁੱਟ ਵੀ ਖਾਓ ਇੱਕ ਦਿਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੇ ਦੂਜੇ ਦੂਜੇ ਘਰ ਚਲ ਜੁਣਾ ਨਹੀਂ ਮੁੱਕਦੀ ਤੁਸੀਂ ਅੱਗੇ ਵੀ ਜਾਣਾ ਅੱਗੇ ਵੀ ਜਾਣਾ ਇਦਾਂ ਹੀ ਕਰਦੀ ਰਹਿੰਦੀਆਂ ਮੰਮੀਆਂ ਤੁਹਾਨੂੰ ਸੁਣਾਉਂਦੇ ਹੋਣਗੇ ਫਿਰ ਤਾਂ ਤੇ ਹੋਰ ਆ ਕਰ ਲਾ ਵਿਆਹ ਤੋਂ ਬਾਅਦ ਵੀ ਫਿਰ ਕਰਨਗੀ ਚੰਗੀ ਰੋਗੀ ਫਿਰ ਵਰਗੀ ਕਹਿੰਦੇ ਨੇ ਇਦਾਂ ਬਤੇਰਾ ਆਈ ਥਿੰਕ ਕਿ ਸਾਰੀਆਂ ਮੰਮੀਆਂ ਦਾ ਪੈਟ ਡਾਇਲੋਗ ਆ ਤੇ ਸਾਰੀਆਂ ਕੁੜੀਆਂ ਨੂੰ ਸੁਣਨਾ ਹੀ ਪੈਂਦਾ ਵਿਆਹ ਤੋਂ ਬਾਅਦ ਵੀ ਐ ਕਰਨਾ ਤੁਹਾਡੀ ਗੱਲਾਂ 'ਚੋਂ ਸਵਾਲ ਆਇਆ ਤੁਸੀਂ ਦੱਸਿਆ ਕਿ ਜਦ ਤੁਹਾਡੇ ਫਾਦਰ ਸਾਹਿਬ ਚਲੇ ਗਏ ਸੀ ਤਾਂ ਤੁਹਾਡੀ ਮੈਰਿਜ ਨੂੰ ਲੈ ਕੇ ਬੜੀਆਂ ਚੀਜ਼ਾਂ ਆਈਆਂ ਹਨਾ ਵੀ ਹੁਣੇ ਬੋਝ ਆ ਹੁਣ ਇਹਨੂੰ ਵਿਆਹ ਦੋ ਹਨਾ ਮੈਨੂੰ ਲੱਗਦਾ ਬੜੀਆਂ ਮੇਰੀਆਂ ਭੈਣਾਂ ਜਿਹੜੀਆਂ ਹੋਣਗੀਆਂ ਮੈਂ ਤਾਂ ਛੋਟੀਆਂ ਨੇ ਕਈ ਵੱਡੀਆਂ ਨੇ ਜਿਨ੍ਹਾਂ ਦੀ ਜਿਹੜੀ ਉਮਰ ਵੀ ਨਹੀਂ ਹੁੰਦੀ ਪਰ ਉਹਨਾਂ ਨੂੰ ਇੱਕ ਲਾਲਚ ਦੇ ਵਿੱਚ ਵਿਆਹ ਦਿੰਦੇ ਨੇ ਉਹ ਲਾਲਚ ਕੀ ਹੁੰਦਾ ਬਾਹਰ ਜਾਣ ਦਾ ਅੱਜ ਕੱਲ ਜੋ ਬਹੁਤ ਚੱਲਿਆ ਮੇਰੇ ਖਿਆਲ ਮਹਿਜ਼ 18 ਸਾਲ ਦੀ ਉਮਰ ਹੁੰਦੀ ਹੈ ਇੱਕ ਕੁੜੀ ਦੀ ਤੇ ਉਹਨੂੰ ਇੱਕ ਮੁੰਡੇ ਦੇ ਨਾਲ ਜੋੜ ਦਿੱਤਾ ਜਾਂਦਾ ਇਸ ਕਰਕੇ ਵੀ ਉਹ ਮੁੰਡਾ ਮੁੰਡੇ ਨੂੰ ਬਾਹਰ ਲੈ ਜਾਊਗੀ। ਜਾਂ ਕੁੜੀਆਂ ਜਾਂ ਕੁੜੀਆਂ ਹਨਾ ਕੁੜੀਆਂ ਮੁੰਡੇ ਨੂੰ ਬਾਹਰ ਲੈ ਜਾਣਗੀਆਂ ਮੁੰਡਾ ਕੁੜੀ ਨੂੰ ਬਾਹਰ ਲੈ ਜਾਊਗਾ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਯਾਨੀ ਇੱਕ ਮਤਲਬ ਦੇ ਨਾਲ ਰਿਸ਼ਤਾ ਜੋੜ ਦਿੱਤਾ ਜਾਂਦਾ। ਤੁਸੀਂ ਉਹਨੂੰ ਕਿੰਨਾ ਕੁ ਤਰਜੀਹ ਦਿੰਦੇ ਹੋ? ਕਿਉਂਕਿ ਤੁਹਾਡੇ ਨਾਲ ਵੀ ਹੋਇਆ ਹੋਊਗਾ ਇਹ ਚੀਜ਼। ਜਦ ਫਾਦਰ ਸਾਹਿਬ ਗਏ ਨੇ, ਅੰਕਲ ਜੀ ਗਏ ਨੇ ਤਾਂ ਤੁਹਾਨੂੰ ਵੀ ਬੜੇ ਰਿਸ਼ਤੇ ਬਾਹਰ ਦੇ ਦੀ ਲੋਕਾਂ ਨੇ ਭੇਜੇ ਹੋਣਗੇ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਗਵਾਂਡ ਨੇ ਹਨਾ ਹੋਇਆ ਹੋਊਗਾ ਤੁਹਾਡੇ ਨਾਲ। ਮੈਨੂੰ ਲੱਗਦਾ ਕਿ ਲੋਕੀ ਬਾਹਰ ਜਾਣ ਪਿੱਛੇ ਪਾਗਲ ਹੋ ਗਏ ਆ। ਇਹ ਨਹੀਂ ਦੇਖਦੇ ਕਿ ਮੁੰਡੇ ਦਾ ਕੀ ਬੈਕਗ੍ਰਾਉਂਡ ਆ ਜਾਂ ਕੁੜੀ ਦਾ ਕੀ ਬੈਕਗ੍ਰਾਉਂਡ ਆ ਤੇ ਕੁਝ ਲੋਕੀ ਬੜੇ ਈਜ਼ੀ ਨੇ ਇਸ ਗੱਲ ਨੂੰ ਅੱਛਾ ਠੀਕ ਆ ਉੱਥੇ ਜਾ ਕੇ ਛੱਡ ਦਾਂਗੇ ਸਿਰਫ ਬਾਹਰ ਪੰਜਨਾ ਮੀਨ ਮੋਟਿਵ ਆ ਤੇ ਸਾਰੇ ਨਹੀਂ ਮੈਂ ਕਹਿ ਸਕਦੀ ਬਹੁਤ ਅਣਖ ਵਾਲੇ ਵੀ ਲੋਕੀ ਹਲੇ ਹੈਗੇ ਨੇ ਪਰ ਮੈਨੂੰ ਲੱਗਦਾ ਕਿ ਕੁਝ ਲੋਕੀ ਬਾਹਰ ਜਾਣ ਲਈ ਇੰਨੇ ਕ ਪਾਗਲ ਹੋ ਗਏ ਨੇ ਕਿ ਉਹਨਾਂ ਨੂੰ ਮੈਟਰ ਨਹੀਂ ਕਰਦਾ ਕੁੜੀ ਉੱਥੇ ਕੀ ਕਰਦੀ ਸੀ ਇਕ ਕੁੜੀ ਕੀ ਆ ਕੀ ਨਹੀਂ ਆ ਖਾਂਦੀ ਪੀਂਦੀ ਹੈਗੀ ਆ ਮੈਂ ਨਹੀਂ ਕਹਿੰਦੀ ਕਿਸੇ ਦੀ ਧੀ ਮਾੜੀ ਆ ਪਰ ਬਾਹਰ ਜਾਣਾ ਇਸ ਹਾਈਲਾਈਟ ਕੀਤਾ ਹੋਇਆ ਬਸ ਅੱਜ ਕੱਲ੍ਹ ਕੁੜੀਆਂ ਵਾਸਤੇ ਜ਼ਰੂਰੀ ਆ ਬਾਹਰ ਜਾਣਾ ਕਿਉਂਕਿ ਜਿਸ ਤਰੀਕੇ ਦੀ ਸੇਫਟੀ ਆ ਜਿਸ ਤਰੀਕੇ ਦਾ ਤੌਰ ਤਰੀਕਾ ਬਾਹਰ ਦਾ ਚਲਣ ਚੱਲ ਰਿਹਾ ਤੁਹਾਨੂੰ ਪਤਾ ਮੈਨੂੰ ਲੱਗਦਾ ਇਹ ਸਾਰੇ ਹਰ ਇੱਕ ਨੂੰ ਪਤਾ ਅੱਜ ਕੱਲ੍ਹ ਤਾਂ ਵੀ ਕੀ ਕੁਝ ਚੱਲਦਾ ਕਈ ਚੀਜ਼ਾਂ ਦਾ ਐਸੇ ਵੀ ਹੁੰਦੇ ਨੇ ਮੈਂ ਕਹਿਣ ਦੇ ਵਿੱਚ ਗਰੇਜ਼ ਨਹੀਂ ਕਰੂੰਗਾ ਦੇਵ ਭਾਰ ਵੀ ਹੁੰਦਾ ਹੈ ਕੁੜੀਆਂ ਆਪਣਾ ਜਿਸਮ ਵੀ ਜਾ ਕੇ ਵੇਚਦੀਆਂ ਨੇ ਸ਼ਰਮਾਂ ਵੇਚਦੀਆਂ ਨੇ ਸਿਰਫ ਪੈਸੇ ਕਰਕੇ ਵੀ ਮੈਂ ਘਰੋਂ ਪੈਸੇ ਨਹੀਂ ਮੰਗਾਉਣੇ ਆ ਮੈਨੂੰ ਇਹ ਚੀਜ਼ ਹੋਣੀ ਨਹੀਂ ਹਾਲਾਂਕਿ ਕਈ ਲੋਕ ਮੇਰੀ ਗੱਲ ਦਾ ਸ਼ਾਇਦ ਗੁੱਸਾ ਵੀ ਕਰਨਗੇ ਇਤਰਾਜ਼ ਵੀ ਕਰਨਗੇ ਪਰ ਇੱਕ ਉਹਦਾ ਸੱਚ ਹੈ ਬੋਲਣ ਦੇ ਵਿੱਚ ਮੈਂ ਗਰੇਜ਼ ਨਹੀਂ ਕਰੂੰਗਾ ਤੁਹਾਡੇ ਤੱਕ ਵੀ ਕਈ ਕਿਉਂਕਿ ਤੁਸੀਂ ਹੁਣ ਲੋਕਾਂ ਵਾਸਤੇ ਕਈਆਂ ਵਾਸਤੇ ਇੱਕ ਪ੍ਰੇਰਣਾ ਬਣੇ ਹੋ ਤੁਹਾਨੂੰ ਵੀ ਕਈ ਫੋਲੋ ਕਰਦੇ ਨੇ ਹਨ ਤੁਹਾਨੂੰ ਵੇਖ ਕੇ ਜਿਵੇਂ ਰੀਲਾਂ ਵੀ ਬਣਾਉਂਦੇ ਨੇ ਤੁਹਾਨੂੰ ਫੋਲੋ ਕਰਦੇ ਨੇ ਸੂਟ ਪਾਇਆ ਸੀ ਵੀ ਸੂਟ ਪਾਵਾਂਗੇ ਹਾਂ ਤਾਂ ਉਹਨਾਂ ਵਾਸਤੇ ਕੋਈ ਮੈਸੇਜ ਜ਼ਰੂਰ ਮੈਂ ਚਾਹੁੰਦਾ ਤੁਹਾਡੇ ਵੱਲੋਂ ਕਿ ਤੁਹਾਡੇ ਤੁਹਾਨੂੰ ਜਿਹ ਉਹਨਾਂ ਵਾਸਤੇ ਕੋਈ ਮੈਸੇਜ ਜ਼ਰੂਰ ਹੋਵੇ ਜੀ ਜਿਹੜੇ ਜਿਹੜੀ ਕੁੜੀਆਂ ਇਸ ਚੀਜ਼ ਦੇ ਵਿੱਚ ਪਈਆਂ ਨੇ ਆ ਜੀ ਉਹ ਤੱਕੇ ਨਾ ਕਹਿ ਲੋ ਜਾਂ ਸਟ੍ਰੈਸ ਕਰਕੇ ਕਹਿ ਲੋ ਵੀ ਚੀਜ਼ ਕਿਸ ਹੱਦ ਤੱਕ ਸਹੀ ਹੈ ਕਈ ਤਾਂ ਵਿਚਾਰੀਆਂ ਮੈਨੂੰ ਲੱਗਦਾ ਯੂਜ਼ ਹੁੰਦੀਆਂ ਹੋਣਗੀਆਂ ਗਲਤ ਪਰ ਮੈਨੂੰ ਲੱਗਦਾ ਕਿ ਬਾਕੀ ਜੇ ਨਹੀਂ ਤੁਹਾਡੇ ਕੋ ਉੱਥੇ ਕੋਈ ਚੀਜ਼ਾਂ ਮੈਨੇਜ ਹੋ ਰਹੀਆਂ ਰੈਂਟ ਨਹੀਂ ਮੈਨੇਜ ਹੋ ਰਹੀ ਤਾਂ ਵਾਪਸ ਆ ਜਾਓ ਤਾਡੀ ਇਜ਼ਤ ਤੋਂ ਵੱਡਾ ਯਾ ਲਾਈਫ ਤੋਂ ਜਾਂ ਪੇਰੈਂਟਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੁਝ ਵੀ ਹੈਗਾ ਯਾ ਪਰ ਉੱਥੇ ਤੁਹਾਨੂੰ ਨਹੀਂ ਲੱਗਦਾ ਕੋਈ ਕਈ ਵਾਰ ਇਹ ਸਵਾਲ ਵੀ ਆ ਜਾਂਦਾ ਵੀ ਹੁਣ 18-20 ਲੱਖ ਯਾਰ ਕਈ ਵਾਰ 25-25 ਲੱਖ ਲਾ ਕੇ ਮਾਪਿਆਂ ਨੇ ਕਰਜ਼ਾ ਚੱਕ ਕੇ ਵੀ ਤੁਹਾਨੂੰ ਬਾਹਰ ਭੇਜਿਆ ਹੁੰਦਾ ਤੇ ਫਿਰ ਉੱਥੇ ਵਾਪਸ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ ਫਿਰ ਸ਼ਾਇਦ ਇਹ ਸਟੈਪ ਲੈਣਾ ਵੀ ਉਹਨਾਂ ਵਾਸਤੇ ਪੈਂਦਾ ਉਹ ਕੁੜੀਆਂ ਜਾਂ ਕਈ ਵਾਰ ਮੁੰਡੇ ਵੀ ਕਈ ਗਲਤ ਕਰਦੇ ਨੇ ਫਿਰ ਉੱਥੇ ਬਥੇਰੇ ਮੁੰਡੇ ਹੈਗੇ ਚੰਗਾ ਮੁੰਡਾ ਦੇ ਕੇ ਵਿਆਹ ਕਰਾ ਲਓ ਫੈਮਲੀਆਂ ਨੂੰ ਦੇਖ ਲਓ ਕੀ ਅੱਛਾ ਹਾਂ ਉੱਥੇ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਕੋਈ ਉੱਥੇ ਪਹਿਲਾਂ ਤਾਂ ਜੇ ਤੁਹਾਨੂੰ ਵਧੀਆ ਕੰਮ ਮਿਲਦਾ ਤਾਂ ਕੰਮ ਕਰ ਲਓ ਹਨਾ ਪਰ ਮੈਨੂੰ ਇਦਾਂ ਲੱਗਦਾ ਕਿ ਕਿਸੇ ਦੇ ਨਾਲ ਰਿਲੇਸ਼ਨ ਚਾਣਾ ਪੈਸਿਆਂ ਕਰਕੇ ਉਹਦੇ ਨਾਲੋਂ ਤਾਂ ਚੰਗਾ ਕੀ ਵਿਆਹ ਕਰਾ ਲਓ ਇਕੱਠੇ ਮਿਹਨਤ ਕਰੋ ਬਹੁਤ ਮੁੰਡੇ ਹੈਗੇ ਆ ਜਿਹੜੇ ਤੁਹਾਨੂੰ ਸਪੋਰਟ ਵੀ ਕਰਦੇ ਆ ਚੰਗੇ ਵੀ ਨੇ ਚੰਗੇ ਵੀ ਨੇ ਤੁਹਾਡੀ 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 ਚੰਗੀਆਂ ਚੀਜ਼ਾਂ ਦੇ ਕੇ ਤੁਹਾਡੇ ਨਾਲ ਆਈ ਮੀਨ ਰਿਲੇਸ਼ਨ ਛੱਡੋ ਕੀ ਵਿਆਹ ਕਰਾ ਨੂੰ ਫਿਰਦੇ ਨੇ ਹਨਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਜਿਸਮਾ ਦਾ ਹੀ ਭੁੱਖਾ ਹੋਵੇ ਬਹੁਤ ਮੁੰਡੇ ਇਦਾਂ ਦੇ ਵੀ ਹੈਗੇ ਨਹੀਂ ਜੋ ਤੁਹਾਡੀ ਨੇਚਰ ਤੁਹਾਡੀ ਸਾਥਕੀ ਨੂੰ ਪਿਆਰ ਕਰਦੇ ਨੇ ਤੁਹਾਡੀ ਫੈਮਲੀਆਂ ਨੂੰ ਪਿਆਰ ਕਰਦੇ ਨੇ ਜਿਹੜੇ ਖਾਨਦਾਨੀ ਮੁੰਡੇ ਨੇ ਜਾਂ ਵਧੀਆ ਫੈਮਲੀਆਂ ਤੋਂ ਜਾਂ ਖਾਨਦਾਨੀ ਕੁੜੀਆਂ ਨੇ ਜ਼ਰੂਰੀ ਨਹੀਂ ਹਰ ਰਿਸ਼ਤਾ ਜ਼ਮੀਨਾਂ ਨਾਲ ਹੀ ਹੁੰਦਾ ਆ ਜਾਂ ਹਰ ਰਿਸ਼ਤਾ ਪੈਸਿਆਂ ਨਾਲ ਹੀ ਹੁੰਦਾ ਆ ਹਮ ਹਨਾ ਅੱਜ ਕੱਲ ਤਾਂ ਆਇਲਸ ਵੀ ਕਹਿੰਦੇ ਡਿਗਰੀ ਬਣ ਗਈ। ਡਿਗਰੀ ਬਣੀ। ਚਾਹੇ ਮੁੰਡੇ ਦੀ ਡਿਗਰੀ ਕਲੀਅਰ ਨਾ ਹੋਈ ਹੋਵੇ, ਸੱਪਲੀਆਂ ਹੋਣ, ਜਿੰਨਾ ਮਰਜ਼ੀ ਡਿਫਾਲਟਰ ਮੁੰਡਾ ਹੋਵੇ। ਜੇ ਮੁੰਡੇ ਦੇ ਕਿਤੇ IELTS 'ਚ ਗਲਤੀ ਨਾਲ ਵੀ, ਗਲਤੀ ਨਾਲ ਵੀ 6, 6.5 ਜਾਂ 7 ਬੈਂਡ ਆ ਗਏ ਤਾਂ ਉਹਦਾ ਰੁਤਬਾ ਪਿੰਡ ਦੇ ਵਿੱਚ ਸਭ ਤੋਂ ਉੱਚਾ ਹੁੰਦਾ। ਵੀ ਭਾਈ ਇਹਦੇ 7 ਬੈਂਡ ਆਏ ਹੋਏ ਨੇ। ਦੇਖ ਕੇ ਗੱਲ ਕਰ। ਮਾੜੇ ਮਾੜੇ ਤੇ ਕੋੜੇ ਸੱਚ ਨੇ ਅੱਜ ਕੱਲ ਦੇ। ਇਹ ਹੈਨਾ ਕਿ ਬੈਂਡ ਆ ਗਏ ਕੁੜੀਆਂ ਦੇ, ਮੁੰਡਿਆਂ ਦੇ ਬਸ ਬਾਹਰ ਜਾਣਾ ਆ। ਦਿਵਿਆ ਹੋਈ ਜਾਂਦੇ ਨੇ ਉੱਥੇ ਜਾ ਕੇ ਵਿਚਾਰੇ ਕਿਵੇਂ ਧੱਕੇ ਖਾ ਰਹੇ ਨੇ ਆ ਕਿਵੇਂ ਤੰਗ ਹੋ ਰਹੇ ਨੇ ਉਹ ਚੀਜ਼ਾਂ ਨਹੀਂ ਦੇਖ ਰਹੀਆਂ ਕਿਸੇ ਮੇਰਾ ਸਵਾਲ ਇੱਕ ਵਿੱਚ ਰਹਿ ਗਿਆ ਤੁਹਾਨੂੰ ਕਿੰਨੇ ਕਹੇ ਸੀ ਫਿਰ ਉਸ ਟਾਈਮ ਤੇ ਜਦੋਂ ਟਾਈਮ ਚੋਂ ਨਿਕਲ ਰਹੇ ਸੀ ਰਿਸ਼ਤੇ ਤਾਂ ਬਹੁਤ ਆਏ ਸੀਗੇ ਪਰ ਸ਼ਾਇਦ ਉਦੋਂ ਮੇਰੇ ਘਰ ਦੇ ਕਹਿਣ ਲੱਗੇ ਸੀ ਕਿ ਬਹੁਤ ਜਿੱਦੀ ਆ ਠੀਕ ਠਾਕ ਕੋਈ ਗੱਲ ਸੁਣਦੀ ਨਹੀਂ ਹੈਗੀ ਪਰ ਸ਼ਾਇਦ ਮੈਂ ਹੁਣ ਮੈਨੂੰ ਮੇਰੇ ਫਾਦਰ ਸਾਹਿਬ ਨੇ ਇਦਾਂ ਦਾ ਬਣਾਤਾ ਸੀ ਸਟਰੋਂਗ ਜੀ ਹਮੇਸ਼ਾ ਮੁੰਡਿਆਂ ਵਾਂਗੂ ਟ੍ਰੀਟ ਕਰਨਾ ਤੇ ਮੈਂ ਉਦਾਂ ਦੀ ਬਣ ਗਈ ਸੀ ਕਿ ਨਹੀਂ ਮੈਂ ਸਭ ਕੁਝ ਆਪੇ ਹੀ ਕਰਨਾ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਕਿਸੇ ਤੋਂ ਲੈ ਕੇ ਨਹੀਂ ਖਾਣਾ 노 ਡਾਊਟ ਮੈਨੂੰ ਵਧੀਆ ਤੋਂ ਵਧੀਆ ਰਿਸ਼ਤੇ ਆਉਂਦੇ ਸੀ ਜਾਂ ਬਾਰੂ ਵੀ ਆਉਂਦੇ ਸੀ ਜਾਂ ਕੋਈ ਸੀ ਪਰ ਮੈਂ ਸੋਚੀ ਦੀ ਸੀ ਕਿ ਆਪੇ ਹੀ ਜਾਣਾ ਬਾਹਰ ਕਿਸੇ ਨਾਲ ਵਿਆਹ ਕਰਕੇ ਨਹੀਂ ਜਾਣਾ ਹੂੰ ਤੇ ਇੱਕ ਵਾਰੀ ਐਵੇਂ ਵੀ ਰਿਸ਼ਤਾ ਵੀ ਆਇਆ ਸੀਗਾ ਬਾਹਰ ਬਾਹਰ ਦਾ ਮੁੰਡਾ ਸੀ ਤੇ ਮੈਂ ਟੈਟੂ ਜਿਹਾ ਬਣਵਾਇਆ ਜਦੋਂ ਤੇ ਡੈਂਟਿਸਟ ਸੀਗਾ ਉੱਥੇ ਮੁੰਡਾ ਉੱਚੀ ਬੋਲੋ ਥੋੜਾ ਜਆ ਬਾਲਾ ਹੌਲੀ ਹੋ ਗਏ ਹੁਣ ਤੁਸੀਂ ਡੈਂਟਿਸਟ ਸੀਗਾ ਉੱਥੇ ਮੁੰਡਾ ਹਾਂ ਹਾਂ ਤੇ ਓ ਮੇਰੇ ਤੱਕ ਨਹੀਂ ਆਵਾਜ਼ ਪਹੁੰਚਦੀ ਲੋਕਾਂ ਤੱਕ ਪਤ ਨਹੀਂ ਬਚੂਗੀ ਹੌਲੀ ਹੌਲੀ ਬੋਲਦੀ ਮੈਂ ਵੀ ਹੂੰ ਹੂੰ ਅੱਜਾ ਤੇ ਉਹਦੀ ਮੰਮੀ ਸਾਰਾ ਵਧੀਆ ਸੀ ਘਰਦਿਆਂ ਨੂੰ ਵੀ ਪਸੰਦ ਆ ਗਿਆ ਸੀ ਸਾਰੇ ਸਿਸਟਮ ਉਸੇਕ ਮੜਕ ਕੇ ਕਹਿੰਦੇ ਜਾਂਦੇ ਕਿ ਅਦੀ ਮੰਮੀ ਕਹਿੰਦੀ ਜਾਂਦੀ ਕਿ ਕੁੜੀ ਦਾ ਟੈਟੂ ਰਿਮੂਵ ਹੋ ਜਾਊਗਾ ਕੁੜੀ ਤੇ ਸਾਨੂੰ ਪਸੰਦ ਦਾ ਵਧੀਆ ਆ ਇਹ ਉਹ ਸਾਰਾ ਗੋਸ਼ ਤੇ ਤੇ ਮੈਨੂੰ ਮੇਰੇ ਘਰ ਦੀ ਕਹਿਣ ਲੱਗੇ ਤੂੰ ਟੈਟੂ ਕਿਉਂ ਬਣਵਾਇਆ ਕਿੰਨੇ ਆਖਦੇ ਨੇ ਟੈਟੂ ਮੈਨੂੰ ਹੋਰ ਗਾਲਾਂ ਪਵਾਤੀਆਂ ਮੜਕੇ ਮੈਂ ਕਿਹਾ ਕਿ ਫਿਰ ਮੈਂ ਸੋਚਿਆ ਮੈਂ ਕਿ ਯਾਰ ਭਈ 30 ਸਾਲ ਕਹਿੰਦੇ ਹੋਗੇ ਉਹਨਾਂ ਨੂੰ ਉੱਥੇ ਗਿਆਨ ਸੋਚ ਲੈ ਵੀ ਟੈਟੂਆਂ ਦਾ ਕੀ ਐਟ ਕੀ ਆ ਕੀ ਐ ਟੈਟੂ ਫਿਰ ਉਹ ਜੱਜਮੈਂਟ ਸੀ ਆ ਗਈਆਂ ਟੈਟੂ ਬਣਾਉਣਾ ਤੁਸੀਂ ਕਿਸੇ ਨੂੰ ਜੱਜ ਕਰ ਸਕਦੇ ਆ ਕਿ ਉਹ ਮਾੜਾ ਆ ਜਾਂ ਬੁਰਾ ਆ ਇਹ ਪਤਾ ਕਿਸੇ ਨੇ ਟੈਟੂ ਨਹੀਂ ਬਣਵਾਇਆ ਉਹ ਕਿੰਨਾ ਕੁ ਬੁਰਾ ਆ ਹਾਂ ਇਹ ਕੀ ਪਤਾ ਕਿਸੇ ਦੀ ਸਾਰੀ ਬਾਡੀ ਟੈਟੂ ਨਾਲ ਭਰੀ ਪਈ ਆ ਤੇ ਉਹ ਕਿੰਨਾ ਕੁ ਰੱਬ ਨੂੰ ਮੰਨਦਾ ਆ ਜਾਂ ਉਹ ਕਿੰਨਾ ਕੁ ਦੀ ਜਿਹੜੀ ਇਨਰ ਸੋਲ ਹੈਗੀ ਉਹ ਕਿੰਨੀ ਕੁ ਸੋਹਣੀ ਆ ਹਾਂ ਟੈਟੂਆਂ ਨੂੰ ਦੇਖ ਕੇ ਤੁਹਾਨੂੰ ਕਿੰਨੇ ਕੁ ਲੋਕਾਂ ਨੇ ਆਮ ਜੱਜ ਕੀਤਾ ਸੋਸਾਇਟੀ ਦੇ ਵਿੱਚ ਆਈ ਡੋਨਟ ਕੇਅਰ ਕੀ ਜੱਜ ਕਰਦੇ ਨਹੀਂ ਕਰਦੇ ਮੈਨੂੰ ਪਤਾ ਮੈਂ ਕਿੱਦਾਂ ਦੀ ਆ ਮੇਰੀ ਫੈਮਿਲੀ ਨੂੰ ਪਤਾ ਮੈਂ ਕਿਦਾਂ ਦੀ ਆ ਮੇਰੇ ਫਰੈਂਡਸ ਨੂੰ ਪਤਾ ਹੋਣਾ ਚਾਹੀਦਾ ਲੋਕੀ ਤਾਂ ਬਹੁਤ ਕੁਝ ਕਹਿੰਦੇ ਨੇ ਲੋਕੀ ਤਾਂ ਰੱਬ ਨੂੰ ਵੀ ਨਹੀਂ ਚੀਨ ਦਿੰਦੇ ਹੂੰ ਹੈਨਾ ਤੇ ਚੀਜ਼ਾਂ ਤੁਹਾਡੇ ਸ਼ਾਇਦ ਮੰਮੀ ਹੋਣਾ ਤੱਕ ਵੀ ਪਹੁੰਚ ਆਉਣਗੇ ਸ਼ਾਇਦ ਤੁਹਾਡੇ ਕਰਦੇ ਨੇ ਤੁਹਾਨੂੰ ਦੱਸਿਆ ਵੀ ਨਾ ਹੋਣ ਨਹੀਂ ਐਦਾਂ ਤਾਂ ਨਹੀਂ ਆ ਨਹੀਂ ਹੋਇਆ ਐਵੇਂ ਤਾਂ ਨਹੀਂ ਹੈਗਾ ਹੂੰ ਤੇ ਬਾਕੀ ਤੁਹਾਡਾ ਟੈਟੂਸ ਬਣਾਉਣਾ ਸਹੀ ਹੈ ਕਿ ਗਲਤ ਵੈਸੇ ਨਾਰਮਲ ਦਾ ਸਵਾਲ ਹੈ ਮੈਨੂੰ ਤਾਂ ਵਧੀਆ ਲੱਗਦੀ ਸੀ ਮੈਂ ਬਣਵਾ ਲੇ ਤੇ ਮੈਨੂੰ ਲੱਗਦਾ ਜੇ ਤੁਸੀਂ ਕਾਲਰ ਜੌਬ ਕਰਨੀ ਆ ਫੇਰ ਤਾਂ ਨਹੀਂ ਬਣवानी ਚਾਹੀਦੀ ਤੇ ਮੈਂ ਤਾਂ ਕਰਨੀ ਨਹੀਂ ਜੌਬ ਜੂ ਵਾਲੇ ਆਪਾਂ ਕਿੱਥੇ ਆ ਆਰਡਰ ਉੱਡਰ ਕਿਸੇ ਤੇ ਨਹੀਂ ਸੁਣ ਹੁੰਦੇ ਆ ਆਰਡਰ ਮਾਰੀਦੇ ਆ ਸੁਣੀਦੇ ਨਹੀਂ ਥੋੜਾ ਜਿਹਾ ਅੜਬ ਵੀ ਹੋ ਤੁਸੀਂ ਮੈਂ ਸੁਣਿਆ ਮੁੰਡੇ ਮਾਡੇ ਕੁੱਟ ਲੈਨੇ ਆ ਨਹੀਂ ਯਾਰ ਇਦਾਂ ਤਾਂ ਨਹੀਂ ਆ ਹਾਂ ਕੋਈ ਬਦਤਮੀਜ਼ੀ ਕਰੂਗਾ ਤੇ ਫੇਰ ਆਈ ਥਿੰਕ ਹਰ ਕੁੜੀ ਦੇ ਸਾਰੇ ਸਪੈਸ਼ਲੀ ਪੰਜਾਬੀਆਂ ਦੇ ਕਹਿੰਦੇ ਹੈ ਕਿ ਆਪਦੇ ਮਸਲੇ ਆਪੇ ਨਿਵੇੜ ਕੇ ਆਓ। ਛੇੜ ਛੜਾ ਕੇ ਘਰੇ ਆ ਕੇ ਰੋਣਾ ਨਹੀਂ ਹੈਗਾ। ਜੁੱਤੀ ਲਾ ਕੇ ਉੱਥੇ ਮੂੰਹ ਤੇ ਮਾਰੋ ਐਂ ਕਹਿੰਦੇ ਨੇ ਸਾਰਿਆਂ ਦੇ ਘਰ ਦੇ। ਹੂੰ। ਬਾਕੀ ਕੋਈ ਮਤਲਬ ਕੋਈ ਦੇਖ ਰਿਹਾ ਆਇਆ ਕੋਈ ਕਮੈਂਟਸ ਕੰਪਲੀਮੈਂਟਸ ਇਜ਼ ਫਾਈਨ ਪਰ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਕੋਈ ਛੇੜ ਰਿਹਾ ਆ। ਕੋਈ ਤੁਹਾਨੂੰ ਟੱਚ ਕਰ ਰਿਹਾ ਆ ਤੇ ਤੁਸੀਂ ਉਹ ਸਹਿ ਰਹੇ ਹੋ। ਉੱਥੇ ਗਲਤੀ ਤੁਹਾਡੀ ਆ। ਦੁੱਤੀਆਂ ਦੇ ਹੱਥ ਮਰੋੜ ਕੇ ਜੇਬ ਵਿੱਚ ਪਾ ਕੇ ਘਰੇ ਤੋਰਨਾ ਚਾਹੀਦਾ ਉਹ ਬੰਦੇ ਨੂੰ ਮੈਨੂੰ ਹੀ ਲੱਗਦਾ ਆ। ਇਨਸਟੈਡ ਕਿ ਤੂੰ ਹੀ ਛੇੜਛਾੜ ਕੇ ਆ ਕੇ ਕਰੀ ਰੋ ਉਹ ਹੂੰ ਉੱਥੇ ਤੁਸੀਂ ਗਲਤ ਆ ਹੂੰ ਜਾਂ ਤੁਸੀਂ ਪੁਲਿਸ ਨੂੰ ਕਹੋ ਪੁਲਿਸ ਕੰਪਲੇਂਟ ਕਰੋ ਹੂੰ ਕਿਉਂਕਿ ਜੇ ਤੁਸੀਂ ਇੱਕ ਵਾਰੀ ਉਂਗਲੀ ਫੜਾਤੀ ਨਾ ਅਗਲੇ ਬੰਦੇ ਨੇ ਬਾਹ ਤਾਂ ਫੜਨੀ ਹੋਈ ਆ ਹਾਂ ਹੈਨਾ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਕਿ ਬਹੁਤ ਕੁੜੀਆਂ ਨੇ ਬਹੁਤ ਕੁਝ ਸਹਿ ਰਹੀਆਂ ਨੇ ਅੱਜਕੱਲ ਹੂੰ ਕਿਸੇ ਦੇ ਟਾਰਚਰ ਆ ਹੋ ਜਾਂਦਾ ਹੈ ਹੈਨਾ ਬਹੁਤ ਕੁਝ ਜਾਂ ਮੁੰਡੇ ਕਈ ਕੁੜੀਆਂ ਨੂੰ ਬਲੈਕਮੇਲ ਕਰ ਰਹੇ ਆ ਜਾਂ ਕਿਸੇ ਨਾ ਕਿਸੇ ਗੱਲ ਤੋਂ ਕੁੜੀਆਂ ਪਰੇਸ਼ਾਨ ਨੇ ਹਮ ਸਟ्रेस ਜਿਨੇ ਜਾਂ ਕੁਛ ਨੇ ਤੇ ਉਹ ਚੀਜ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਇਨਸਟੈਡ ਕੀ ਉਹ ਉਹ ਚੀਜ਼ਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਟੋਲਰੇਟ ਕਰਨਾ ਉਥੇ ਉਥੇ ਗਲਤੀ ਕੁੜੀਆਂ ਦੀ ਆ ਕੁੜੀਆਂ ਦੀ ਆ ਕੀ ਕੀ ਸੋਚ ਲੈਂਦੀਆਂ ਨੇ ਕੀ ਪੇਰੈਂਟਸ ਨੂੰ ਪਤਾ ਲੱਗ ਜਾਊਗਾ ਲੋਕਾਂ ਨੂੰ ਪਤਾ ਲੱਗ ਜਾਊਗਾ ਹਮ ਇੱਕ ਲਾਈਫ ਮਿਲੀ ਆ ਜੀ ਕੋਈ ਗਲਤੀ ਕਿਸੇ ਤੋਂ ਹੋ ਗਈ ਆ ਤੇ ਗਲਤੀਆਂ ਇਨਸਾਨ ਕੋਲੋਂ ਹੀ ਹੁੰਦੀਆਂ ਨੇ ਪਰ ਉਹਦੇ ਚੋਂ ਨਿਕਲਣਾ ਇੱਕ ਵਾਰੀ ਤਾਂ ਪੈਣਾ ਹੀ ਆ ਜਾਂ ਫੇ ਸਾਰੀ ਲਾਈਫ ਉਹ ਟੋਲਰੇਟ ਕਰੋ ਜਾਂ ਫੇ ਪੁਲਿਸ ਦੀ ਜਾਂ ਆਪਣੀ ਵੱਡਿਆਂ ਦੀ ਹੈਲਪ ਲਓ ਬੋਲਣਾ ਚਾਹੀਦਾ ਬੋਲਣਾ ਚਾਹੀਦਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਇਹ ਤਾਂ ਮੈਂ ਆਪ ਵੀ ਦੇਖਿਆ ਵੀ ਤੁਸੀਂ ਗੱਡੀ ਦੇ ਵਿੱਚ ਡੰਡਾ ਵੀ ਰੱਖਦੇ ਹੋ ਉਹ ਫੋਰ ਥੋੜੀ ਆਵਦੀ ਸੇਫਟੀ ਆ ਕਦੇ ਕੋਈ ਵਾਕਾ ਹੋਇਆ ਵੀ ਇਹੋ ਜਿਹਾ ਕੋਈ ਕਿਉਂਕਿ ਇਹ ਇੰਡਸਟਰੀ ਦੇ ਵਿੱਚ ਕੰਮ ਸਾਰੀ-ਸਾਰੀ ਰਾਤ ਚੱਲਦੇ ਨੇ ਪੂਰੀ-ਪੂਰੀ ਰਾਤ ਚੱਲਦੇ ਨੇ ਕਈ ਵਾਰ ਦਿਨ ਵੀ ਲੰਘ ਜਾਂਦਾ ਹੈ ਕੰਮ ਤੇ ਡਿਪੈਂਡ ਹੈ ਕਈ ਵਾਰ ਕਿਸੇ ਗਾਣੇ ਦਾ ਸ਼ੂਟ ਐਸਾ ਲੰਬਾ ਹੋ ਜਾਂਦਾ ਕੋਈ ਸੀਨ ਐਸੇ ਹੁੰਦੇ ਨੇ ਆਪਾਂ ਪ੍ਰੋਪਰ ਟਾਈਮ ਤੇ ਲੈਣੇ ਹੁੰਦੇ ਨੇ ਸੋ ਕਈ ਵਾਰ ਤੁਹਾਡੇ ਨਾਲ ਹੋਇਆ ਹੋਊਗਾ ਵੀ ਰਾਤ ਨੂੰ ਗੱਡੀਆਂ ਪਿੱਛੇ ਲੱਗ ਜਾਣਾ ਜਾਂ ਕੋਈ ਸ਼ਰਾਰਤੀ ਅੰਸਰ ਪਿੱਛੇ ਲੱਗ ਗਿਆ ਹੋਵੇ ਹੋਇਆ ਕਦੇ ਇਹ ਹੋਇਆ ਜ਼ਰੂਰ ਹੈ ਹੁਣ ਇੱਥੇ ਨਾ ਨਹੀਂ ਕਹਿਣਾ ਕਿਉਂਕਿ ਮੈਂ ਚਾਹਣਾ ਸੁਣਨਾ ਸਵਾਲ ਜਵਾਬ ਹੋ ਜਾਂਦਾ ਕਦੀ ਪਰ ਹੁਣ ਤਾਂ ਚਲੋ ਨਾਲ ਜਿੱਦਾਂ ਹੁਣ ਕੱਲੇ ਨਹੀਂ ਨਿਕਲਦੇ ਤੇ ਬਾਕੀ ਸ਼ੂਟ ਤਾਂ ਤੁਹਾਨੂੰ ਪਤਾ ਹੀ ਹੈ ਟਾਈਮ ਕੋਈ ਫਿਕਸ ਨਹੀਂ ਹੁੰਦਾ ਰਾਤ ਨੂੰ ਆਣਾ ਜਾਣਾ ਐਂਡ ਸੇਫ ਵੀ ਨਹੀਂ ਹੁੰਦਾ ਤਾਂ ਫਿਰ ਉਹਦੇ ਨਾਲ ਤਾਂ ਚਲੋ ਟੀਮ ਹੁੰਦੀ ਆ ਸੇਫਟੀ ਆ ਬਾਕੀ ਡੰਡਾ ਰੱਖਣਾ ਜਾਂ ਕੋਈ ਹੋਰ ਹਥਿਆਰ ਸ਼ਸਤਰ ਉਹ ਤਾਂ ਆਈ ਥਿੰਕ ਸਾਰਿਆਂ ਨੂੰ ਹੀ ਰੱਖਣਾ ਚਾਹੀਦਾ ਆ ਜ਼ਰੂਰੀ ਚੀਜ਼ ਆ ਘਰਾਂ ਚ ਵੀ ਤੇ ਚਾਹੀਓ ਗਨਸ ਆ ਜਾਂ ਕੋਸ਼ੀਆ ਸਾਡੇ ਲੋਕੀ ਕਹਿ ਦਿੰਦੇ ਆ ਕਿ ਅੱਛਾ ਉਹ ਗਨਸ ਰੱਖੀ ਆਆਂ ਉਹ ਫੁਕਰੀਆਂ ਮਾਰਦੇ ਹੋ ਇਦਾਂ ਪਰ ਟਾਈਮ ਦੇਖੋ ਕਿਦਾਂ ਦਾ ਆ ਹੂੰ ਕੁੜੀਆਂ ਲਈ ਅੱਜ ਕੱਲ ਕੁੜੀਆਂ ਕੁੜੀਆਂ ਸੱਦੋ ਕਿਸੇ ਲਈ ਵੀ ਟਾਈਮ ਸੇਫ ਨਹੀਂ ਹੈਗਾ ਇੰਨੇ ਲੋਕੀ ਨਸ਼ੇੜੀ ਹੋਏ ਪਏ ਆ ਕਿ ਘਰਾਂ ਚ ਵੜੀ ਜਾਂਦੇ ਨੇ ਤੇ ਉੱਥੇ ਕੀ ਕਰ ਲਾਂਗੇ ਡੰਡੇ ਕਰਨ ਕੇ ਕੋਸ਼ ਆਗੇ ਤੁਹਾਨੂੰ ਵੀ ਮਾਰ ਜਵੇ ਗੋਲੀ ਮਾਰ ਜਵੇ ਜਾਂ ਕੋਸ਼ ਕਰ ਜਵੇ ਉੱਥੇ ਡੰਡਿਆਂ ਨੇ ਕੀ ਕਰਨਾ ਦੱਸੋ ਹਨਾ ਤੇ ਉਹ ਉੱਥੇ ਤੁਸੀਂ ਦੋਸਤੀ ਨੂੰ ਜੇ ਮੈਂ ਕਹਾ ਇੱਕ ਸ਼ਬਦ ਚ ਬਿਆਨ ਕਰਨਾ ਹੋਵੇ ਜਾਂ ਇੱਕ ਚੰਗੇ ਦੋਸਤ ਨੂੰ ਜਾਂ ਮਾੜੇ ਦੋਸਤ ਨੂੰ ਦੋਸਤੀ ਨੂੰ ਦੱਸੋਗੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਨਜ਼ਰੀਆ ਤੁਹਾਡਾ ਕੀ ਹੈ ਇੱਕ ਡੈਫੀਨੇਸ਼ਨ ਦੋਸਤੀ ਦੀ ਵੀ ਜ਼ਿੰਦਗੀ ਮੇਰੇ ਲਈ ਦੋਸਤੀ ਤਾਂ ਇਹ ਹੈ ਜ਼ਿੰਦਗੀ ਜਿਹੜਾ ਚੰਗਾ ਦੋਸਤ ਹੈ ਆ ਤੁਹਾਨੂੰ ਜ਼ਿੰਦਗੀ ਦੇ ਦਿੰਦਾ ਮਾੜਾ ਦੋਸਤ ਹੈ ਜ਼ਿੰਦਗੀ ਖਰਾਬ ਕਰ ਦਿੰਦਾ ਜਿਹੜੇ ਤੁਹਾਡੇ ਫਰੈਂਡ ਸਰਕਲ ਆ ਤੁਹਾਡੇ ਦੋਸਤ ਆ ਮਿੱਤਰ ਆ ਜਿੱਦਾਂ ਦੇ ਤੁਸੀਂ ਨਾਲ ਰੱਖੂਗੇ ਤੁਸੀਂ ਉਹਨਾਂ ਹੀ ਤਰੱਕੀ ਕਰੋਗੇ ਜੇ ਸਾਰੇ ਨਾਲ ਕੰਮ ਕਰਨ ਵਾਲੇ ਆ ਨਾ ਤੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਇੱਕ ਕਿੱਕ ਮਿਲਦੀ ਆ ਯਾਰ ਉਹ ਕੰਮ ਕਰਦਾ ਪਿਆ ਜੈਲਸੀ ਨਹੀਂ ਲੈਵਲ ਅਪ ਕਰੋ ਹੁਣ ਜੈਲਸੀ ਜੂਲਸੀ ਪਿੱਛੇ ਛੱਡ ਦਿਓ ਜੈਲਸੀ ਵਾਲੀਆਂ ਚੀਜ਼ਾਂ ਆਪਣੀ ਲਾਈਫ ਚੋਂ ਜਦੋਂ ਕੱਢ ਦਵਾਂਗੇ ਫੇਰ ਅਸੀਂ ਤਰੱਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਦੋਸਤ ਆ ਹੁਣ ਜੇ ਮੈਨੂੰ ਪਤਾ ਹੈ ਕਿ ਮੇਰੀ ਫਰੈਂਡ ਸਰਕਲ ਵਧੀਆ ਕੰਮ ਕਰ ਰਿਹਾ ਹੈ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਹੋਗਾ ਮੈਂ ਵੀ ਕਰਨਾ ਯਾਰ ਜਦੋਂ ਆਪਦੀ ਪਹਿਲੀ ਤਨਖਾਹ ਮਿਲਦੀ ਆ ਨਾ ਕਰਦੇ ਆ ਕੋਈ ਜਿੰਨਾ ਮਰਜ਼ੀ ਪੈਸਾ ਹੋਵੇ ਜਿੰਨੀ ਮਰਜ਼ੀ ਜ਼ਮੀਨ ਹੋਵੇ ਜੋ ਮਰਜ਼ੀ ਹੋਵੇ ਪਰ ਜਿਹੜੇ ਆਪ ਦੇ ਪੈਸੇ ਹੁੰਦੇ ਆ ਨਾ ਓਏ ਹੋਏ ਹੋਏ ਉਹਦਾ ਤਾਂ ਮਤਲਬ ਸਵਾਦ ਹੀ ਵੱਖਰਾ ਸਵਾਦ ਹੀ ਵੱਖਰਾ ਆ ਜਿਹੜੇ ਆਪ ਕਮਾਏ ਆ ਚਾਹੇ ਉਹ 50 ਰੁਪਏ ਹੀ ਹੋਣ ਪਰ ਉਹ ਆਪਣੇ ਨੇ ਹਾਂ ਐਂਡ ਉਹ ਪੈਸਿਆਂ ਚ ਜਦੋਂ ਤੁਸੀਂ ਚਾਹੇ 1 ਰੁਪਿਆ ਵੀ ਕਿਸੇ ਦੇ ਨਾਮ ਦਾ ਕੱਢਦੇ ਆ ਨਾ ਤੇ ਫਿਰ ਉਹ ਦਾਨ ਕਰਦੇ ਆ ਕਿਸੇ ਗਰੀਬ ਨੂੰ ਕਿਸੇ ਲੋੜਵੰਦੀ ਨੂੰ ਤੇ ਉਹ ਫੀਲਿੰਗ ਵੀ ਦੇਖਿਓ ਨੈਕਸਟ ਲੈਵਲ ਆ ਤੁਸੀਂ ਹੁਣ ਹਾਲੀਏ ਦੇ ਵਿੱਚ ਬਲੱਡ ਕੈਂਪ ਕਰਵਾਇਆ ਹਾਂਜੀ ਖੂਨਦਾਨ ਕੈਂਪ ਕਰਵਾਇਆ ਉਹ ਇੱਕ ਬਹੁਤ ਵੱਡਾ ਪੁਣੋਂ ਦਾ ਕੰਮ ਸੀ ਬਾਬਾ ਜੀ ਨੇ ਕਰਾਇਆ ਮੈਂ ਕਿੰਨਾ ਕਰਵਾਇਆ ਇੱਕੀ ਡਾਰ ਸੀਗਾ ਮੈਂ ਸੋਚਦੀ ਸੀ ਵਾਇਗਰੂ ਕਿਤੇ ਕੈਂਪ ਲਾਉਂਦੇ ਆ ਕਿਤੇ ਦਿਮਾਗ ਚ ਹੀ ਨਾ ਜਾਵੇ ਕਿ ਮੈਂ ਮੈਂ ਕੀਤਾ ਹਨਾ ਤੇ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਨੂੰ ਕੁਝ ਦਿੰਨੇ ਆ ਨਾ ਜਦੋਂ ਤੁਸੀਂ ਹੱਥ ਇਦਾਂ ਕਰਦੇ ਆ ਤੇ ਇਦਾਂ ਕਰਨ ਲੱਗਿਆਂ ਤੁਹਾਡੇ ਦਿਮਾਗ ਚ ਮੈਂ ਆ ਜਾਂਦੀ ਆ ਹੂੰ ਆ ਜਾਂਦੀ ਆ ਤੇ ਜਦੋਂ ਮੈਂ ਆ ਜਾਂਦੀ ਆ ਨਾ ਤਾਂ ਫਿਰ ਤੁਸੀਂ ਬਰਬਾਦ ਹੋ ਜਾਂਦੇ ਆ ਇਹ ਮੈਨੂੰ ਮੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸੇ ਨੂੰ ਕੁਝ ਦਿੰਨੇ ਆ ਨਾ ਹੂੰ ਚਾਹੇ ਤੁਸੀਂ ਰੋਟੀ ਬਣਾ ਕੇ ਵੀ ਦਿੰਨੇ ਆ ਜਦੋਂ ਮੈਂ ਆ ਜਾਂਦੀ ਨਾ ਮੈਂ ਬਣਾ ਕੇ ਦਿੱਤੀ ਤੈਨੂੰ ਮੈਂ ਖਲਾਈ ਹਨਾ ਤੇ ਉੱਥੇ ਬੇੜਾਕਾਰ ਦਾ ਉਹ ਫਿਰ ਹੰਕਾਰ ਆ ਜਾਂਦਾ ਗਾਰ ਆ ਜਾਂਦਾ ਉਹ ਫਿਰ ਤੇ ਮੈਂ ਬੋਲ ਜਿੱਥੇ ਮੈਂ ਆ ਗਈ ਉਹ ਧਾਨ-ਧਾਨ ਨਹੀਂ ਰਿਹਾ ਬਿਲਕੁਲ ਤੇ ਉਹ ਵਾਈਗਰੂ ਕਰਾਉਣ ਵਾਲਾ ਆ ਹਮ ਤੇ ਇੱਕ ਗੱਲ ਸਾਰਿਆਂ ਨੂੰ ਇੰਨੀ ਪਸੰਦਾ ਹੀ ਕੈਂਪ ਤੇ ਮਤਲਬ ਜਿਹੜਾ ਅਸੀਂ ਆਸਣ ਲਾਇਆ ਸੀ ਨਾ ਸੀਦਾ ਦਾ ਜੀ ਤੇ ਬਾਬਾ ਦੀਪ ਸਿੰਘ ਦੀ ਫੋਟੋ ਸੀਗੀ ਉੱਥੇ ਚਾਰ ਸਹਿਬ ਜਦਿਆਂ ਦੀ ਤੇ ਸ਼ਸਤਰ ਰੱਖੇ ਸੀਗੇ ਤੇ ਮਤਲਬ ਸਾਰੇ ਸਾਰੇ ਕਹਿੰਦੇ ਸੀ ਇਦਾਂ ਲੱਗਦਾ ਸੀ ਕਿ ਉੱਥੇ ਸੱਚੀ ਉਹ ਪ੍ਰੈਜ਼ੈਂਟ ਨਹੀਂ ਉੱਥੇ ਈ ਦਾਣਾ ਪੈਰਾ ਲੱਗ ਰਿਹਾ ਸੀ ਤੇ ਸਵੇਰੇ ਅਸੀਂ ਅਰਦਾਸ ਕਰਵਾਈ ਤੇ ਜਦੋਂ ਅਰਦਾਸ ਹੀ ਕਰਤੀ ਤੇ ਪੈਰਾ ਤਾਂ ਹੋਣਾ ਹੀ ਸੀ ਹਨਾ ਬਿਲਕੁਲ ਤੇ ਫਿਰ ਜਾਣ ਲੱਗਿਆਂ ਵੀ ਅਸੀਂ ਇਦਾਂ ਹੀ ਅਰਦਾਸ ਕਰਕੇ ਵਾਪਸ ਲੈ ਕੇ ਗਏ ਉਹਨਾਂ ਨੂੰ ਕਿ ਚਲੋ ਚਲੀਏ ਹਣ ਬਾਬਾ ਜੀ ਸ਼ਾਇਦ ਤਾਂ ਇਹਨਾਂ ਵਧੀਆ ਸਾਰਾ ਕੁਝ ਸਾਰਾ ਕੁਝ ਸ਼ਾਇਦ ਨਹੀਂ ਆਫ ਕੋਰਸ इजीली ਹੋਇਆ ਵਧੀਆ ਸੀ ਸਾਰਾ ਕੁਝ ਹਮ ਤੇ ਕਰਾਂਗੇ ਹੌਲੀ ਹੌਲੀ ਅੱਗੇ ਵੀ ਇੰਨੇ ਜੋਗਾ ਰੱਖੇ ਭਾਈ ਗਰੂ ਕੀ ਅੱਗੇ ਵੀ ਅਸੀਂ ਕੈਂਪ ਲਾਉਂਦੇ ਰਹੀਏ ਸੇਵਾ ਕਰਦੇ ਰਹੀਏ ਹਮ ਇੱਕ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਲਿਖ ਕੇ ਪਾਇਆ ਹੈ ਰੀਲਸ ਪ੍ਰਮੋਟ ਨਹੀਂ ਕਰਨੀਆਂ ਹਾਲਾਂਕਿ ਤੁਹਾਡਾ ਇਹ ਬਹੁਤ ਵਧੀਆ ਸੋਰਸ ਆਫ ਇਨਕਮ ਵੀ ਬਣ ਸਕਦਾ ਜੀ ਬੜੇ ਲੋਕ ਨੇ ਜਿਨ੍ਹਾਂ ਦੇ ਤੁਹਾਡੇ ਜਿਵੇਂ ਤੁਹਾਡੇ ਮੁਤਾਬਿਕ ਫੋਲੋਅਰਸ ਨੇ ਹਾਲਾਂਕਿ ਘੱਟ ਵੀ ਨੇ ਉਹ ਤਾਂ ਲੱਖਾਂ ਲੱਖਾਂ ਕਮਾ ਰਹੇ ਨੇ ਹੋ ਸਕਦਾ ਤੁਹਾਡੀ ਵੀ ਇਨਕਮ ਉਹਨਾਂ ਦੇ ਬਰਾਬਰ ਉਸ ਤੋਂ ਵੱਧ ਦੁੱਗਣੀ ਤਿਗਣੀ ਉਹ ਤਾਂ ਚਲੋ ਮਾਲਕ ਦੀ ਕਿਰਪਾ ਵੀ ਨਾ ਪ੍ਰਮੋਟ ਕਰਨਾ ਰੀਲ ਇਹ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਕਿਸੇ ਨੇ ਕਿਹਾ ਕਿ ਵੈਸੇ ਹੀ ਮਨ ਚ ਸਵਾਲ ਸੀ ਵੀ ਨਹੀਂ ਮੈਂ ਕਿਸੇ ਦੀ ਰੀਲਾਂ ਪ੍ਰਮੋਟ ਨਹੀਂ ਕਰਨੀ ਆ ਯਾਰ ਹੁਣ ਹੈ ਵੀ ਮੈਂ ਪ੍ਰਮੋਟ ਕਰਨ ਲੱਗ ਜੂੰਗੀ ਇਦਾਂ ਨਹੀਂ ਹੈਗਾ ਕਿ ਮੈਂ ਕਦੀ ਇਦਾਂ ਨਹੀਂ ਸੋਚਿਆ ਕਿ ਮੈਂ ਨਹੀਂ ਕਰਨੀ ਜਾਂ ਮੇਰੇ ਕੋਈ ਸਟੈਂਡਰਡਸ ਲੋ ਹੋ ਜਾਣਗੇ ਰੀਲ ਪ੍ਰਮੋਟ ਕਰਨਾ ਮੈਂ ਇਦਾਂ ਨਹੀਂ ਸੋਚਦੀ ਮੈਂ ਸਗੋ ਸੋਚਦੀ ਆ ਕਿ ਵੇਲੇ ਇਧਰ ਉਧਰ ਘੁੰਮਣ ਨਾਲੋਂ ਕਿਤੇ ਤਾਂ ਪੈਸੇ ਕਮਾ ਰਹੇ ਆ ਜਿਹੜੇ ਰੀਲਸ ਬਣਾ ਰਹੇ ਆ ਚਾਹੇ ਜਿੰਨੇ ਮਰਜ਼ੀ ਵੀ ਕਮਾ ਰਹੇ ਆ ਪਰ ਕੋਸ਼ਿਸ਼ ਤਾਂ ਕਰ ਰਹੇ ਆ ਨਾ ਵੇਲੇ ਤਾਂ ਨਹੀਂਗੇ ਨਾ ਕਿਤੇ ਨਾ ਕਿਤੇ ਆਪਦੀਆਂ ਚੀਜ਼ਾਂ ਆਪੇ ਲੈ ਰਿਆ ਇਨਸਟੈਡ ਕਿ ਫੋਨ ਕਰਕੇ ਇਧਰ ਉਧਰੋਂ ਮੰਗਣ ਨਾਲੋਂ ਦੋਸਤਾਂ ਨੂੰ ਚਾਹੇ ਆਪਣੇ ਕੱਪੜੇ ਆ ਜਾਂ ਤੇਲ ਦਾ ਖਰਚਾ ਆ ਜਾਂ ਕਿਤੇ ਹੋਈ ਕੁਝ ਵੀ ਆ ਤੇ ਜੇ ਉਹ ਰੀਲਾਂ ਪ੍ਰਮੋਟ ਕਰਕੇ ਲੈ ਰਿਆ ਤਾਂ ਇਟਸ ਰੀਅਲੀ ਗੁੱਡ ਵੇਲੇ ਤਾਂ ਨਹੀਂ ਕਿ ਬਾਕੀ ਮੈਂ ਮੈਨੂੰ ਲੱਗਦਾ ਕਿ ਠੀਕ ਹੈ ਜਿੰਨਾ ਕੁ ਮੇਰਾ ਸ਼ੂਟਸ ਤੋਂ ਹੋ ਰਿਹਾ ਆ ਜਾਂ ਮੇਰੀ ਜੋ ਪਾਕਟ ਮਨੀ ਆ ਮੇਰਾ ਚੱਲੀ ਜਾ ਰਿਹਾ ਆ ਪਰ ਕਿਤੇ ਨਾ ਕਿਤੇ ਹੁਣ ਮੈਂ ਇਦਾਂ ਸੋਚਦੀ ਸੀ ਕਿ ਜੇ ਮੈਂ ਰੀਲਸ ਪ੍ਰੋਮੋਸ਼ਨ ਕਰਾਂ ਤੇ ਜੇ ਉਹ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਚਾਹੀਦੇ ਤੇ ਸ਼ਾਇਦ ਉਹ ਮੈਂ ਪੈਸੇ ਮੈਨੂੰ ਈਜ਼ੀ ਬਣ ਰਿਹਾ ਉਹ ਹਨਾ ਤੇ ਮੈਂ ਉਹ ਕਿਸੇ ਦੀ ਹੈਲਪ ਕਰਨ ਲਈ ਯੂਜ਼ ਕਰ ਲਵਾਂ ਤੁਹਾਡੇ ਹੁਣ ਤੁਹਾਡੇ ਮਨ ਦੇ ਵਿੱਚ ਹੈ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਹਾਂਜੀ ਕਿ ਮੈਂ ਚੈਰਿਟੀ ਲਈ ਸਹੀ ਜਾਂ ਮੈਂ ਕਿਸੇ ਨੂੰ ਜਿਨ੍ਹਾਂ ਨੂੰ ਲੋੜ ਆ ਚੈਰਿਟੀ ਐਸਾ ਚੈਰਿਟੀ ਦੇ ਦਵਾਇਆ ਬਹੁਤ ਵਧੀਆ ਕੁਝ ਵਧੀਆ ਕਰੀਏ ਅਸੀਂ ਵੀ ਜ਼ਿੰਦਗੀ 'ਚ ਹੈਨਾ ਤੇ ਅੱਛਾ ਕਦੇ ਜਦੋਂ ਟਰੈਕਟਰ ਤੁਸੀਂ ਚਲਾ ਲੈਂਦੇ ਹੋ ਹੈਨਾ ਫਿਰ ਵਾਈ ਵੀ ਕੀਤੀ ਹੋਊਗੀ ਆਪ ਟਰੈਕਟਰ ਕਿੰਨਾ ਕੁ ਟਾਈਮ ਚਲਾਇਆ ਫਿਰ ਖੇਤਾਂ 'ਚ ਨਹੀਂ ਇ tanto ਜ਼ਿਆਦਾ ਨਹੀਂ ਪਰ ਹਾਂ ਉਦਾਂ ਮੈਂ ਆਪਣੇ ਡੈਡ ਕੋ ਬੈਠੀ ਰੰਦੀ ਸੀ ਕਿੰਨਾ ਕ ਟਾਈਮ ਫੇਰ ਵੀ ਅੰਦਾਜ਼ਾ ਕੁਝ ਤਾਂ ਦੱਸੋ ਥੋੜਾ ਬੋਤਾ ਤਾਂ ਮੈਨੂੰ ਆਂਦਾ ਆ ਭਈ ਐ ਨਹੀਂ ਹੈ ਹਾਲ ਹਾਲ ਲਾਉਣੇ ਆਉਂਦੇ ਨੇ ਤਵੀਆਂ ਪਾਉਣੀਆਂ ਹਾਂਜੀ ਹਾਂਜੀ ਆਉਂਦਾ ਸਾਰਾ ਕੁਝ ਠੀਕ ਹੈ ਕਣਕ ਉਹ ਕਣਕ ਚ ਉਹਨਾਂ ਬੀਜਿਆ ਤੁਸੀਂ ਆਪ ਆਪਣੇ ਹੱਥੀ ਨਹੀਂ ਦੇਖਿਆ ਹੀ ਬਸ ਫਾਦਰ ਸਾਹਿਬ ਦੇਖਦੀ ਸੀ ਹਾਂਜੀ ਠੀਕ ਹੈ ਵਟਾ ਉਟਾ ਕਰ ਲਈਦੀਆਂ ਆਂਦਾ ਹੂੰ ਚਲੋ ਕੁਝ ਤਾਂ ਹੁੰਦਾ ਮੈਨੂੰ ਲੱਗਦਾ ਕਈਆਂ ਕਈ ਕੁੜੀਆਂ ਤਾਂ ਇਹ ਵੀ ਨਹੀਂ ਕਰਦੀਆਂ ਹਾਲਾਂਕਿ ਹਜੇ ਹਾਂ ਉਹਦੇ ਜਿੱਦਾਂ ਸਾਈਡ ਤੇ ਖੀਤੇ ਹੁੰਦਾ ਨਾ ਕਿ ਜਿੱਦਾਂ ਜਿਹੜਾ ਘਾਹ ਵਗੈਰਾ ਨਹੀਂ ਚਾਹੀਦਾ ਜਾਂ ਕੁਛ ਆ ਹੂੰ ਤੇ ਉਹ ਤਵੀਆਂ-ਤਵੀਆਂ ਪਾ ਕੇ ਹੀ ਕੱਢ ਦਿੱਤਾ ਸੀਗਾ ਹੂੰ ਅੱਛਾ ਤੁਹਾਡਾ ਇੱਕ YouTube ਤੇ ਜਿਹੜੇ ਚੈਨਲ ਨੇ ਉਹ ਤੁਹਾਡੀਆਂ ਬੜੀਆਂ ਫੋਟੋਆਂ ਲਾ ਲਾ ਕੇ ਪਾਉਂਦੇ ਨੇ ਗੋਰੀ ਵਰਦੀ ਦੀ ਇਨਕਮ ਗੋਰੀ ਵਰਦੀ ਦੀ ਕੋਈ ਫੈਮਿਲੀ ਗੋਰੀ ਵਰਦੀ ਦਾ ਬॉयਫ੍ਰੈਂਡ ਕੋਈ ਗੋਰੀ ਵਰਦੀ ਦਾ ਕਲੇਸ਼ ਫਾਈਟ ਇਹ ਪਤਾ ਨਹੀਂ ਕੌਣ ਨੇ ਤੁਹਾਨੂੰ ਜਾਣਦੇ ਨਹੀਂ ਵੈਸੇ ਕੋਈ ਵੀ ਨਹੀਂ ਕਰੇ ਕਿਸੇ ਨਾਲ ਪੰਗਾ ਲੈਣ ਦੇ ਤੁਸੀਂ ਆਪ ਕੋਸ਼ਿਸ਼ ਕੀਤੀ ਹੋਵੇ ਕਿ ਕਿ ਮੈਨੂੰ ਮੇਰਾ ਇਦਾਂ ਦਾ ਸੁਭਾਅ ਆ ਕਿ ਮੈਨੂੰ ਕੋਈ ਵਾਰ ਜਦ ਕੋਈ ਬੰਦਾ ਮੇਰੇ ਯਾਰ ਦੋਸਤ ਕਹਿ ਦੇਣ ਵੱਖਰੀ ਗੱਲ ਆ ਜੀ ਪਰ ਜੇ ਕੋਈ ਤੀਜਾ ਬੰਦਾ ਕਹਿ ਦੇਵੇ ਤਾਂ ਮੈਨੂੰ ਥੋੜੀ ਜਿਹੀ ਪਿੰਚ ਹੁੰਦੀ ਹੈ ਗੱਲ ਤਾਂ ਮੈਂ ਉਹਦਾ ਜਵਾਬ ਦੇਣਾ ਸਹੀ ਸਮਝਦਾ ਪਤਾ ਨਹੀਂ ਮੇਰਾ ਇਹ ਡਿਸੀਜਨ ਸਹੀ ਹੁੰਦਾ ਕਿ ਨਹੀਂ ਪਰ ਮੇਰੇ ਮਨ ਚ ਆ ਜਾਂਦਾ ਕਿ ਮੈਂ ਇਹਨੂੰ ਜਵਾਬ ਦਵਾਂਗਾ ਚਾਹੇ ਮੈਨੂੰ ਜੇ ਕਮੈਂਟ ਵੀ ਆ ਜਾਂਦਾ ਫਿਰ ਜਾਂ ਥੋੜੀ ਖਿਲਾਫ ਤਾਂ ਹੁਣ ਪਰ ਯਾ ਪਿਆ ਹੁਣ ਵੀ ਤੁਸੀਂ YouTube ਤੇ ਸਰਚ ਮਾਰ ਕੇ ਵੇਖ ਲਓ ਗੋਰੀਵਿਰ ਦੀ ਨਾਮ ਹੀ ਲਿਖ ਦਿਓ ਗੱਲਾ ਤਾਂ ਕਈ ਚੀਜ਼ ਆ ਜਾਂ ਸੀ ਖੋਲ ਲੈਣਗੇ ਤੁਸੀਂ ਆਪ ਨਹੀਂ ਵੇਖਿਆ ਹੋਣਗੇ ਅੱਛਾ ਇਹ ਮੈਂ ਆ ਹਾਂਜੀ ਫਿਰ ਜੇ ਤੁਸੀਂ ਵੇਖਦੇ ਹੋ ਫੇ ਗੁੱਸਾ ਜਾਂ ਨਹੀਂ ਚੜਦਾ ਇਹ ਮੈਂ ਜਵਾਬ ਦਵਾ ਇਹਨੂੰ ਖੜ ਜਾ ਇਹਨੂੰ ਮੈਂ ਦੱਸ ਦਿਆਂ ਕਿਤੇ ਨਾ ਕਿਤੇ ਪਹਿਲਾਂ ਕਿਤੇ ਹੁੰਦਾ ਸੀ ਕਿ ਅੱਛਾ ਠੀਕ ਆ ਇਹਨੂੰ ਜਵਾਬ ਦੇਣਾ ਆ ਜਦੋਂ ਕੋਈ ਜ਼ਿਆਦਾ ਹੀ ਓਵਰ ਕਰੇ ਤਾਂ ਫਿਰ ਤਾਂ ਹੁੰਦਾ ਹੀ ਆ ਇਸ ਚੀਜ਼ ਦੇ ਨਾਲ ਪੰਗੇ ਕਿੰਨੇ ਕੁ ਪਏ ਨੇ ਮੈਂ ਫਿਲਹਾਲ ਤੇ ਮੈਨੂੰ ਐ ਹੁੰਦਾ ਕਿ ਠੀਕ ਆ ਭਾਂਕੀ ਜਾਓ ਹੋ ਕੇਅਰਸ ਤੇ ਦੂਜੀ ਗੱਲ ਇਦਾਂ ਕਿ ਮੈਨੂੰ ਪਤਾ ਹੁਣ ਜਦੋਂ ਜੇ ਤੁਸੀਂ ਜਿਹੜੀ ਲਾਈਨ 'ਚ ਹੈਗੇ ਆ ਇੱਥੇ ਤੁਹਾਨੂੰ ਬਹੁਤ ਚੀਜ਼ਾਂ ਇਗਨੋਰ ਕਰਨੀਆਂ ਪੈਣੀਆਂ ਕਿ ਤੁਹਾਨੂੰ ਪੇਸ਼ੀਐਂਸ ਲੈਵਲ ਰੱਖਣਾ ਪੈਣਾ ਪਹਿਲਾਂ ਕਿੱਦਾਂ ਸੀ ਹੁਣ ਮੈਂ ਬਿਲਕੁਲ ਹੀ ਚੇਂਜ ਆ ਜਿਹੜੇ ਫਰੈਂਡਸ ਮੈਨੂੰ ਕਹਿੰਦੇ ਸੀ ਕਿ ਇੱਛਾ ਹਾਂ ਕਿ ਛੇਤੀ ਇਹ ਐਗਰੈਸਿਵ ਹੋ ਜਾਂਦੀ ਸੀ ਤੇ ਹੁਣ ਉਹ ਬਹੁਤ ਚੀਜ਼ਾਂ 'ਚ ਸ਼ਾਂਤ ਆ ਹੁਣ ਮੈਨੂੰ ਆਇਆ ਹੁੰਦਾ ਕਿ ਫਰਕ ਹੀ ਨਹੀਂ ਪੈ ਰਿਹਾ ਕਿ ਬਕਵਾਸ ਕਰ ਰਹੇ ਨੇ ਕਰੀ ਜਾਂਦੇ ਇਗਨੋਰ ਕਰੋ ਬਿਕਾਜ਼ ਤੁਹਾਨੂੰ ਇੱਥੇ ਹਰ ਬੰਦਾ ਤੁਹਾਡਾ ਫਾਲੋਅਰ ਨਹੀਂ ਹੈਗਾ ਹਮ ਤੇ ਉਹ ਜਿਹੜੇ ਹੇਟਰਸ ਨੇ ਉਹ ਤੁਹਾਨੂੰ ਆਈ ਥਿੰਕ ਪ੍ਰੋਵੋਕ ਕਰਦੇ ਨੇ ਕਿ ਇਹ ਕੁਛ ਮਾੜਾ ਬੋਲੇ ਮਾੜਾ ਕਰੇ ਤੇ ਉਹ ਅਸੀਂ ਹੋਰ ਚੱਕੀਏ ਉਹ ਤੁਹਾਡਾ ਫਾਇਦਾ ਨਹੀਂ ਆਪਦੇ ਵਿਊਜ਼ ਲਈ ਕਰ ਰਹੇ ਨੇ ਮੋਸਟਲੀ ਜਾਂ ਆਪਦੀ ਚੜਤ ਨੂੰ ਕਰ ਰਹੇ ਨੇ ਤੇ ਉਹ ਚੀਜ਼ਾਂ ਦਾ ਮੈਨੂੰ ਲੱਗਦਾ ਕਿ ਫਰਕ ਪੈਣਾ ਨਹੀਂ ਚਾਹੀਦਾ ਤੁਹਾਨੂੰ ਆਪ ਨੂੰ ਪਤਾ ਨਾ ਤੁਸੀਂ ਕਿੱਦਾਂ ਦੇ ਹੋ ਹਮ ਬਹੁਤ ਇੱਕ ਤੁਹਾਡਾ ਕિસ્ਸਾ ਤੁਹਾਡੇ ਨਾਲ ਹੋਈ ਸੀ ਇੱਕ ਮੈਂ ਕਿਹਾ ਨਾ ਕੰਪਲੇਂਟ ਹੋ ਗਈ ਸੀ ਤੁਹਾਡੀ ਹਨਾ ਤੁਸੀਂ ਥਾਰ ਤੇ ਬਹਿ ਕੇ 1 ਮਿਲੀਅਨ ਦਾ ਜਸ਼ਨ ਮਨਾਇਆ ਸੀ ਉਹ ਤਾਂ ਬਹੁਤ ਟ੍ਰੈਂਡਿੰਗ ਚ ਆਇਆ ਸੀ ਤੇ ਉਹ ਮੈਨੂੰ ਲੱਗਦਾ ਵੀ ਨਹੀਂ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਵੀ ਹੋਊਗਾ ਸਾਲ 'ਚ ਹੋਇਆ ਕੀ ਸੀ ਹਨਾ ਵੀ ਕਿਸ ਤਰੀਕੇ ਨਾਲ ਉਹ ਤੁਸੀਂ ਹੁਣ ਆਪੇ ਆਪਣੀ ਜ਼ੁਬਾਨੀ ਦੱਸੋ ਵੀ ਕਿਵੇਂ-ਕਿਵੇਂ ਹੋਈ ਸੀ ਤੇ ਕਿੱਥੇ ਤੱਕ ਗੱਲ ਪਹੁੰਚ ਗਈ ਸੀ ਅਸੀਂ ਇਹ ਮਤਲਬ ਇਦਾ 1 ਮਿਲੀਅਨ ਸੈਲੀਬ੍ਰੇਟ ਕਰ ਰਹੇ ਸੀ ਤੇ ਰੈਂਡਮ ਬੈਠੇ ਬੈਠੇ ਕਿ ਅੱਛਾ ਜਿੱਦਾਂ ਮਤਲਬ ਅਸੀਂ 1 ਮਿਲੀਅਨ ਇੱਦਾਂ ਪਿੱਛੇ ਲਾਇਆ ਸੀਗਾ ਜਿੱਥੇ ਸੈਲੀਬ੍ਰੇਟ ਕਰ ਰਹੇ ਸੀਗੇ ਉਤੋਂ ਪੱਟ ਕੇ ਅਸੀਂ ਫੋਟੋਸ ਕਰਾਣ ਲੱਗੇ ਤੇ ਸਾਡੀਆਂ ਕਾਰਾਂ ਖੜੀਆਂ ਸੀਗੀਆਂ ਆਪਾਂ ਕਿ ਚਲੋ ਇੱਦਾਂ ਸੈਲੀਬ੍ਰੇਟ ਕਰਨਾ ਤੇ ਅਸੀਂ ਨਾ ਉਹ ਆਈਡੀਆ ਕਿਹਦਾ ਸੀ ਤੁਹਾਡਾ ਕਿ ਤੁਹਾਡੇ ਭਰਾਵਾਂ ਦਾ ਛੋਟੇ ਭਰਾ ਦਾ ਮੈਂ ਕਹਿੰਦਾ ਕਿ ਇੱਦਾਂ ਦੀਦੀ ਤੂੰ ਇੱਦਾਂ ਬੈਠ ਜਾ ਅਸੀਂ ਤੇਰੀ ਇੱਥੇ ਫੋਟੋ ਖਿੱਚਦੇ ਆ ਫੋਟੋ ਕਿਚਨ ਤੋਂ ਮੈਂ ਕਿਹਾ ਨਹੀਂ ਚਲੋ ਤੁਸੀਂ ਇਹਨੂੰ ਚਲਾਓ ਤੇ ਅਸੀਂ ਚੱਲ ਦੀ ਗੇੜੀ ਮਾਰਦੇ ਆਂ ਅੱਛਾ ਚਲੋ ਮੈਂ ਇਹ ਨਹੀਂ ਕਹਿੰਦੀ ਕਿ ਉਹ ਅਸੀਂ ਬਹੁਤ ਵਧੀਆ ਕੰਮ ਕੀਤਾ ਅਥੇ ਅਸੀਂ ਗਲਤੀ ਕੀਤੀ ਐ ਐਂਡ ਆਈ ਫੀਲ ਬੈਡ ਕਿ ਬਹੁਤ ਲੋਕੀ ਇਸ ਚੀਜ਼ ਤੋਂ ਇਨਫਲੂਐਂਸ ਹੁੰਦੇ ਹਨਾ ਵੀ ਉਹ ਵੀ ਇਹ ਪੁੱਠੀ ਹਰਕਤ ਕਰਦੇ ਮਾੜੀ ਕੀਤੀ ਐ ਖੁਸ਼ੀ ਖੁਸ਼ੀ ਸਾਨੂੰ ਨਹੀਂ ਪਤਾ ਲੱਗਿਆ ਪਰ ਜਿਨ੍ਹਾਂ ਨੇ ਇਹ ਗੱਲ ਇੰਨੀ ਚੁੱਕੀ ਆ ਇੰਨਾ ਜ਼ਿਆਦਾ ਮੁੱਦਾ ਬਣਾ ਲਿਆ ਮੈਂ ਇਹ ਸੋਚਦੀ ਆ ਕਿ ਉਹ ਤਾਂ ਰੱਬ ਨੇ ਮਤਲਬ ਉਹਨਾਂ ਨੇ ਕਦੀ ਗਲਤੀ ਹੀ ਨਹੀਂ ਕੀਤੀ ਕੋਈ ਕਦੀ ਕੋਈ ਗੁਨਾਹ ਨਹੀਂ ਕੀਤਾ ਤੇ ਜਿਨ੍ਹਾਂ ਨੇ ਗਲਤ ਕੀਤਾ ਅਰਸ਼ਾਦੋ ਅਰਸ਼ਾਦ ਉਦਰੇ ਉਹ ਫੂਰ ਪਰੀਆਂ ਨੇ ਪਰੇ ਨੇ اچھا ਪਾਪਾ ਕੀ ਪਰੇ ਨੇ ਉਹ ਕਿਉਂਕਿ ਉਹਨੇ ਕਦੀ ਕੁਝ ਗਲਤ ਨਹੀਂ ਕੀਤਾ ਹੋਗਾ ਹਮ ਇੱਕ ਇੱਕ ਜਦੋਂ ਚਲੋ ਨਹੀਂ ਕਰਨਾ ਚਾਹੀਦਾ ਸੀ ਉਹ ਹਨਾ ਪਰ ਮੈਂ ਉਹਦੇ ਲਈ ਕਿਹਾ ਕਿ ਮੈਂ ਇਹ ਕਹਨੀ ਆ ਕਿ ਪੁਲਸ ਨੇ ਆਪਣਾ ਐਕਸ਼ਨ ਲਿਆ ਹਨਾ ਸਿਰ ਮੱਥੇ ਸੀ ਉਹਨਾਂ ਦਾ ਐਕਸ਼ਨ ਉਹਨਾਂ ਨੇ ਜੋ ਸਹੀ ਸੀ ਕਿਉਂਕਿ ਮੈਂ ਇੱਕ ਪਬਲਿਕ ਫਿਗਰ ਹੋ ਕੇ ਜਾਂ ਇੰਨੇ ਲੋਕ ਕੀ ਜਾਣਦੇ ਆ ਬਿਲਕੁਲ ਤੇ ਮੈਂ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਤੇ ਮੈਂ ਕਿਹਾ ਕਿ ਮਤਲਬ ਇਹ ਸਾਡੀ ਗਲਤੀ ਆ ਸਿਰ ਮੱਥੇ ਸੀ ਉਹਨਾਂ ਦਾ ਫੈਸਲਾ ਉਹਨਾਂ ਨੇ ਸਾਨੂੰ ਵਰਨਿੰਗ ਦੇ ਦਿੱਤੀ ਕਿ ਅੱਗੇ ਤੋਂ ਇਹ ਨਹੀਂ ਕਰਨਾ ਕੰਪਲੇਂਟ ਕਿਹਨੇ ਕਰੀ ਸੀ ਉਹ ਕਿਉਂਕਿ ਤੁਹਾਡੇ ਖਿਲਾਫ ਕੰਪਲੇਂਟ ਦਰਜ ਹੋ ਗਈ ਸੀ ਖ਼ਬਰਾਂ ਤੱਕ ਹੈਡਲਾਈਨਾਂ ਤੇ ਆ ਗਿਆ ਸੀ ਇਹ ਚੀਜ਼ ਅੱਜ ਤੱਕ ਕੈਨਡੀ ਟੀਵੀ ਮਲਿਆਲੀ ਅੱਜ ਤੱਕ ਕੈਨਡੀ ਟੀਵੀ ਤੱਕ ਆ ਗਈ ਸੀ ਗੱਲ ਤੇਲੂ ਅਖਬਾਰਾਂ ਦੇ ਚ ਐਂਡ ਆਈ ਵਾਸ ਲਾਈਕ ਸੀਰੀਅਸਲੀ ਨਹੀਂ ਸੀ ਮੈਨੂੰ ਪਤਾ ਵੀ ਨਾ ਇਸ ਤੱਕ ਤੱਕ ਗਈ ਆ ਗੱਲ ਸਾਡੇ ਨੈਸ਼ਨਲ ਟੀਵੀ ਚੈਨਲਸ ਨੇ ਉਹ ਯੈਸ ਸਾਡੇ ਲਾਗੇ ਪਿੰਡਾਂ ਤੋਂ ਸਰਪੰਚ ਫੋਨ ਕਰ ਰਹੇ ਨੇ ਕਿ ਪ੍ਰੈਸ ਵਾਲੇ ਫੋਨ ਕਰ ਰਹੇ ਨੇ ਕਿ ਆਬਵੀਅਸਲੀ ਕੰਟਰੋਵਰਸੀ ਕਰਨੀ ਪੁਲਿਸ ਦੇ ਖਿਲਾਫ ਜਾਂ ਕੁਝ ਮੈਂ ਕਿਉਂ ਕਰਨੀ ਹੂੰ ਗਲਤੀ ਕਿਹਦੀ ਆ ਸਾਡੀ ਆ ਹੂੰ ਤੇ ਅਸੀਂ ਉਹ ਮੰਨ ਰਹੇ ਆ ਕਿ ਅਸੀਂ ਗਲਤੀ ਕੀਤੀ ਆ ਹੂੰ ਹਨਾ ਤੇ ਡਰ ਗਈ ਸੀ ਤੇ ਜਦ ਹੋਇਆ ਨਹੀਂ ਡਰਨਾ ਤਾਂ ਕਿਉਂ ਮੈਂ ਜਿਹੜੀਆਂ ਗੋਲੀਆਂ ਚਲਾਤੀਆਂ ਸੀ ਨਹੀਂ ਨਹੀਂ ਡਰੇ ਨਹੀਂ ਉਦਾਂ ਐ ਸੀਗਾ ਕਿ ਕੀ ਵਲ ਹਨ ਮਤਲਬ ਜਿੱਦਾਂ ਕਦੀ ਇਦਾਂ ਕੀਤਾ ਨਹੀਂ ਸੀਗਾ ਹਾਂ ਨਾ ਸੋਚਿਆ ਸੀ ਕਿ ਇੰਨੀ ਵੱਡੀ ਵੀ ਇਦਾਂ ਦਾ ਮੋਡ ਲੈ ਲੂ ਹਾਂਜੀ ਬਿਕਾਜ਼ ਮੈਨੂੰ ਲੱਗਦਾ ਕਿ ਤਾਂ ਬਹੁਤ ਲੋਕਾਂ ਨੇ ਵੀਡੀਓਜ਼ ਪਾਈਆਂ ਹੋਈਆਂ ਸੀ ਤੇ ਆਪਾ ਗਾਦੀ ਦੇ ਹਲਾ ਲਾਲਾ ਹੋ ਗਈ ਫਰ ਦੇ ਥੈਂਕ ਇਸ ਨਹੀਂ ਕਰਨਾ ਚਾਹੀਦਾ ਮੇਰੇ ਵਰਗੇ ਨਾ ਬਣੋ ਮੈਂ ਤੇ ਹਮੇਸ਼ਾ ਮੈਂ ਇਹ ਚੀਜ਼ ਇੱਕ ਵਾਰ ਮੈਂ ਕਹਣਾ ਕੈਮਰੇ ਤੇ ਕਹਿ ਦੋ ਜਿਹੜੇ ਹੁਣ ਤੁਹਾਨੂੰ ਲੋਕ ਸੁਣ ਕੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋਗੀ ਉਹ ਸੁਣਨਾ ਕਾਪੀ ਕੀਤਾ ਸੀਗਾ ਤੇ ਚੰਗੀਆਂ ਕਾਪੀਆਂ ਕਰਿਆ ਕਰੋ ਬਾਈ ਮਾੜੀਆਂ ਨਹੀਂ ਕਰੀਦੀਆਂ ਹੁੰਦੀਆਂ ਤੇ ਕਈ ਵਾਰੀ ਝੱਗੇ ਵੀ ਫੜਵਾ ਦਿੰਦੀਆਂ ਹੁੰਦੀਆਂ ਕਾਪੀਆਂ ਆਪ ਵੀ ਕਹਿ ਗਈ ਅੱਛਾ ਫਿਰ ਯਾਦ ਕਰੀ ਗੱਲ ਪਤਾ ਲੱਗੀ ਵੀ ਐਂ ਕਰਕੇ ਗौरी ਜਿਵੇਂ ਆਂਟੀ ਦਾ ਸਟ੍ਰੈਕਟ ਬੜੇ ਨੇ ਫਿਰ ਘਰੇ ਪਤਾ ਲੱਗੀ ਕਿ ਕਿੰਨੇ ਕ ਕੰਨ ਖਚਾਈ ਹੋਈ ਤੇ ਕਿੰਨੇ ਕੀ ਕੁੱਟ ਪਈ ਕੁਝ ਨਹੀਂ ਉਹਨਾਂ ਨੂੰ ਆਇਆ ਸੀ ਕਿ ਸ਼ਾਇਦ ਮੈਂ ਵੀ ਪਰੇਸ਼ਾਨ ਹੋਵਾਂਗੀ ਜ਼ਿਆਦਾ ਚਿੱਤਰ ਪੈਣਗੇ ਚਾਹੀਦੇ ਜਾਂ ਗਾਣਾ ਪੈਣੀ ਆ ਹੂੰ ਤੇ ਉਦਾਂ ਮੇਰਾ ਜਿਹੜਾ ਵੱਡਾ ਬ੍ਰਦਰ ਆ ਤੇ ਉਹ ਕਹਿੰਦੀ ਸੀ ਕਿ ਚਲਾਨ ਹੋਊਗਾ ਅੱਛਾ ਤੇ ਫੇਰ ਪਤਾ ਨਹੀਂ ਸ਼ਾਇਦ ਉਹ ਕਹਿ ਰਿਹਾ ਸੀ ਕਿ ਪੁਲਿਸ ਪੁਲਿਸ ਨੂੰ ਵੀ ਕੋਈ ਪ੍ਰੈਸ਼ਰਾਈਜ਼ ਕਰ ਰਿਹਾ ਸੀ ਪਿੱਛੋਂ ਹੂੰ ਅੱਛਾ ਹਾਂ ਵੀ ਉਹ ਕੌਣ ਸੀ ਫਿਰ ਜਿਹੜਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਪ੍ਰੈਸ਼ਰਾਈਜ਼ ਪ੍ਰੈਸ਼ਰ ਕਾਦਾ ਸੀ ਵੀ ਕੰਪਲੇਂਟ ਕਰੋ ਕਿ ਵਾਪਸ ਲਓ ਕੰਪਲੇਂਟ ਨਹੀਂ ਕੁੜੀ ਤੇ ਪਰਚਾ ਕਰੋ ਅੱਛਾ ਤੇ ਕੋਈ ਹੋਣਾ ਰੱਬ ਦਾ ਬੰਦਾ ਕੋਈ ਆਪਦਾ ਬੰਦਾ ਸੀ ਠੀਕ ਇਹਦੇ ਹੁਣ ਰੱਬ ਨੂੰ ਹੀ ਪਤਾ ਹੋਗਾ ਹੂੰ 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 ਕੀ ਇਹ ਤੁਹਾਨੂੰ ਕਿਹਨੇ ਗੱਲ ਦਸੀ ਇਹ ਗੱਲ ਕਿਹਨੇ ਕਹੀ ਬਸ ਸੁਣ ਛੱਡੋ ਕਹਿੰਨੇ ਕੀ ਕਹਿੰਨੀ ਨਹੀਂ ਕਹੀ ਤੇ ਇਸ ਕੱਲ ਤੇ ਫੇਰ ਕਦੀ ਗੱਲ ਕਰਾਂਗੇ ਹੂੰ ਲੈਣੀ ਤੁਹਾਨੂੰ ਪਰ ਪਤਾ ਲੱਗ ਗਿਆ ਵੀ ਤੁਹਾਡਾ ਕੋਈ ਆਪਣਾ ਹੀ ਸੀ ਜੀ ਜਿਹਨੇ ਬਹੁਤ ਆਪਣਾ ਅੱਛਾ ਹਾਂਜੀ ਇਹ ਆਪਣੀ ਮਾਰਦੇ ਨੇ ਆਪਾਂ ਨੂੰ ਹਨਾ ਹਮੇ ਤਾਂ ਉਹਨਾਂ ਨੇ ਲੂਟਾ ਗੈਰੋ ਮੇਤਰਾ ਦਮ ਕਹਾ ਹਾਂ ਮਾਰੇ ਸਾਡੀ ਕਿਸ਼ਤੀ ਵਾਹ ਡੁੱਬੀ ਜਹਾਂ ਪਾਣੀ ਘੱਟ ਸੀ ਗੱਲ ਉਹ ਕੰਮ ਹੋ ਗਿਆ ਤੁਹਾਡੇ ਦਾ ਹੈ ਫਿਰ ਜਦ ਗौरी ਵੀ ਇਹ ਸੋਲਵ ਕਿਸ ਤਰੀਕੇ ਨਾਲ ਹੋਇਆ ਉਜਲਿਕਵਾ ਦਾ ਬੜਾ ਚਾਰਗਾ ਜਿਹਾ ਕੰਮ ਪੂਰਾ ਹੋ ਗਿਆ। ਦਾ মিডিਆ ਜਾਂ ਪੇजेस ਨੇ ਜ਼ਿਆਦਾ ਗੱਲ ਚੁੱਕਦੀ ਸੀ ਪਰ ਪੁਲਿਸ ਨੇ ਤਾਂ ਸਿੱਧਾ ਕਿਹਾ ਸੀ ਕਿ ਵਾਰਨਿੰਗ ਦੇ ਦਿੱਤੀ ਆ। ਤੇ ਉਹਨਾਂ ਨੇ ਕਿਹਾ ਸੀ ਕਿ ਪਰਚਾ ਨਹੀਂ ਅਸੀਂ ਵਾਰਨ ਕਰਤਾ ਕੁੜੀ ਨੂੰ। ਹੂੰ ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਪੇजेस ਜਾਂ ਦੂਜੇ ਲੋਕ ਕੀ ਹੋਗੇ। ਜਨਰਲ ਨੂੰ ਪਤਾ ਹੈ ਕਿ ਅੱਛਾ ਹਾਂ ਕਿਸੇ ਨੂੰ ਥੱਲੇ ਲਾਣਾ ਹੋਵੇ। ਹੂੰ ਇਹ ਕਿਸੇ ਨੂੰ ਇਰੀਟੇਟ ਕਰਨਾ ਹੋਵੇ। ਹਾਂ ਤੇ ਫੇਰ ਕੋਈ ਨਾ ਕੋਈ ਗੱਲ ਚੁੱਕ ਲੋ। ਜਿਹੜੀ ਯੂ نو ਕਿਸੇ ਨੂੰ ਡੀਫ੍ਰੇਮ ਕਰਦੀ ਆ ਡਿਸਟਰਬ ਕਰ ਰਿਹਾ ਤੁਸੀਂ ਉਹ ਕਰ ਰੇ ਮੈਂ ਕੁਝ ਚੀਜ਼ਾਂ ਦੇਖ ਰਹੀ ਸੀ ਤੁਹਾਡੇ ਸਵਾਲ ਲਿਖੇ ਹੋਏ ਰਹਿ ਨੇ ਜਿਹੜੇ ਉਹ ਮੈਂ ਪੜ ਲਾਂ ਮਹਾਂ ਨਾਲ ਦੇ ਨਾਲ ਫਿਰ ਮੈਨੂੰ ਭੁੱਲ ਜਾਂਦੇ ਨੇ ਕਈ ਕਿਉਂਕਿ ਹੁਣ ਕਈ ਚੀਜ਼ਾਂ ਆਪਾਂ ਗੱਲਾਂ-ਗੱਲਾਂ ਦੇ ਵਿੱਚ ਕੋਈ ਵਾਰ ਸਕਿਪ ਕਰ ਜਾਂਦੇ ਆ ਹਾਂਜੀ ਉਹ ਚੀਜ਼ਾਂ ਨਾਲ ਦੇ ਨਾਲ ਚਲਦੀਆਂ ਰਹਿਣ ਤਾਂ ਮੈਂ ਕਹਿੰਦਾ ਜਿਆਦਾ ਵਧੀਆ ਪਾਣੀ ਮੈਂ ਵੀ ਪੀ ਲੈਣਾ ਤੇ ਬਾਕੀ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਨਾ ਜੀ ਜਿਹੜੇ ਖਾਸ ਕਰਕੇ ਗੋਰੀ ਦੇ ਜਾਣੌਲੇ ਦੇਖ ਰਹੇ ਨੇ ਹਾਂ ਜਾਂ ਗੋਰੀ ਦਾ ਬ੍ਰਦਰ ਦੇਖ ਰਹੇ ਨੇ ਜਾਂ ਉਹਨਾਂ ਦੇ ਮਦਰ ਦੇਖ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਨੂੰ ਇੱਕ ਇੱਕ ਚੀਜ਼ ਇਹ ਜ਼ਰੂਰ ਜਾਣਣੀ ਆ ਗੋਰੀ ਸਕੂਲ ਦੇ ਵਿੱਚ ਕਿਵੇਂ ਸੀ ਜ ਹੁਣ ਤਾਂ ਚਲੋ ਤੁਸੀਂ ਜਿਵੇਂ ਦਿਖਾ ਰਹੇ ਹੋ ਆਪਣੇ ਆਪ ਨੂੰ ਸਕੂਲ ਕਿਉਂਕਿ ਜਦ ਬੱਚਾ ਬੱਚਾ ਹੁੰਦਾ ਯਾਰ ਹਨਾ ਆਪਾਂ ਵੀ ਛੋਟੇ ਬੱਚੇ ਸੀ ਜਦ ਉਦੋਂ ਆਪਣੀ ਅਸਲ ਰੂਪ ਚ ਹੁੰਦਾ ਉਹ ਵੀ ਸ਼ਰਾਰਤੀ ਸੀ ਸੌ ਸੀ ਜਾਂ ਬੋਗ ਸੀ ਇੱਕ ਹੀ ਕੰਪਲੇਂਟ ਮਿਲਦੀ ਸੀ ਮੰਮੀ ਨੂੰ ਕੀ ਸ਼ਰਾਰਤਾਂ ਮੋ ਕਰ ਦਿਓ ਹੂੰ ਸਕੂਲ ਚ ਹੂੰ ਤੇ ਬਸ ਹੋਰ ਕੀ ਕਦੇ ਛਿੱਤਰ ਪੈਂਦੇ ਨਹੀਂ ਕਰਕੇ ਜਾ ਕੇ ਕਦੇ ਸਕੂਲ ਚ ਕਿਸੇ ਟੀਚਰ ਵੱਲੋਂ ਕੁੱਟ ਪਈ ਹੋਵੇ ਹੱਥ ਖੜੇ ਕਰਕੇ ਕਲਾਸ ਤੋਂ ਬਾਹਰ ਕੱਢਤਾ ਹੋਵੇ ਨਹੀਂ ਸਾਡੇ ਐ ਨਹੀਂ ਕੁੱਟਦੇ ਨਹੀਂ ਸੀ ਸਕੂਲ ਕਿਹੜਾ ਸਕੂਲ ਸੀ ਕੈਂਬਰਿਜ ਤੇ ਨਾਮ ਦੱਸੋ ਪੂਰਾ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਇਹ ਤਾਂ ਸਰਕਾਰੀ ਵਾਲੇ ਆ ਅਸੀਂ ਤਾਂ ਇੱਕ ਵਾਰ ਬੋਲਦੇ ਆ ਸਰਕਾਰੀ ਮੈਂ ਕਹਿੰਨੀ ਸਰਕਾਰੀ ਸਕੂਲ ਇਦਾਂ ਦੇ ਹੋਣੇ ਚਾਹੀਦੇ ਕਿ ਸਾਨੂੰ ਜ਼ਰੂਰਤੀ ਨਾ ਪਵੇ ਇੰਗਲਿਸ਼ ਸਕੂਲਾਂ ਚ ਪੜੰਦੀ ਕੀ ਮਾੜਾ ਸਰਕਾਰੀ ਜਿਹਦੇ ਅਸੀਂ ਕਿਤੇ ਖਾਤੇ ਖਲਾਣੇ ਹੁੰਦੇ ਸਰਕਾਰੀ ਚਾਹੀਦਾ ਕਿ ਨਹੀਂ ਚਾਹੀਦਾ ਹਮ ਸਰਕਾਰੀ ਸਕੂਲਾਂ ਚ ਏਸੀਆਂ ਦੀ ਕਮੀ ਆ ਬਸ ਕਿ ਸਰਕਾਰੀ ਸਕੂਲਾਂ ਚ ਜੇ ਕਿਤੇ ਏਸੀ ਲੱਗ ਜਾਣ ਆਈ ਥਿੰਕ ਹਰ ਬੰਦਾ ਸਰਕਾਰੀ ਸਕੂਲ ਜਾਣਾ ਸ਼ੁਰੂ ਕਰ ਦੋ ਹਮ ਤੇ ਸਾਡੀਆਂ ਜਿਹੜੀਆਂ ਵਾਸ਼ਾ ਮੈਂ ਬਦਲ ਨਹੀਂ ਆਇਆ ਹੂੰ ਸਾਡੀ ਜਿਹੜੀ ਲੈਂਗੁਏਜ ਆ ਆਈ ਥਿੰਕ ਉਹ ਜੇ ਅਸੀਂ ਸਰਕਾਰੀ ਸਕੂਲ 'ਚ ਹੀ ਰਵਾਂਗੇ ਤੇ ਸਾਡੀ ਜਿਹੜੀ ਪੰਜਾਬੀ ਆ ਕਦੀ ਮਰੇ ਨਾ ਜਿਹੜੀ ਸਾਡੀ ਮਾਂ ਬੋਲੀ ਆ ਹੂੰ ਅੱਜ ਵੀ ਮੈਂ ਕਈ ਵਾਰੀ ਪੰਜਾਬ ਦੇ ਲੋਕ ਕੀ ਹੁੰਦੇ ਆ ਸਾਨੂੰ ਮਿਲਦੇ ਆ ਹੂੰ ਤੇ ਉਹ ਆ ਕੇ ਜਦੋਂ ਸਾਡੇ ਨਾਲ ਇੰਗਲਿਸ਼ 'ਚ ਗੱਲ ਕਰਦੇ ਆ ਇੱਕ ਪ੍ਰਭਾਵ ਜਿਹਾ ਪਾਉਣ ਨੂੰ ਤੇ ਮੈਂ ਦੇਖਦੀ ਹੁੰਨੀ ਆ ਕਿ ਜਿਹੜੀ ਮਾਂ ਆ ਸਾਡੀ ਮਾਂ ਬੋਲੀ ਆ ਉਹ ਕਿੱਥੇ ਮਾੜੀ ਆ ਜਿਹੜਾ ਪ੍ਰਭਾਵ ਆ ਨਾ ਉਹ ਲੈਂਗੁਏਜ ਨਾਲ ਨਹੀਂ ਪੈਂਦਾ ਉਹ ਤੁਹਾਡੇ ਆਰੇ ਨਾਲ ਪੈਂਦਾ ਆ ਮੈਂ ਕਈ ਪਰਸਨੈਲਿਟੀ ਨਾਲ ਪੈਂਦਾ ਆ ਇੰਗਲਿਸ਼ ਦੀ ਗੱਲ ਕੀਤੀ ਮੈਂ ਕਈ ਇੱਥੇ ਗੁਰਸਿੱਖ ਪਰਿਵਾਰ ਹੂੰ ਐਸੇ ਵੇਖੇ ਨੇ ਕਿ ਜਿਹੜੇ ਆਪਣੇ ਬੱਚਿਆਂ ਨਾਲ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਤੇ ਉਹਨਾਂ ਨੇ ਪ੍ਰੋਪਰਲੀ ਜਾਤਰੀ ਪਾਏ ਹੋਏ ਨੇ ਤੇ ਉਹ ਆਪਣੇ ਬੱਚਿਆਂ ਨਾਲ ਹਿੰਦੀ ਚ ਗੱਲ ਕਰਦੇ ਨੇ ਵੀ ਉਹ ਪੰਜਾਬੀ ਬੋਲਣ ਨੂੰ ਮੈਨੂੰ ਮੈਨੂੰ ਨਹੀਂ ਲੱਗਦਾ ਪਤਾ ਨਹੀਂ ਪੰਜਾਬੀ ਨੂੰ ਸ਼ਾਇਦ ਉਹ ਐਂ ਸੋਚਦੇ ਵੀ ਇਹ ਸ਼ਤ ਡੀਫੇਮ ਕਰਦੀ ਹੈ ਉਹਨਾਂ ਨੂੰ ਜਾਂ ਉਹਨਾਂ ਦੀ ਉਹਦਾ ਰਤਬਾ ਥੱਲੇ ਕਰਦੀ ਹੈ ਮੈਂ ਅਕਸਰ ਵੇਖਿਆ ਵੀ ਕਈ ਸਾਡੇ ਰਿਸ਼ਤੇਦਾਰੀ ਦਾ ਚਲੋ ਕੋਈ ਏਦਾਂ ਦਾ ਕੋਈ ਵਾਕਾ ਨਹੀਂ ਹੋਇਆ ਕੋਈ ਐਸਾ ਕੇਸ ਨਹੀਂ ਆਇਆ ਪਰ ਮੈਂ ਕਈ ਮੇਰੇ ਜਿਹੜੇ ਦੋਸਤ ਨੇ ਮਿੱਤਰ ਉਹਨਾਂ ਦੇ ਘਰੇ ਜਾਤ ਜਾਣਾ ਜਾਂ ਕਈ ਵਾਰ ਬਾਹਰੋਂ ਕੋਈ ਫੈਮਲੀ ਆ ਜਾਂਦੀਆਂ ਨੇ ਉਹ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਉੱਥੇ ਪੰਜਾਬੀ ਨੂੰ ਪਹਿਲ ਦੇਣੀ ਜ਼ਰੂਰੀ ਹੈ ਸਾਹ ਹਿੰਦੀ ਮਾੜੀ ਨਹੀਂ ਹੈਗੀ ਪਰ ਤਾਂ ਤੇ ਸਾਰੀਆਂ ਚੰਗੀਆਂ ਨੇ ਚੰਗੀਆਂ ਨੇ ਪਰ ਆਪਣੀ ਜਿਹੜੀ ਮਾਂ ਬੋਲੀ ਆ ਇੱਕ ਕਿੰਨੀ ਕਿੰਨਾ ਵੱਡਾ ਵਰਡ ਆ ਇਹ ਮਾਂ ਬੋਲੀ ਜਿੱਥੇ ਮਾਂ ਹੀ ਲੱਗ ਗਿਆ ਮਰੇ ਹੈਨਾ ਤੇ ਉਹ ਚੀਜ਼ ਮਾੜੀ ਕਿਵੇਂ ਹੋ ਸਕਦੀ ਆ ਸ਼ੁਰੂ ਤੋਂ ਸਾਡੇ ਦਾਦੇ ਪਰਦਾਦੇ ਅਸੀਂ ਸਾਡੇ ਪੇਰੈਂਟਸ ਬੋਲਦੇ ਆਏ ਆ ਤੇ ਅਸੀਂ ਹੁਣ ਜਿਆਦਾ ਮਾਡਰਨ ਦਿਖਾਣ ਲਈ ਅਸੀਂ ਇੰਗਲਿਸ਼ ਬੋਲਦੇ ਆਂ ਤੇ ਉਹ ਕਿੰਨੀ ਮਾੜੀ ਗੱਲ ਆ ਹਣਾ ਤੁਸੀਂ ਦੇਖੋ ਕਿ ਬਾਹਰ ਦੀਆਂ ਚੀਜ਼ਾਂ ਆ ਅਸੀਂ ਹੁਣ ਗੋਲ ਗੱਪਿਆਂ ਦਾ ਇੰਗਲਿਸ਼ ਦਾ ਨਾਮ ਲੱਭ ਲੱਭ ਕੇ ਸਰਚ ਕਰੀਦਾ ਅੱਛਾ ਇਹਨੂੰ ਐਂ ਕਹਿੰਦੇ ਨੇ ਕਦੀ ਉਹਨਾਂ ਨੇ ਕਿਹਾ ਪੀਜ਼ੇ ਦਾ ਹੈਗਾ ਪੰਜਾਬੀ ਵਿੱਚ ਕੁਛ ਨਾ ਪੀਜ਼ਾ ਨੂੰ ਪੀਜ਼ਾ ਹੀ ਕਹੀਦਾ ਨਾ ਉਹਨਾਂ ਨੇ ਕਦੀ ਬਦਲਿਆ ਨਾਮ ਆਪਣਾ ਯਾ ਅਸੀਂ ਬਦਲਿਆ ਅੱਛਾ ਗੋਲ ਗੱਪੇ ਨੂੰ ਕੁਛ ਹੋਰ ਕਹਿੰਦੇ ਨੇ ਪਤਨ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਦੱਸੋ ਤੁਸੀਂ ਨਹੀਂ ਤੁਸੀਂ ਬੋਲ ਸਕਦੇ ਉੱਚੀ ਬਹੁਤ ਕੀ ਕੁਛ ਇਦਾਂ ਨੀ ਬੋਲ ਬੁੱਲ ਤਾਂ ਨਹੀਂ ਕਹਿੰਦੇ ਕੁਛ ਹਾਂ ਕੁਛ ਐਂ ਜਈਆ ਸ਼ਾਇਦ ਅਦੇ ਕ ਮੈਂ ਤੁੱਕਾ ਮਾਰੀ I think ਰੇਜ ਬੈਠੇ ਹੋਣੇ ਸਾਰੇ ਦੱਸਣਗੇ ਦੇਖਿਓ ਨਹੀਂ ਕਮੈਂਟਾਂ ਸੱਚ ਤੇ ਫੋਨ ਕੇ ਸਾਰੇ ਬਾਕੀ ਤੁਸੀਂ ਕਮੈਂਟਾਂ ਦੇ ਰਿਸਰਚ ਕਰ ਲਓ ਬਈ ਕੀ ਕਹਿੰਦੇ ਨੇ ਗੋਲ ਗੱਪੇ ਨੂੰ ਆ ਸੱਚ ਮੈਂ ਰੋਟੀ ਦਾ ਮੈਨੂੰ ਪਤਾ ਟੋਰਟੇਲਾ ਸ਼ਾਇਦ ਕਹਿੰਦੇ ਨੇ ਟੋਰਟੇਲਾ ਇਹ ਵੀ ਪਿੱਛੇ ਜੇ ਬੜਾ ਫੇਮਸ ਜਾ ਹੋਇਆ ਸੀ ਅੱਛਾ ਮੇਰਾ ਬ੍ਰਦਰ ਬਾਹਰ ਗਿਆ ਹੂੰ ਤੇ ਬ੍ਰਦਰ ਜਦ ਬਾਹਰੋਂ ਆਇਆ ਤਾਂ ਉਹਨੇ ਉੱਥੇ ਦੱਸ ਉਹ ਫੇਰ ਦੱਸਿਆ ਉਹ ਬਾਹਰ ਗਿਆ ਆਇਆ ਸੀ ਤੇ ਉੱਥੇ ਰੋਟੀ ਨਹੀਂ ਸੀ ਉਹਨੇ ਪਹਿਲੀ ਵਾਰ ਜਦ ਗਿਆ ਉਹ ਆਪਣੇ ਆਫਿਸ ਦੇ ਕੰਮ ਵਾਸਤੇ ਗਿਆ ਤੇ ਉੱਥੇ ਉਹਨੇ ਪਤੰਦਰ ਨੇ 2-3 ਮਹੀਨੇ ਉਹਨੇ ਬਰੇਡੀ ਖਾਦੇ ਤੇ ਉਹਨੂੰ ਪਤਾ ਨਹੀਂ ਸੀ ਵੀ ਰੋਟੀ ਨੂੰ ਐਕਚੁਅਲ ਚ ਕਹਿੰਦੇ ਕੀ ਨੇ ਆ ਕਿੱਥੋਂ ਮਿਲਦੀ ਆ। ਹੂੰ। ਤੇ ਨੈਕਸਟ ਟਾਈਮ ਤੇ ਜਦੋਂ ਤਿੰਨ ਮਹੀਨੇ ਬਾਅਦ ਦੁਬਾਰਾ ਵਾਪਸ ਗਿਆ ਬਾਹਰ ਤਾਂ ਉਦੋਂ ਉਹਨੂੰ ਪਤਾ ਲੱਗਿਆ ਵੀ ਉੱਥੇ ਟੋਰਟੇਲਾ ਕਹਿੰਦੇ ਨੇ ਤੇ ਉਹ ਫਿਰ ਉਹ ਪੈਕਟ ਚ ਪੈਕ ਹੋ ਕੇ ਸਪੈਸ਼ਲ ਉਹਨੂੰ ਤੁਸੀਂ ਤਵੇ ਤੇ ਰੱਖ ਕੇ ਸੇਕ ਕੇ ਖਾਣਾ। ਹਾਂਜੀ ਹਾਂਜੀ। ਯਾਨੀ ਐਹ ਜਿਹੀਆਂ ਚੀਜ਼ਾਂ ਵੀ ਹੈਗੀਆਂ ਨੇ ਪਈਆਂ ਨੇ। ਸਹੀ ਆ ਸਹੀ ਆ ਸਹੀ ਆ ਸਹੀ ਆ। ਹੂੰ। ਮੁੰਡੇ ਨਹੀਂ ਲੜਦੇ। ਮੁੰਡੇ ਬਹੁਤ ਲੜਦੇ ਨੇ। ਫਿਰ। ਮੁੰਡੇ ਉਹੀ ਕਿਸੇ ਨੂੰ ਮੁੰਡੇ ਕੁੜੀਆਂ ਪਿੱਛੇ ਲੜਦੇ ਨੇ। ਮੋਸਟਲੀ ਕਈ ਨਹੀਂ। ਹੂੰ। ਨਹੀਂ ਲੜਦੇ ਨਹੀਂ ਮੋਸਟਲੀ ਨਹੀਂ ਮੈਂ ਕਹਿੰਦਾ ਕਈ ਕਹਿੰਦਾ ਕਈ ਮੁੰਡੇ ਕੁੜੀਆਂ ਪਿੱਛੇ ਲੜਦੇ ਨੇ ਮੈਨੂੰ ਲੱਗਦਾ ਕਿ 90% ਮੁੰਡੇ ਕੁੜੀਆਂ ਪਿੱਛੇ ਹੀ ਲੜਦੇ ਨੇ ਤੇ 10% ਹੋਣਗੇ ਜਿਹੜੇ ਯਾਰੀਆਂ ਪਿੱਛੇ ਲੜਦੇ ਨੇ ਹਾਏ 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 ਕਿੱਡੀ ਬੱੱਟੀ ਗੱਲ ਕਹਿਤੀ ਯਾਰੀ ਚੱਲਣ ਵਾਲਾ ਬੰਦਾ ਤਾਂ ਬਹੁਤ ਘੱਟ ਹੈ ਹਾਂ ਹੈਗਾ ਨਾ ਫਿਰ ਯਾਰ ਚੰਗਾ ਹੋਵੇ ਮਾੜਾ ਹੋਵੇ ਉਹਨੂੰ ਪਰਖਣਾ ਚਾਹੀਦਾ ਜਿੱਦਾਂ ਦਾ ਟਾਈਮ ਆ ਮੈਨੂੰ ਲੱਗਦਾ ਪਰਖ ਹੀ ਲਓ ਐਂਡ ਜੇ ਜਾ ਕੇ ਜਦੋਂ ਸਰਪ੍ਰਾਈਜ਼ ਉਹ ਬਹੁਤ ਵੱਖਰੰਦਾ ਆ ਹਾਂ ਹੈ ਨਾ ਥੋੜਾ ਬੋਤਾ ਕਦੀ ਨਾ ਕਦੀ ਕਿਤੇ ਨਾ ਕਿਤੇ ਤਾਂ ਪਰਖ ਲੈਣਾ ਚਾਹੀਦਾ ਪਹਿਲਾਂ ਐਂ ਕਹਿੰਦੇ ਸੀ ਕਿ ਯਾਰ ਯਾਰੀ ਤੇ ਪਿਆਰ ਪਰਖਿਆ ਨਹੀਂ ਜਾਂਦਾ ਪਰ ਮੈਨੂੰ ਲੱਗਦਾ ਕਿ ਜਿੱਦਾਂ ਦਾ ਅੱਜ ਕੱਲ ਟਾਈਮ ਆ ਹੂੰ ਤੁਹਾਡੀ ਮੈਂਟਲ ਜਿਹੜੀ ਹੈਗੀ ਨਾ ਮੈਂਟਲ ਹੈਲਥ ਇੰਨੀ ਕਿ ਖਰਾਬ ਹੋ ਜਾਂਦੀ ਹੈ ਕਿ ਫੇਰ ਤੁਸੀਂ ਪਾਗਲ ਹੋਣ ਤੱਕ ਹੋ ਜਾਂਦੇ ਆ ਹੂੰ ਤੇ ਮੈਨੂੰ ਲੱਗਦਾ ਕਿ ਪਿਆਰ ਪਿਓ ਕੁਝ ਵੀ ਦੁੱਖ ਲੱਗਦਾ ਹੋਊਗਾ ਪਰ ਜਿਹੜਾ ਯਾਰੀ 'ਚ ਛੱਟ ਮਿਲਦਾ ਨਾ ਉਹ ਬਰਦਾਸ਼ਤ ਨਹੀਂ ਹੁੰਦਾ ਜਿਹੜੇ ਦੋਸਤ ਧੋਖਾ ਕਰਦੇ ਨੇ ਜਾਂ ਦੋਸਤੀ 'ਚ ਧੋਖਾ ਮਿਲਦਾ ਉਹ ਬਰਦਾਸ਼ਤ ਤੋਂ ਬਾਹਰ ਹੁੰਦਾ ਆ ਉਹ ਬਰਦਾਸ਼ਤ ਨਹੀਂ ਹੋ ਸਕਦਾ ਜੇ سزا ਦੇਣੀ ਹੋਵੇ ਜਾਂ سزا ਹੋਵੇ ਵੀ ਤੋਂ ਮੈਂ ਨਾ ਯਾਰੀ 'ਚ ਧੋਖਾ ਕੀਤਾ ਸੀ ਤੈਨੂੰ ਆਹ ਸਜ਼ਾ ਬਣਦੀ ਹੂੰ ਜਿਹੜੇ ਬੰਦੇ ਨੇ ਧੋਖਾ ਕੀਤਾ ਉਹਨੂੰ ਫਰਕ ਨਹੀਂ ਪੈਂਦਾ ਸਜ਼ਾ ਤੁਹਾਨੂੰ ਮਿਲੀ ਆ ਜਿਹੜੇ ਬੰਦੇ ਨੇ ਧੋਖਾ ਕੀਤਾ ਆ ਉਹਨੇ ਸੋਚ ਸਮਝ ਕੇ ਕੀਤਾ ਧੋਖਾ ਕੋਈ ਆ ਥੋੜੀ ਆ ਕੀ ਗਲਤੀ ਹੋਗੀ ਧੋਖਾ ਤਾਂ ਗੁਨਾਹ ਆ ਹਣ ਜਿਹਨੇ ਧੋਖਾ ਕੀਤਾ ਆ ਉਹਨੂੰ ਪਹਿਲੇ ਫਰਕ ਨਹੀਂ ਪੈਂਦਾ ਸੀ ਕਿ ਇਹ ਬੰਦੇ ਨੂੰ ਧੋਖਾ ਦਊਗਾ ਆਈ ਡੋਨਟ ਕੇਅਰ ਇਹਨੂੰ ਫਰਕ ਪਵੇ ਮਰੇ ਜੀਵੇ ਨਹੀਂ ਜੀਵੇ ਉਹ ਬੰਦੇ ਨੂੰ ਫਰਕ ਹੀ ਨਹੀਂ ਹੈਗਾ ਹਮ ਸਜ਼ਾ ਤਾਂ ਤੁਹਾਨੂੰ ਮਿਲੀ ਆ ਹਮ ਤੜਫਣਾ ਤੁਸੀਂ ਦੁੱਖ ਦਿਲ ਤੁਹਾਡਾ ਟੁੱਟਿਆ ਹਮ ਉਹ ਬੰਦੇ ਦਾ ਦੀਨਮਾਨ ਆਈ ਥਿੰਕ ਮਰਿਆ ਹੁੰਦਾ ਜਿਹੜੇ ਬੰਦੇ ਧੋਖਾ ਦਿੰਦੇ ਆ ਹੂੰ ਉਹਨਾਂ ਨੂੰ ਰੱਬ ਦਾ ਖੌਫ ਨਹੀਂਗਾ ਉਹਨਾਂ ਨੂੰ ਸ਼ਾਇਦ ਫੈਮਲੀਆਂ ਤੋਂ ਵੀ ਫਰਕ ਨਹੀਂ ਹੁੰਦਾ ਬਿਕਾਜ਼ ਜਿਹੜੇ ਚੰਗੀ ਫੈਮਲੀਆਂ ਦੇ ਲੋਕੀ ਆ ਉਹ ਧੋਖੇ ਨਹੀਂ ਦਿੰਦੇ ਜਿਹਨਾਂ ਜਿਹੜੇ ਖਾਨਦਾਨੀ ਬੰਦੇ ਆ ਜਾਂ ਕੁੜੀਆਂ ਆ ਮੈਨੂੰ ਨਹੀਂ ਲੱਗਦਾ ਉਹ ਪੈਸਿਆਂ ਪਿੱਛੇ ਜਾਂ ਨਿੱਕੇ ਨਿੱਕੇ ਚੀਜ਼ਾਂ ਪਿੱਛੇ ਤੁਹਾਨੂੰ ਧੋਖੇ ਦੇਣਗੇ ਹੂੰ ਵੱਡੀਆਂ ਚੀਜ਼ਾਂ ਵਿੱਚ ਵੀ ਕਿਉਂ ਧੋਖਾ ਦੇਣਾ ਹੂੰ ਹੂੰ ਕੋਈ ਐਸਾ ਇੱਕ ਆਰਟਿਸਟ ਜਿੰਨਾ ਬੜਾ ਮਨ ਹੈ ਦਿਲੀ ਇੱਛਾ ਵੀ ਮੈਂ ਕੰਮ ਕਰਨਾ ਚਾਹੁੰਦੀ ਆ ਬਸ ਮੌਕਾ ਮਿਲ ਜੇ ਸਾਰੀ ਵਧੀਆ ਨੇ ਜਿਹੜੇ ਮੈਂਨਤ ਕਰਦਾ ਤੁਹਾਡਾ ਫੇਵਰਿਟ ਇਹ ਤਾਂ ਉਹੀ ਆਰਟਿਸਟ ਵਾਲਾ ਜਵਾਬ ਹੋ ਗਿਆ ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦੀ ਆ ਸਾਰੇ ਬਸ ਉਹੀ ਕੋਈ ਮੋੜ ਦੀ ਗੱਲ ਕਰ ਲੈ ਜਿਹੜੇ ਜਿੱਦਾਂ ਹੁਣ ਮੈਂ ਬੀਟ Song ਜ਼ਿਆਦਾ ਸੁਣਦੀ ਆ ਮੈਨੂੰ ਜ਼ਿਆਦਾ ਸਲੋ ਸੈਡ 뮤직 ਮੈਨ ਨਹੀਂ ਸੁਣਦੀ ਤੇ ਜਿਹੜੇ ਵਧੀਆ ਮਤਲਬ ਜਿੱਦਾਂ ਹੁਣ ਸਿੱਧੂ ਮੂਸੇ ਵਾਲੇ ਦੇ ਗਾਣੇ ਹੋਗੇ ਜਿੱਦਾਂ ਬੀਟ Songਸ ਮੈਂ ਬਹੁਤ ਸੁਣਦੀ ਆ ਹੂੰ ਤੇ ਮੈਂ ਹਮੇਸ਼ਾ ਜ਼ਿਆਦਾ ਮੈਨੂੰ ਆ ਹੁੰਦਾ ਕਿ ਉਹ ਉਹ ਹੀ ਗਾਣੇ ਸੁਣਾ ਜਾਂ ਉਹਨਾਂ ਨਾਲੇ ਕੰਮ ਕਰਾਂ ਜ਼ਿਆਦਾ ਮੈਂ ਥੋੜੇ ਸਲੋ ਮਿਊਜ਼ਿਕ ਘੱਟ ਸੁਣਦੀ ਆ ਜੇ ਥੋੜਾ ਤਾਂ ਗਾਣਾ ਪਹੁੰਚ ਕਰਦਾ ਫਿਰ ਉਹਨੂੰ ਸਿਲੈਕਟ ਤੁਸੀਂ ਆਪ ਕਰਦੇ ਹੋ ਕਿ ਕਿਸੇ ਨੂੰ ਸੁਣਾਉਣੇ ਉਹਨੇ ਵੀ ਭਾਈ ਮੇਰੇ ਤੱਕ ਆ ਗਾਣਾ ਪਹੁੰਚਾ ਤਾਂ ਕਿ ਨਾ ਕਰਾਂ ਕਨਫਿਊਜ਼ ਹੋ ਜਾਨੀ ਤਾਂ ਫਿਰ ਪੁੱਛਣ ਨਹੀਂ ਆ ਕਿਨੂੰ ਫੈਮਿਲੀ ਫਰੈਂਡਸ ਜਾਂ ਕਾਸਟਿੰਗ ਜਿਹੜੇ ਵੀ ਆ ਜਿੱਦਾਂ ਕਦੇ ਕਿਸੇ ਚੀਜ਼ ਨੂੰ ਲੈ ਕੇ ਫੈਮਿਲੀ ਨੇ ਮਨਾਂ ਕੀਤਾ ਹੋਵੇ ਆ ਗਾਣਾ ਨਹੀਂ ਕਰਨਾ ਨੇ ਇਹਨਾਂ ਨੂੰ ਪਤਾ ਹੈ ਕਿ ਠੀਕ ਆ ਵਧੀਆ ਸਿਲੈਕਟ ਕਰੂੰਗੀ ਹੂੰ ਤੇ ਫੈਮਿਲੀ ਨੂੰ ਇਦਾਂ ਤਾਂ ਪੁੱਛਿਆ ਨਹੀਂ ਕਦੀ ਵੈਸੇ ਹਾਂ ਜੜੀ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿਓ ਕੋਈ ਅੰਲੀ ਹਾਂ ਉਹ ਵੇਖ ਰਹੇ ਨੇ ਉਹ ਹੂੰ ਸਾਡੀ ਆਪਸ ਵਿੱਚ ਆਪਣੀ ਗੱਲਬਾਤ ਚੱਲਦੀ ਆ ਥਰ ਕੀ ਕਦੀ ਕਦੀ ਮੰਮੀ ਐਂ ਹਾਂ ਜਾਂਦਾ ਸੀਗਾ ਨਾ ਕਮੈਂਟ ਜਦੋਂ ਕਈ ਵਾਰੀ ਖੋਲ ਲene ਕਮੈਂਟ ਪੜਨੇ ਤੇ ਫੇਰ ਕਦੀ ਕਦੀ ਮਾਤਾ ਨੇ ਕਹਿਣਾ ਕਿ ਕੀ ਕਮੈਂਟ ਕਰਦੇ ਨੇ ਲੋਕੀਆ ਕਿ ਫੇਰ ਇੱਕ ਦਿਨ ਮੈਂ ਮਾਂ ਤੁਹਾਨੂੰ ਬਿਠਾ ਕੇ ਚੰਗੀ ਤਰ੍ਹਾਂ ਸਮਝਾਇਆ ਕਿ ਇਹ ਵੇਲੇ ਨੇ ਇਹਨਾਂ ਦੀ ਫਰਸਟ੍ਰੇਸ਼ਨ ਕਿਤੇ ਨਹੀਂ ਨਿਕਲ ਰਹੀ ਕੰਮ ਕਰਦੇ ਨਹੀਂਗੇ ਆਈਡੀਆ ਖੋਲੰਦੇ ਨੇ ਕੁੜੀਆਂ ਦੀਆਂ ਥੱਲੇ ਬਕਵਾਸ ਕਰਨੀ ਸ਼ੁਰੂ ਹਮ ਫਰਸਟ੍ਰੇਟ ਨੇ ਇਹ ਐਕਚੁਅਲੀ ਚਾਹੇ ਹੋਣ ਵੀ ਆ ਦੇਖ ਕੇ ਥੱਲੇ ਕਮੈਂਟ ਕਰਨ ਬਟ ਆਈ ਡੋਨਟ ਕੇਅਰ ਬਿਕਾਜ਼ ਮੈਨੂੰ ਪਤਾ ਆ ਉਹਨਾਂ ਦੀ ਜਿਹੜੀ ਸੋਚ ਆ ਉਹ ਇੱਥੇਕ ਤੱਕ ਹੀ ਰਹਿ ਗਈ ਆ। ਹੂੰ। ਪਜਾਮਿਆਂ ਤੋਂ ਬਾਹਰ ਨਹੀਂ ਆਏ ਉਹਨਾਂ ਦੀ ਸੋਚ ਜਿਹੜੀ ਦਿਮਾਗ ਪਜਾਮੇ 'ਚ ਕਹਿ ਦਿੰਦੇ ਹੁੰਦੇ ਨੇ ਨਾ ਕਿ ਉਹ ਉੱਥੇ ਹੀ ਰਹਿ ਗਿਆ ਆ। ਉਹ ਮੈਨੂੰ ਲੱਗਦਾ ਕਿਤਨੇ ਕਿਤੇ ਆਪਦੀਆਂ ਭੈਣਾਂ ਬਾਰੇ ਵੀ ਇਹੀ ਕੋਸ਼ਿਸ਼ ਸੋਚਦੇ ਹੋਣਗੇ। ਪੁੱਠਾ ਜਦੋਂ ਤੁਸੀਂ ਕਿਸੇ ਕੁੜੀ ਨੂੰ ਕਮੈਂਟ ਕਰ ਰਹੇ ਹੋ ਜਾਂ ਤਾਂ ਉਹਨਾਂ ਦੀ ਆਪਦੀ ਘਰੇ ਭੈਣ ਨਹੀਂ ਹੈਗੀ। ਜਾਂ ਫਿਰ ਉਹ ਉਹਨਾਂ ਨੂੰ ਵੀ ਉਹੀ ਨਜ਼ਰੀਏ ਨਾਲ ਦੇਖਦੇ ਹੋਣੇ। ਮੈਂ ਨਹੀਂ ਕਹਿੰਦੀ ਕਿ ਕਿਸੇ ਦੀਆਂ ਭੈਣਾਂ ਮਾੜੀਆਂ ਨੇ ਜਾਂ ਕੁਝ ਪਰ ਜਿੱਦਾਂ ਦਾ ਟਾਈਮ ਚੱਲ ਰਿਹਾ ਆ ਸਾਨੂੰ ਬਹੁਤ ਸੋਚ ਸਮਝ ਕੇ ਕਿਸੇ ਦੀ ਭੈਣ ਨੂੰ ਬੋਲਣਾ ਚਾਹੀਦਾ ਕਿ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਡੀ ਫੈਮਲੀ ਇਸ ਚ ਕੀ ਚੱਲ ਰਿਹਾ ਆ ਜਾਂ ਤੁਹਾਡੀ ਰਿਸ਼ਤੇਦਾਰੀਆਂ ਇਸ ਚ ਕੀ ਚੱਲ ਰਿਹਾ ਆ ਫਿਰ ਕਿਸੇ ਨੂੰ ਉਂਗਲ ਕਰੋ ਕਿ ਜਦੋਂ ਅਸੀਂ ਕਿਸੇ ਨੂੰ ਉਂਗਲ ਹੀ ਕਰਦੇ ਆ ਨਾ ਤੇ ਇੱਕ ਉਂਗਲ ਤੁਹਾਡੇ ਵੱਲ ਵੀ ਆ ਇੱਕ ਕੀ ਚਾਰ ਤੁਹਾਡੇ ਵੱਲ ਹੈ ਹੈ ਨਾ ਅੱਛਾ ਸੋਸ਼ਲ ਮੀਡੀਆ ਦੀ ਜੇ ਮੈਂ ਗੱਲ ਕਰਾਂ ਗੋਰੀ ਤਾਂ ਸੋਸ਼ਲ ਮੀਡੀਆ ਤੇ ਜ਼ਰੂਰੀ ਨਹੀਂ ਸਾਰਾ ਕੁਝ ਚੰਗਾ ਹੀ ਆ ਮਾੜਾ ਵੀ ਬਹੁਤ ਆ ਸੋਸ਼ਲ ਮੀਡੀਆ ਤੇ ਕਈ ਹੁਣ ਮੈਂ ਫੇਰ ਹੋਈ ਕਹਿਣਾ ਵੀ ਕਈ ਵੀਡੀਓਜ਼ ਐਸੀਆਂ ਨੇ ਜਿਹੜੀਆਂ ਆਪਾਂ ਪਰਿਵਾਰ ਸਮੇਤ ਨਹੀਂ ਨਹੀਂ ਵੇਖ ਸਕਦੇ ਹਮਮ ਕਈਆਂ ਦੇ ਵਿੱਚ ਆਡੀਓਜ਼ ਕੋਈ ਕਈਆਂ ਦੇ ਵਿੱਚ ਸ਼ਰੇਮ ਗਾਲਾਂ ਹੀ ਕੱਢੀਆਂ ਹੋਈਆਂ ਨੇ ਮਾਵਾ ਭੈਣਾਂ ਦੀਆਂ ਵੀ ਗਾਲਾਂ ਕੱਢੀਆਂ ਹੋਈਆਂ ਨੇ ਕਈਆਂ ਦੇ ਵਿੱਚ ਸਿਰਫ ਗਾਲਾਂ ਹੀ ਨਹੀਂ ਕੁਝ ਦਿਖਾਇਆ ਵੀ ਬਹੁਤ ਕੁਛ ਪਿਆ ਹਨਾ ਕਈ ਲੋਕ ਇਸ ਨੂੰ ਆਪਣੇ ਫੇਮ ਲੈਣ ਦੇ ਮਾਰਾ ਵੀ ਲੈਂਦੇ ਨੇ ਥੋ ਤੁਹਾਨੂੰ ਲੱਗ ਤੁਸੀਂ ਵੀ ਉਸੇ ਪਲੇਟਫਾਰਮ ਤੇ ਹੋ ਜਿਸੇ ਪਲੇਟਫਾਰਮ ਤੇ ਉਹ ਆਪਣੀ ਚੀਜ਼ਾਂ ਨੂੰ ਪ੍ਰੋਸ ਕਰ ਰਹੇ ਨੇ ਤੁਸੀਂ ਵੀ ਉਸ ਪਲੇਟਫਾਰਮ ਤੇ ਆਪਣੇ ਆਪ ਨੂੰ ਰੱਖਦੇ ਹੋ ਜਾਂ ਤੁਹਾਡੇ ਵੀ ਫੈਨਸ ਨੇ ਉੱਥੇ ਫਿਰ ਤੁਹਾਨੂੰ ਲੱਗਦਾ ਉਹ ਸਹੀ ਆ ਮਾੜੀ ਆ ਚੰਗੀ ਆ ਗਲਤ ਆ ਇਸ ਚੀਜ਼ ਨੂੰ ਲੈ ਕੇ ਵਿਵਾਦ ਵੀ ਖੜਾ ਹੋਇਆ ਸੀ ਪਿੱਛੇ ਜੀ ਗਾਣਾ ਆ ਗਿਆ ਸੀਗਾ ਫਿਰ ਉਸ ਤੇ ਉਹਦੇ ਅਗੇਂਸਟ ਕਈ ਕੁੜੀਆਂ ਹੋ ਗਈਆਂ ਵੀ ਕੁੜੀਆਂ ਨੂੰ ਤੁਸੀਂ ਇਸ ਤਰੀਕੇ ਨਾਲ ਕਿਵੇਂ ਟਾਰਗੇਟ ਕਰ ਸਕਦੇ ਹੋ ਹਾਲਾਂਕਿ ਗਾਇਆ ਵੀ ਉਹ ਇੱਕ ਕੁੜੀ ਨੇ ਸੀ ਤੇ ਉਹਦੇ ਵਿੱਚ ਗੱਲ ਵੀ ਉਹਨੇ ਕੁੜੀ ਨੇ ਕੀਤੀ ਕੁੜੀਆਂ ਦੀ ਕੀਤੀ ਤੁਹਾਡੇ ਮੁਤਾਬਿਕ ਕੀ ਸਹੀ ਗਲਤ ਪਾਉਣਾ ਨਾ ਪਾਉਣਾ ਮੈਂ رائے ਜਾਨਣਾ ਚਾਹੁੰਨਾ ਕਿਉਂਕਿ ਤੁਸੀਂ ਵੀ ਉਸੇ ਪਲੇਟਫਾਰਮ ਤੇ ਹਾਂ ਕਿਤੇ ਨਾ ਕਿਤੇ ਅਸੀਂ ਹੀ ਪ੍ਰਮੋਟ ਕਰ ਰਹੇ ਹਾਂ ਉਹੋ ਚੀਜ਼ਾਂ ਜੇ ਜੇ ਕਿਸੇ ਨਾਰਮਲ ਬੰਦੇ ਨੇ ਕਰ ਲਈ ਤੇ ਉਹਨੂੰ ਗਾਲਾਂ ਆ ਤੇ ਜੇ ਉਹ ਕਿਸੇ ਵੱਡੀ ਹਸਤੀ ਨੇ ਕੀਤੀ ਆ ਤੇ ਵਾਹ ਵਾਹ ਆ ਹਮ ਅਸੀਂ ਉਹ ਪ੍ਰਮੋਟ ਕੀਤਾ ਆ ਹਾਂ ਜਾਂ ਤਾਂ ਫਿਰ ਮੈਨੂੰ ਲੱਗਦਾ ਕਿ ਲੋਕ ਕੀ ਕਹਿੰਦੇ ਆ ਕਿ ਜੇ ਇਸ ਲੈਵਲ ਤੇ ਆ ਕੋਈ ਤੇ ਉਹਨੂੰ ਅਪਰੋਚ ਕਰਕੇ ਗਾਲਾਂ ਕੱਢਣੀਆਂ ਸੌਖੀਆਂ ਆ ਜਿਗੂ ਇੱਥੇ ਆ ਪਤਾ ਉਥੋਂ ਜੁੱਤੀਆਂ ਪਹਿਣੀਆਂ ਛੱਤਰ ਪਹਿਣੇ ਉਹਨੂੰ ਲੋਕੀ ਹੱਥ ਨਹੀਂ ਪਾਉਣਗੇ ਨਹੀਂ ਪਰ ਨੰਗ ਪੁਣਾ ਕਿੱਥੇ ਨਹੀਂ ਹੈਗਾ ਦੱਸੋ ਨੰਗ ਪੁਣਾ ਦਿਖਾਉਣਾ ਜ਼ਰੂਰੀ ਤਾਂ ਨਹੀਂ ਕਿਹੜੇ ਗਾਣੇ ਆ ਜਿੱਥੇ ਨੰਗ ਪੁਣਾ ਹੈ ਨਹੀਂਗਾ ਦੱਸੋ ਨਹੀਂ ਕਈ ਗਾਣੇ ਹੈ ਚਾਹੇ ਮੈਂ ਇਸ ਇੰਡਸਟਰੀ ਚ ਆਂ ਜਾਂ ਕਾਲੂ ਇਹ ਚੀਜ਼ਾਂ ਮੈਨੂੰ ਵੀ ਇਫੈਕਟ ਕਰਨ ਕੀ ਅੱਛਾ ਹਾਂ ਵੱਡੇ ਆਰਟਿਸਟਾਂ ਬਾਰੇ ਬੋਲ ਰਹੀ ਆ ਇਆ ਸਾਨੂੰ ਇਦਾਂ ਕਹਿ ਰਹੀ ਆ ਜਾਂ ਇਦਾਂ ਕਹਿ ਰਹੀ ਆ ਪਰ ਮੈਨੂੰ ਲੱਗਦਾ ਕਿ ਜੇ ਕੋਈ ਉਹਨਾਂ ਨੂੰ ਬੋਲਦਾ ਆ ਤੇ ਅੱਗੇ ਕੀ ਕਰਦੇ ਆ ਉੱਥੇ ਕੀ ਐਕਸ਼ਨਸ ਆ ਕਿ ਤਨ ਕਿਤੇ ਉਹ ਪ੍ਰਮੋਟ ਕੀਤਾ ਹੋਇਆ ਆ ਜਾਂ ਤਾਂ ਪ੍ਰਮੋਟ ਹੋਇਆ ਆ ਸਿੱਧਾ ਹੁਣ ਮੈਂ ਆ ਜਾਂ ਮੈਂ ਕਿਸੇ ਨੂੰ ਕੁਝ ਇਨਫਲੂਐਂਸ ਕਰ ਰਹੀ ਆ ਕਿਸੇ ਚੀਜ਼ ਲਈ ਜਾਂ ਮੈਨੂੰ ਚਾਰ ਜਾਣੇ ਕਰ ਰਹੇ ਨੇ ਜਿੱਦਾਂ ਹੁਣ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਚਾਰ ਜਾਣਿਆਂ ਨੂੰ ਅਟਰੈਕਟ ਕਰਦੇ ਆ ਕਿ ਤੁਸੀਂ ਜੋ ਕਰ ਰਹੇ ਹੋ ਉਹੀ ਉਹ ਕਰਨਗੇ ਤੇ ਉਹ ਕਿੱਥੋਂ ਆਇਆ ਠੀਕ ਆ ਵੈਸਟਰਨ ਹੋਣਾ ਵਧੀਆ ਗੱਲ ਆ ਪਰ ਇੰਨੇ ਵੀ ਨਾ ਹੋਊ ਕਿ ਆਪਣਾ ਕਲਚਰ ਭੁੱਲ ਜੂ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਮਹਾਨ ਆ ਤੇ ਮੈਂ ਡ्रेसेस ਨਹੀਂ ਪਾਉਂਦੀ ਐ ਮੈਂ ਜੀਨਸ ਨਹੀਂ ਪਾਉਂਦੀ ਪਰ ਇੱਕ ਲਿਮਿਟ 'ਚ ਸਾਰਾ ਕੁਝ ਵਧੀਆ ਲੱਗਦਾ ਹੂੰ ਹੁਣ ਕਿੰਨਾ ਕ ਮਨ ਕਰਦਾ ਇੱਥੇ ਮੋਹਾਲੀ ਦੇ ਵਿੱਚ ਰਹਿਣ ਦਾ ਆ ਇੱਥੇ ਦਾ ਐਟਮੋਸਫੇਅਰ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਹਰ ਇੱਕ ਆਰਟਿਸਟ ਇੱਥੇ ਨੂੰ ਭੱਜਦਾ ਹੱਬ ਸੈਂਟਰ ਆ ਕਹਿੰਦੇ ਗਾਇਕੀ ਦਾ ਮੋਡਲਿੰਗ ਇੰਡਸਟਰੀ ਦਾ ਐਕਟਿੰਗ ਇੰਡਸਟਰੀ ਦਾ ਫਿਲਮ ਇੰਡਸਟਰੀ ਦਾ ਸਾਰਿਆਂ ਦਾ ਇੱਕ ਹੱਬ ਹੈ ਜਿਹੜਾ ਵੱਡਾ ਹੱਬ ਮੇਰੇ ਦਿਲ ਤੋਂ ਜ਼ਿਆਦਾ ਵੈਸੇ ਘਰੇ ਲੱਗਦਾ ਆ ਮਾਤਾ ਕੋਲ ਲੱਗਦਾ ਆ ਤੇ ਉੱਥੇ ਮੇਰੇ ਕੁੱਤੇ ਆ ਤੇ ਉੱਥੇ ਹੀ ਮੇਰਾ ਦਿਲ ਜ਼ਿਆਦਾ ਲੱਗਦਾ ਇਹ ਆ ਕਿ ਜਦੋਂ ਕੰਮ ਹੋਵੇ ਫਿਰ ਮੈਂ ਆ ਜੰਨੀ ਆ ਹਾਂ ਤੇ ਕੰਮ ਕਰਕੇ ਫਿਰ ਵਾਪਸ ਸਾਰਾ ਕੁਝ ਉੱਥੇ ਹੈਗਾ ਹੁਣ ਤੇ ਆਪਣੇ ਪਿੰਡ ਵੀ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ ਜਿਵੇਂ ਮੈਂ ਹੈਗੀ ਆ ਵਧੀਆ ਡਾਂਸ ਕਲਾਸਿਸ ਲੈਣੀਆਂ ਉਹ ਵੀ ਵਧੀਆ ਸਾਰਾ ਕੁਝ ਵਧੀਆ ਹੈਗਾ ਆ ਤੇ ਯਾਨੀ ਹੈਗਾ ਕਿ ਪਿੰਡਾਂ ਚ ਕੀ ਨਹੀਂ ਹੈਗਾ ਅੱਜਕੱਲ ਹੂੰ ਤੇ ਬਾਕੀ ਜਿੱਤੇ ਫੈਮਿਲੀ ਆ ਉੱਥੇ ਦਿਲ ਜ਼ਿਆਦਾ ਲੱਗਦਾ ਮੈਨੂੰ ਲੱਗਦਾ ਪਤਾ ਨਹੀਂ ਮੈਨੂੰ ਟਰਸਟ ਇਸ਼ੂਸ ਹੈ ਜਾਂ ਕੀ ਆ ਮੈਨੂੰ ਲੋਕਾਂ ਤੇ ਟਰਸਟ ਨਹੀਂ ਹੁੰਦਾ ਜਿਹੜੇ ਨਾਲ ਦੇ ਸੀ ਉਹ ਆਲਮੋਸਟ ਸਾਰੇ ਕੋਈ ਬਾਹਰ ਚੱਲ ਗਿਆ ਆ ਜਾਂ ਕੰਮਕਾਰਾਂ ਚ ਬਿਜ਼ੀ ਨੇ ਜਾਂ ਕਈਆਂ ਦੇ ਵਿਆਹ ਹੋ ਗਏ ਨੇ ਸਾਰਾ ਤਾਂ ਪੰਜਾਬ ਬਾਹਰ ਚੱਲ ਗਿਆ ਆ ਹੂੰ ਫੇ ਕਰੇ ਮਾਤਾਇਆ ਮਾਤਾ ਉਹਦੇ ਲੱਗਿਆ ਰਹਿੰਦਾ ਹੂੰ। ਕੇਜ ਦੇ ਕਿੰਨਾ ਹੋ ਲੜਦਾ ਲੜਦੇ ਕਿੰਨਾ ਕੋ। ਕੇਜ ਤੇ ਡਿਪੈਂਡ ਕਰਦਾ ਹੁਣ ਕਿਸ ਚੀਜ਼ ਤੇ ਗੁੱਸਾ ਆਉਂਦਾ ਜੇ ਹੁਣ ਕੋਈ ਜ਼ਿਆਦਾ ਇਰਿਟੇਟ ਕਰੀ ਜਾਊਗਾ ਤਾਂ ਖਿਜਾਂਗੇ ਹੀ ਹੈਗੀ ਤਾਂ ਮੈਂ ਵੀ ਇਨਸਾਨ ਹੀ ਆ। ਹੂੰ। ਜੇ ਹੁਣ ਕੋਈ ਬਾਰ-ਬਾਰ ਤੰਗ ਕਰੂਗਾ ਤਾਂ ਫੇ ਛੱਤਰਖਾਨ ਵਾਲੇ ਕੰਮ ਤਾਂ ਕਰੂਗਾ ਹੀ ਲੜਨਾ ਹੀ ਆ ਫਿਰ। ਹੂੰ। ਕੁਝ ਚੀਜ਼ਾਂ ਇਗਨੋਰ ਕਰਦੀ ਆ ਬਹੁਤ ਜ਼ਿਆਦਾ ਇਗਨੋਰ ਕਰਦੀ ਆ ਪਰ ਜਦੋਂ ਫਿਰ ਇੱਕ ਲੈਵਲ ਆ ਜਾਂਦਾ ਫਿਰ ਇਗਨੋਰ ਨਹੀਂ ਹੁੰਦਾ ਫਿਰ। ਹੂੰ ਜਿਆਦਾਤਰ ਹਰੇਕ ਬੰਦਾ ਨਾ ਇਦਾਂ ਕਹਿੰਦਾ ਵੀ ਮੈਂ ਆਪਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਦਿਖਾਵਾਂ ਹੈਨਾ ਨਵੇਂ ਪਹਿਲਾਂ ਡਿਸਕਸ ਕਰਦੇ ਸੀ ਵੀ ਆਪਾਂ ਇਦਾਂ ਇਦਾਂ ਦੀ ਗੱਲਾਂ ਕਰਨੀਆਂ ਨੇ ਜਾਂ ਇਹਦਾ ਹੈਨਾ ਪਰ ਮੈਂ ਜਿਵੇਂ ਮੇਰੀ ਮਾੜੀ ਜਿਹੜੀ ਗੱਲ ਹੈ ਕਿ ਮੈਂ ਬਹੁਤ ਸ਼ਾਰਟ ਟੈਂਪਰਡ ਆ ਮੈਂ ਛੇਤੀ ਗੁੱਸਾ ਕਰ ਜਾਂਦਾ ਜਾਂ ਪਰ ਉਹ ਚੀਜ਼ ਨੂੰ ਘਟਾਇਆ ਬਹੁਤ ਆ ਮੈਂ ਹੁਣ ਪੇਸ਼ੈਂਸ ਲੈਵਲ ਥੋੜਾ ਜਿਹਾ ਵਧਾ ਲਿਆ ਪਤਾ ਨਹੀਂ ਉਮਰ ਦੇ ਤਗਾਜ਼ੇ ਨਾਲ ਕਹਿ ਲਵੀ ਹਣਾ ਹੌਲੀ ਹੌਲੀ ਬੰਦੇ ਨੂੰ ਸਿੱਖਣ ਚ ਬਹੁਤ ਕੁਝ ਮਿਲ ਜਾਂਦਾ ਵਿਦ ਐਕਸਪੀਰੀਅੰਸ ਜਿਵੇਂ ਜਿਵੇਂ ਉਹ ਬੰਦੇ ਦੀ ਉਮਰ ਵਧਦੀ ਰਹਿੰਦੀ ਹੈ ਬਹੁਤ ਚੀਜ਼ਾਂ ਬੰਦੇ ਦੇ ਚ ਠੰਮਾ ਬੰਦੇ ਚ ਆਰਾਮ ਬੰਦੇ ਚ ਪੇਸ਼ੈਂਸ ਆ ਜਾਂਦਾ ਨਹੀਂ ਮੇਰੀ ਮੇਰੀ ਆਈ ਥਿੰਕ ਜੇ ਮੈਂ ਕਹਾਂ ਕਿ ਕਦੀ ਮੈਂ ਚੇਂਜ ਕਰਾਂਗੀ ਜਾਂ ਨਹੀਂ ਵੀ ਕਰਾਂਗੀ ਦ ਟਿੰਗ ਇਜ਼ ਕਿ ਮੈਂ ਬਹੁਤ ਇਮੋਸ਼ਨਲ ਆ ਐਂਡ ਮੈਂ ਮੈਨੂੰ ਗੁੱਸਾ ਵੀ ਬਹੁਤ ਛੇਤੀ ਆਂਦਾ ਕੋਸ਼ਕ ਚੀਜ਼ਾਂ ਤੇ ਤੇ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਇਦਾਂ ਨਹੀਂ ਮੈਨੂੰ ਨਾਰਮਲ ਨਹੀਂ ਆਉਂਦਾ ਪਰ ਹਾਂ ਕਿਤੇ ਮੈਨੂੰ ਕੋਈ ਬਦਤਮੀਜ਼ੀ ਕਰ ਰਿਹਾ ਤਾਂ ਉਹ ਮੈਂ ਟੋਲਰੇਟ ਨਹੀਂ ਕਰ ਸਕਦੀ ਐਂਡ ਉਹ ਕਦੀ ਸਿਖਾਇਆ ਵੀ ਨਹੀਂ ਸਾਨੂੰ ਕਿ ਟੋਲਰੇਟ ਕਰੋ ਤੇ ਜੀ ਇਸ ਕਰਕੇ ਮੈਂ ਗੁੱਸੇ ਵਾਲੀ ਲੱਗਦੀ ਆ ਤਾਂ ਆਈ ਥਿੰਕ ਮੈਂ ਫੇਰ ਗੁੱਸੇ ਵਾਲੀ ਹੀ ਵਧੀਆ ਆ ਬਿਕਾਜ਼ ਆਈ ਕੈਨਟ ਟੋਲਰੇਟ ਸ਼ਿਟ ਤੇ ਨਾ ਮੈਂ ਕਿਸੇ ਨੂੰ ਕਦੀ ਵੀ ਕੁਛ ਮਾੜਾ ਬੋਲਦੀ ਆ ਪਹਿਲਾਂ never ever ਮੈਂ ਨਹੀਂ ਕਦੀ ਕਿਸ ਨੂੰ ਕੋਈ ਕਦੀ ਨੀਚਾ ਦਿਖਾਵਾਂਗੀ ਕਿ ਤੂੰ ਮੇਰੇ ਤੋਂ ਥੱਲੇ ਆ ਜਾਂ ਮੈਂ ਤੇਰੇ ਤੋਂ ਉੱਪਰ ਆ ਜਾਂ ਤੂੰ ਜ਼ਿਆਦਾ ਆ ਆ ਡੋਂਟ ਕਦੇ ਨਾ ਕਿਸੇ ਦੀ ਚਾਪਲੂਸੀ ਕਰ ਸਕਦੀ ਆ ਜੇ ਕਰਦੀ ਹੁੰਦੀ ਹੁੰਦੀ ਤਾਂ ਪਤਾ ਨਹੀਂ ਕਿੱਥੇ ਫਿਲਮਾਂ ਫੁੱਲ ਮੈਂ ਪਤਾ ਨਹੀਂ ਕੀ ਕੀ ਕੀਤਾ ਹੁੰਦਾ ਪਰ ਦਤੰਗ ਇਸ ਮੈਂ ਕਿਸੇ ਨੂੰ ਪੁੱਛੂ ਜੀ ਨਹੀਂ ਕਰ ਸਕਦੀ ਜਿੱਥੇ ਆ ਗਈ ਆ ਉੱਥੇ ਖੁਸ਼ ਆ ਮੈਨੂੰ ਕੋਈ ਮਤਲਬ ਨਹੀਂ ਕਿ ਕਿਸੇ ਨੂੰ ਕੋਈ ਕੀ ਹੈਗਾ ਆ ਕੀ ਨਹੀਂ ਹੈਗਾ ਜਿੱਥੇ ਆ ਉੱਥੇ ਖੁਸ਼ ਆ ਜਿੰਨਾ ਕਿ ਮਿਹਨਤ ਨਾਲ ਮਿਲ ਰਿਹਾ ਕੰਮ ਠੀਕ ਆ ਪਰ ਕਦੀ ਬਾਬਾ ਜੀ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਮੰਗਣ ਦੀ ਜ਼ਰੂਰਤ ਨਹੀਂ ਪਈ ਆਪੇ ਹੀ ਵਾਹਿਗੁਰੂ ਬਹੁਤ ਦੇ ਜਾਂਦਾ ਤੇ ਅੱਗੇ ਦਿੰਦਾ ਰਹਿਣਾ ਇਦਾਂ ਹਮ ਤੇ ਪੋਜ਼ਿਟਿਵ ਰਭੋ ਬਹੁਤ ਕੁਝ ਮਿਲਦਾ ਵਾਹਿਗੁਰੂ ਬਹੁਤ ਕੁਝ ਦਿੰਦਾ ਹੈ ਬਿਲਕੁਲ ਬਿਲਕੁਲ ਸਭ ਬਹੁਤ ਜ਼ਰੂਰੀ ਆ ਹਮ ਕਦੀ ਕਦੀ ਇਦਾਂ ਵੀ ਹੋਇਆ ਕਿ ਡੋਲ ਜਾਂਦਾ ਮਨ ਕਿ ਹਾਇ ਰੱਬਾ ਇਤਾਂ ਹੋ ਰਿਹਾ ਏ ਦਾਰ ਹੈ ਪਰ ਜਦੋਂ ਤੁਸੀਂ ਗੁਰਦੁਆਰੇ ਜਾ ਕੇ ਇੱਕ ਵਾਰੀ ਮਤਾ ਟੇਕ ਦਿੰਦੇ ਆ ਨਾ ਫੇਰ ਉਹ ਵਾਪਸ ਬੁਰਸ ਆ ਜਾਂਦਾ ਉੱਥੇ ਹੀ ਵਾਪਸ ਉਹੀ ਲੈਵਲ ਤੇ ਕੀ ਬਾਤ ਹੈ ਹਾਂਜੀ ਯਾਨੀ ਗੁਰੂ ਦੀ ਲੜ ਲਗੋ ਹਾਂਜੀ ਉਹ ਨਹੀਂ ਸਭ ਕੁਝ ਦੇਣਾ ਹਨਾ ਕੋਸ਼ਿਸ਼ ਕਰੋ ਜਿੰਨੇ ਮਰਜ਼ੀ ਬਿਜ਼ੀ ਆ ਤੇ ਗੁਰਦੁਆਰੇ ਜ਼ਰੂਰ ਜਾਵੋ ਐਵਰੀ ਡੇ ਜਾਵਾਂਗੇ ਤੇ ਬਹੁਤ ਹੀ ਜ਼ਿਆਦਾ ਪੋਜ਼ਿਟਿਵਿਟੀ ਰਹਿੰਦੀ ਹੈ ਲਾਈਫ 'ਚ ਹਮ ਕਦੀ ਹੁੰਦਾ ਆ ਕਿ ਜਦੋਂ ਮੈਂ ਸੂਟ ਤੇ ਹੁੰਦੀ ਆ ਮੈਂ ਜੀਨਸ ਪਾਈਆਂ ਹੁੰਦੀ ਆ ਤੇ ਹੁਣ ਹਰ ਵਾਰੀ ਸੂਟ ਪਾ ਕੇ ਨਹੀਂ ਜਾ ਹੁੰਦਾ ਕਦੀ ਬਹੁਤ ਕੁੜੀਆਂ ਨੇ ਜਿੱਦਾਂ ਕੰਮ ਤੇ ਜਾਂਦੀਆਂ ਨੇ ਮੈਂ ਕਈ ਵਾਰੀ ਦੇਖਦੀ ਹੁੰਦੀ ਆ ਤੇ ਉਹਨਾਂ ਨੇ ਡ्रेसेस ਪਾਈਆਂ ਹੁੰਦੀਆਂ ਕੰਮ ਦੀਆਂ ਯੂਨੀਫਾਰਮਸ ਪਾਈਆਂ ਹੁੰਦੀਆਂ ਤੇ ਗੁਰਦੁਆਰਾ ਸਾਹਿਬ ਆਉਂਦੀਆਂ ਨੇ ਤੇ ਮੈਂ ਸੋਚਦੀ ਆ ਇਹ ਵੀ ਲੋਕੀ ਆ ਇਹ ਆ ਕਿ ਚੁੰਨੀ ਥੋੜੀ ਰੈਪ ਕਰ ਲਓ ਆਲੇ ਦੁਆਲੇ ਤੇ ਇਹ ਨਹੀਂਦਾ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਆਏ ਆ ਡிரஸ் ਆ ਯੂਨੀਫਾਰਮ ਚੇਂਜ ਕਰਕੇ ਸੂਟ ਪਾ ਕੇ ਕਿਉਂਕਿ ਆਲਰੇਡੀ ਤੁਸੀਂ ਸਵੇਰੇ 7-8 ਵਜੇ ਉੱਠਦੇ ਆਂ ਰਾਤ ਨੂੰ 7 ਵਜੇ ਫ੍ਰੀ ਹੁੰਨੇ ਆ ਤੇ ਫੇਰ ਸਪੈਸ਼ਲ ਕਰੇ ਆਣਾ ਤੇ ਫੇਰ ਉਹ ਸਾਰਾ ਸ਼ਡਿਊਲ ਇੱਕ ਵਾਰੀ ਚੇਂਜ ਹੋ ਜਾਂਦਾ ਬੰਦਾ ਕਹਿੰਦਾ ਛੱਡ ਹੁੰਨੀ ਜਾਣਾ ਤੇ ਇੱਕ ਸ਼ਡਿਊਲ ਲੋਕਾਂ ਨੇ ਇਹ ਰੱਖਿਆ ਕਿ ਨਹੀਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਫੇਰ ਕਰੇ ਜਾਣਾ ਐਟ ਲੀਸਟ ਚਾਹ ਤਾਂ ਰਹਿ ਆਣਾ ਤੁਸੀਂ ਡੇਲੀ ਜਾਣਾ ਕੋਸ਼ਿਸ਼ ਹੁੰਦੀ ਆ ਹਾਂਜੀ ਜਾਨੀ ਮੰਨ ਲਓ ਕਦੇ ਮਿਸ ਹੋ ਗਿਆ ਟੱਚ ਵੁੱਟ ਜਾਨੀਆ ਤੇ ਜੇ ਕਦੇ ਮੰਨ ਲਓ ਕਦੇ ਮਿਸ ਹੋ ਕਦੇ ਹੁੰਦਾ ਵੀ ਹੋਊਗਾ ਹਾਂਜੀ ਹੋ ਜਾਂਦਾ ਕਿਈ ਵਾਰੀ ਹੋ ਜਾਂਦਾ ਬਟ ਕੋਸ਼ਿਸ਼ ਹੁੰਦੀ ਕਿ ਨਾ ਹੀ ਹੋਵੇ ਜਿਦਾ ਹਣ ਸ਼ੂਟ ਤਵਾਈਆਂ ਤੇ ਕਿਈ ਵਾਰੀ ਇਦੇ ਮੂੰ ਲਿਪਿਆ ਹੁੰਦਾ ਮੇਕਅਪ ਨਾਲ ਤੇ ਉਥੇ ਹੀ ਤੋਂ ਉਹ ਤੋਂ ਕਿ ਚੱਲ ਜੰਨੇ ਹਮੂੰ ਹਮ ਕਿਈ ਵਾਰੀ ਸੂਟ ਵੀ ਓਵਰ ਪਾਏ ਹੁੰਦੇ ਆ ਕਿ ਬਹੁਤ ਭਾਰੇ ਪਾਏ ਹੁੰਦੇ ਆ ਕਿਈ ਵਾਰੀ ਸ਼ੂਟ ਵਾਲੇ ਹਮ ਤੇ ਚੱਲ ਜਾਈਦਾ ਆ ਕਿ ਕਈ ਵਾਰ ਹੁੰਦਾ ਕਿ ਕੋਈ ਜੱਜ ਨਾ ਕਰੇ ਪਰ ਮੈਂ ਕਹਿੰਨੀ ਹੁਣੀ ਕਿ ਬਾਬਾ ਬੈਠਾ ਕੋਈ ਜੱਜ ਕਰਦਾ ਵੀ ਹ ਤੱਕ ਕਿਨੂੰ ਫਰਕ ਪੈਂਦਾ ਹਮ ਹੈਨਾ ਇਹ ਚੀਜ਼ ਹੁੰਦੀ ਹੈ ਇੰਡਸਟਰੀ ਦੇ ਵਿੱਚ ਵੀ ਕਈ ਵਾਰ ਮਾਡਲਸ ਜਿਵੇਂ ਤੁਸੀਂ ਹੁਣ ਐਸ ਅ ਮਾਡਲ ਕੰਮ ਕਰਦੇ ਹੋ ਹਨ ਇੰਡਸਟਰੀ ਦੇ ਵਿੱਚ ਉਹਨੂੰ ਉਹਨੂੰ ਕੰਮ ਵੱਧ ਮਿਲ ਗਿਆ ਉਹਨੂੰ ਉਹ 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 ਐਕਟ ਕੁੜੀ ਨੂੰ ਕੰਮ ਵੱਧ ਮਿਲ ਜਾਂਦਾ ਵੀ ਉਹਨੂੰ ਕੰਮ ਵੱਧ ਇਹ ਜੈਲਸੀ ਫੈਕਟਰ ਇੰਡਸਟਰੀ ਚ ਹੁੰਦਾ ਤੁਹਾਨੂੰ ਹੈ ਉਹਨੂੰ ਕੰਮ ਇੰਨਾ ਕਿਉਂ ਮਿਲ ਜਾਂਦਾ ਜਾਂ ਉਹਨੂੰ ਜਿਆਦਾ ਮਿਲ ਗਿਆ ਉਹਨੂੰ ਉਹਨੇ ਆ ਗਾਣਾ ਵੀ ਕਰ ਲਿਆ ਯਾਰ ਆ ਗਾਣਾ ਮੈਂ ਕਰ ਸਕਦੀ ਸੀ ਇਹ ਕੁਛ ਇਸ ਤਰੀਕੀ ਚੀਜ਼ਾਂ ਹੁੰਦੀਆਂ ਹੋਣਗੀਆਂ ਆਈ ਥਿੰਕ ਉਹਦੀ ਕਿਸਮਤ ਹੈ ਹਨਾ ਉਹ ਉਹਦੀ ਹਨਾ 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 ਇੱਕ ਤਾਂ ਮੈਂ ਹਨਾ ਬੋ ਕਹਿਨੀ ਹੁ ਨਹੀਂ ਨਹੀਂ ਇਹ ਚੀਜ਼ ਤਾਂ ਲੋਕ ਹੁਣ ਨੇਚਰਲ ਆ ਰਹੀ ਆ ਪਰ ਮੈਂ ਜਿਹੜੀ ਚੀਜ਼ ਐਕਸਪੈਕਟ ਕਰ ਰਹੀ ਕਿ ਹੋਈਆਂ ਨੇ ਚੀਜ਼ਾਂ ਨਹੀਂ ਮੈਨੂੰ ਪਤਾ ਆ ਕਿ ਚਲੋ ਹੁਣ ਮੈਂ ਕੀ ਬੋਲਾਂ ਕਿ ਉਹ ਕਿਸੇ ਨੂੰ ਮਾੜਾ ਕਹਿਣਾ ਜਾਂ ਚੰਗਾ ਕਹਿਣਾ ਪਰ ਮੈਨੂੰ ਇਹ ਲੱਗਦਾ ਕਿ ਕਿਸੇ ਦੀ ਕਿਸਮਤ ਹੈ ਜਾਂ ਕਿਸੇ ਦੇ ਲਿੰਕਸ ਆ ਯੋਨਾ ਨੇ ਕੀ ਮਿਹਨਤ ਕੀਤੀ ਉਹਦੇ ਲਈ ਉਹ ਮੈਟਰ ਕਰਦੀ ਆ ਹੂੰ ਤੇ ਠੀਕ ਆ ਆਪਾਂ ਜਿੰਨਾ ਕਰ ਰਹੇ ਆ ਆਈ ਏਮ ਹੈਪੀ ਵਿਦ ਥੈਟ ਤੁਸੀਂ ਸੈਟੀਸਫਾਈ ਮੈਨੂੰ ਹਾਂ ਆਫ ਕੌਰਸ ਮੈਨੂੰ ਆ ਆਗੀ ਮੈਂ ਕਿਸੇ ਦੇ ਮਗਰ ਮਗਰ ਤਾਂ ਨਹੀਂ ਫਰੀ ਨਾ ਕੰਮ ਲੈਣ ਨੂੰ ਮੇਰੇ ਕੋਲ ਕੰਮ ਆ ਰਿਹਾ ਠੀਕ ਆ ਹੂੰ ਮੈਂ ਤਾਂ ਨਹੀਂ ਕਿਸੇ ਨੂੰ ਮੈਸੇਜ ਕਿਤੇ ਕੰਮ ਦੇ ਦੋ ਕੰਮ ਦੇ ਦੋ ਕੰਮ ਦੇ ਦੋ ਕੰਮ ਦੇ ਦੋ ਆਈ ਡੋਨਟ ਵਾਂਟ ਥੈਟ ਇਤਨਾ ਕੰਮ ਚਾਹੀਦਾ ਵੀ ਨਹੀਂਗਾ ਕਦੀ ਵੀ ਨਹੀਂ ਮੈਂ ਇਹ ਧੀ ਅਣਖੀਆਂ ਇਸ ਗੱਲ ਨੂੰ ਲੈ ਕੇ ਮੈਨੂੰ ਲੱਗਦਾ ਕਿ ਮੈਂ ਮੈਕਡੋਨਲਡ ਚ ਕੰਮ ਕਰ ਲਾਂ ਜਾਂ ਮੈਂ ਕਿਤੇ ਪੋਚਾ ਲਾ ਲਵਾਂ ਇਨਸਟੈਡ ਕੀ ਮੈਂ ਕਿਸੇ ਨੂੰ ਮੰਗ ਮੰਗ ਕੇ ਕੰਮ ਕਰਾਂ ਐਂ ਮੈਂ ਫਿਰ ਸੋਚਾਂ ਕਿ ਅੱਛਾ ਹਾਂ ਮੈਂ ਉਹ ਗਾਣਾ ਕੀਤਾ ਜਾਂ ਮੈਂ ਇਹ ਫਿਲਮ ਕੀਤੀ ਆਈ ਡੋਨਟ ਕੇਅਰ ਆਪਣੀ ਮਿਹਨਤ ਕਰਨੀ ਜਿੱਥੇ ਉਹ ਕੋਈ ਚੀਜ਼ ਮਾੜੀ ਨਹੀਂ ਹੈਗੀ ਚਾਹੇ ਉਹ ਕਿਤੇ ਕੰਮ ਕਰਨਾ ਕਿਤੇ ਭਾਂਡੇ ਮੰਜਨਾ ਜਾਂ ਕਿਤੇ ਇਦਾਂ ਦਾ ਕੰਮ ਕਰਨਾ ਜਿੱਥੇ ਤੁਹਾਡੀ ਐਟਲੀਸਟ ਤੁਸੀਂ ਕਿਸੇ ਦੇ ਪੋਚੇ ਨਹੀਂ ਮਾਰ ਰਹੇ ਮੂੰਹ ਤੇ ਜਾਂ ਕਿਸੇ ਦੀਆਂ ਜੁੱਤੀਆਂ ਨਹੀਂ ਚੱਟ ਰਹੇ ਠੀਕ ਹੈ ਨਹੀਂ ਜਿਵੇਂ ਆਪਾਂ ਬਾਹਰ ਦੀ ਗੱਲ ਕੀਤੀ ਸੀ ਗੋਰੀ ਹਨਾ ਵੀ ਬਾਰ ਕਈ ਕੁੜੀਆਂ ਜਿਹੜੀਆਂ ਜਾਂਦੀਆਂ ਨੇ ਉਹ ਕਈ ਵਾਰ ਉਸ ਗਲਤ ਕੰਮ ਦੇ ਵਿੱਚ ਵੀ ਪੈ ਜਾਂਦੀਆਂ ਨੇ ਹੂੰ 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 ਉਹ ਕੰਮ ਇੰਡੀਆ ਦੇ ਵਿੱਚ ਵੀ ਆ ਜੀ ਇੰਡਸਟਰੀ ਦੇ ਵਿੱਚ ਮੈਂ ਕਈ ਸੁਣੀਆਂ ਆ ਚੀਜ਼ਾਂ ਅ ਕਿ ਕੰਪਰੋਮਾਈਜ਼ ਇੱਕ ਵਰਡ ਆ ਜਾਂਦਾ ਹੂੰ 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 ਆਪਾਂ ਕਿਸੇ ਮੀਟਿੰਗ ਦੇ ਵਿੱਚ ਬੈਠੇ ਆ ਕਿਸੇ ਆਰਟਿਸਟ ਨਾਲ ਬੈਠੇ ਆ ਪ੍ਰੋਡਿਊਸਰ ਬੈਠੇ ਨੇ ਡਾਇਰੈਕਟਰ ਬੈਠੇ ਨੇ ਸਾਰੀ ਟੀਮ ਬੈਠੀ ਆ ਕਾਸਟ ਬੈਠੀ ਆ ਵੀ ਉੱਥੇ ਕੈਮਰੇ ਦੇ ਉੱਤੇ ਬਹੁਤ ਕੁਝ ਚੀਜ਼ਾਂ ਆਪਾਂ ਨੂੰ ਜਿਹੜੀਆਂ ਦੇਖ ਦੇ ਦੇਖਣ ਨੂੰ ਮਿਲਦੀਆਂ ਨੇ ਜਾਂ ਦਿਖਾਈਆਂ ਜਾਂਦੀਆਂ ਨੇ ਉਹ ਇੱਕ ਪੋਜ਼ਿਟਿਵ ਵੇ ਦੇ ਵਿੱਚ ਦਿਖਾ ਦਿੱਤੀ ਜਾਂਦੀਆਂ ਨੇ ਪਰ ਬੈਕ ਸਕਰੀਨ ਬੈਕ ਸਟੇਜ ਬਹੁਤ ਕੁਝ ਐਸਾ ਹੁੰਦਾ ਵੀ ਜਿਹੜਾ ਲੋਕਾਂ ਤੱਕ ਜਾਂ ਸਰੋਤਿਆਂ ਤੱਕ ਆਡੀਅੰਸ ਤੱਕ ਪਹੁੰਚਦਾ ਹੀ ਨਹੀਂ ਕੰਪਰੋਮਾਈਜ਼ ਵਰਡ ਆ ਜਾਂਦਾ ਕਹਿੰਦੇ ਕਈ ਵਾਰ ਕੁੜੀ ਨੂੰ ਟੱਕੇ ਨਾ ਕਿਹਾ ਜਾਂਦਾ ਐਕਟਰ ਨੂੰ ਮਾਡਲ ਬਣਾ ਆ ਚੀਜ਼ ਆ ਵਰਡ ਬੋਲਦੇ ਹੂੰ ਤੇ ਤੈਨੂੰ ਮਾਡਲ ਵੀ ਬਣਾ ਦਾਂਗੇ ਤੈਨੂੰ ਆ ਵੀ ਕਰ ਦਾਂਗੇ ਆ ਵੀ ਕਰ ਦਾਂਗੇ ਹੁੰਦੀ ਹੈ ਇਹ ਗੱਲ ਸੱਚ ਹੈ ਮੈਨੂੰ ਹੀ ਲੱਗਦਾ ਇੰਡਸਟਰੀ ਨਹੀਂ ਸਾਰੇ ਕਿਤੇ ਇਹ ਹੈ ਤੁਸੀਂ ਐਡਵੋਕੇਟਸ ਦੇਖ ਲਓ ਕੁਸ਼ਕ ਤੇ ਤੁਸੀਂ ਡਾਕਟਰਸ ਦੇਖ ਲਓ ਜਾਂ ਟੀਚਰਸ ਦੇਖ ਲਓ ਮੈਂ ਬਹੁਤ ਚੀਜ਼ਾਂ ਸੁਣਦੀ ਆ ਅਸੀਂ ਨਿਊਜ਼ 'ਚ ਵੀ ਸੁਣਦੇ ਆ ਇਹ ਨਹੀਂ ਕਿ ਮੈਂ ਕਹਿ ਰਹੀ ਆ ਹੂੰ ਤੇ ਕਿਤੇ ਨਾ ਕਿਤੇ ਸਾਰੇ ਕਿਤੇ ਗੰਦ ਪਿਆ ਹੋਇਆ ਬਟ ਦਾ ਥਿੰਗ ਇਜ਼ ਕਿ ਇੰਡਸਟਰੀ ਇਦਾਂ ਦੀ ਚੀਜ਼ ਆ ਇਹ ਸਾਰਾ ਦਿਨ ਹਾਈਲਾਈਟ ਹੁੰਦੀ ਆ ਟੀਵੀ ਸਾਰਾ ਦਿਨ ਦੇਖਣਾ ਫੋਨ 24 ਘੰਟੇ ਤੁਹਾਡੇ ਹੱਥ 'ਚ ਤੇ ਉਹ ਚੀਜ਼ ਆਈ ਥਿੰਕ ਸਾਰਾ ਟਾਈਮ ਅੱਖਾਂ ਮੂਰੇ ਰਹਿੰਦੀ ਆ ਤੇ ਉਹ ਜ਼ਿਆਦਾ ਹਾਈਲਾਈਟ ਆ ਕਿ ਨਹੀਂ ਇਹ ਮਾਡਲ ਨੇ ਇਹ ਆਰਟਿਸਟ ਨੇ ਇਹ ਮਾੜੀ ਨੇ ਪਰ ਗੰਦ ਸਾਰੇ ਕਿਤੇ ਆ ਤੁਸੀਂ ਕਿੱਦਾਂ ਬਚਣਾ ਉਹ ਮੈਟਰ ਕਰਦਾ ਕਿਸੇ ਨੇ ਇਹਦਾ ਕੰਮ ਲਿਆ ਨਹੀਂ ਲਿਆ ਆਪਾਂ ਉਹ ਤੋਂ ਕੀ ਲੈਣਾ ਤੁਸੀਂ ਸਹੀ ਆ ਉਹ ਮੈਟਰ ਕਰਦਾ ਉਹਨਾਂ ਦੀ ਕਿਸਮਤ ਆ ਅੱਛਾ ਆਪਾਂ ਗੱਲ ਕਰ ਰਹੇ ਸੀਗੇ ਤਾਂ ਸਾਡੇ ਕਾਰਡ ਵਿੱਚ ਫੁੱਲ ਹੋ ਗਏ ਸੀਗੇ ਬਾਕੀ ਜਿਹੜੇ ਸਪੋਟੀਫਾਈ ਦੇ ਸਾਨੂੰ ਸੁਣ ਰਹੇ ਆ ਤੁਹਾਨੂੰ ਦੱਸ ਦਈਏ ਕਿ ਉਮੀਦ ਕਰਦਾ ਤੁਸੀਂ ਵੀ ਸਾਡੇ ਪੋਡਕਾਸਟ ਨੂੰ ਇੰਜੋਏ ਕਰ ਰਹੇ ਹੋਵੋਗੇ ਸੈਟਲਮੈਂਟ ਜੀ ਹੋ ਰਹੀ ਸੀ ਅੱਗੇ ਪਿੱਛੇ ਨੂੰ ਹੋ ਰਹੀ ਸੀ ਬਾਕੀ ਹੁਣ ਆਪਾਂ ਬਿਲਕੁਲ ਐਂਡ ਤੱਕ ਲੈ ਕੇ ਜਾਣਾ ਪੋਡਕਾਸਟ ਨੂੰ ਜ਼ਿਆਦਾ ਲੰਬਾ ਟਾਈਮ ਨਹੀਂ ਖਿੱਚਾਂਗੇ ਸੇ ਗੋਰੀ ਜਾਂਦੇ ਜਾਂਦੇ ਕੁਝ ਚੀਜ਼ਾਂ ਐਸੀਆਂ ਮੈਂ ਤੁਹਾਨੂੰ ਜਿਹੜੀਆਂ ਨੇ ਕੁੱਛ ਨਹੀਂ ਚਾਹਨਾ ਲੋਕ ਅੱਜਕੱਲ ਡਿਪਰੈਸ ਬਹੁਸ਼ੀਤੀ ਉੱਤੇ ਨੇ ਐਂਜ਼ਾਇਟੀ ਡਿਪਰੈਸ਼ਨ ਟੈਨਸ਼ਨ ਆ ਜਾਂਦੀਆਂ ਨੇ ਯਾਰ ਉਹਦੇ ਕੋ ਆ ਫਲਾਣੇ ਉਹੀ ਜਿਵੇਂ ਆਪਾਂ ਫਿਰ ਸ਼ੁਰੂਆਤ ਦੇ ਵਿੱਚ ਉੱਥੇ ਗੱਲ ਆ ਗਈ ਕੰਪੈਰੀਜ਼ਨ ਦੂਸਰੇ ਨਾਲ ਕੰਪੇਅਰ ਕਰ ਲਾਂ ਜਣਾ ਆਪਣੇ ਆਪ ਨੂੰ ਉਹਦੇ ਕੋਲ ਆ ਆ ਮੇਰੇ ਕੋਲ ਆ ਨਹੀਂ ਉਦੋਂ ਕੋਈ ਇਹ ਮਿਲ ਗਿਆ ਮੈਨੂੰ ਤਾਂ ਮਿਲਿਆ ਨਹੀਂ ਹਨਾ ਮੈਂ ਵੀ ਮਿਲ ਸਕਦਾ ਸੀ ਮੈਨੂੰ ਮੈਨੂੰ ਮੇਰੇ ਕੋਲ ਵੀ ਹੋ ਸਕਦਾ ਸੀ ਜੀ ਫਿਰ ਡਿਪਰੈਸ਼ਨ ਆ ਜਾਂਦਾ ਆਪਣੇ ਆਪ ਨੂੰ ਕਮਰੇ ਚ ਬੰਦ ਕਰਨਾ ਕਿਸੇ ਨੂੰ ਬੁਲਾਉਣਾ ਨਹੀਂ ਕਰਨਾ ਨਹੀਂ ਗੱਲ ਨਹੀਂ ਦੱਸਣੀ ਹੂੰ ਕੁਝ ਉਹਨਾਂ ਵਾਸਤੇ ਕੁਝ ਚੀਜ਼ਾਂ ਕਿਉਂਕਿ ਮੈਨੂੰ ਲੱਗਦਾ ਐਸੇ ਫਰੈਂਡਸ ਜਾਂ ਇਹ ਚੀਜ਼ਾਂ ਜਾਂ ਜਿਹੜੇ ਲੋਕ ਇਸ ਚੀਜ਼ ਨਾਲ ਜੂਝ ਰਹੇ ਹੁੰਦੇ ਨੇ ਹਰ ਇੱਕ ਦੀ ਲਾਈਫ ਦੇ ਵਿੱਚ ਮਿਲਦੇ ਨੇ ਇਸ ਚੀਜ਼ ਨੂੰ ਤੁਹਾਨੂੰ ਕਿਵੇਂ ਲੱਗਦਾ ਅੱਜ ਕੱਲ੍ਹ ਮੈਨੂੰ ਲੱਗਦਾ ਮੋਸਟਲੀ ਨਾ ਸਾਰਿਆਂ ਨੂੰ ਡਿਪਰੈਸ਼ਨ ਜ਼ਿਆਦਾ ਪਤਾ ਕੀ ਹੁੰਦਾ ਰਿਲੇਸ਼ਨਸ਼ਿਪ ਕੀ ਸਾਨੂੰ ਲੋਕਾਂ ਤੋਂ ਉਮੀਦ ਦਾ ਜ਼ਿਆਦਾ ਹੁੰਦੀਆਂ ਨੇ ਪਰ ਉਹ ਐਂਡ 'ਚ ਧੋਖਾ ਦੇ ਜਾਂਦੇ ਨੇ ਜਾਂ ਨਾਲ ਨਹੀਂ ਰਹਿੰਦੇ ਨੇ ਮੈਨੂੰ ਲੱਗਦਾ ਕਿ ਮੋਸਟਲੀ ਅੱਜਕੱਲ ਛੋਟੇ-ਛੋਟੇ ਬੱਚਿਆਂ ਨੂੰ ਡਿਪਰੈਸ਼ਨ ਕਿਉਂ ਆ ਕੁੜੀ ਛੱਡ ਗਈ ਜਾਂ ਮੁੰਡਾ ਛੱਡ ਗਿਆ ਪਰ ਮੈਨੂੰ ਇਹ ਲੱਗਦਾ ਕਿ ਅੱਗੇ ਬਹੁਤ ਲਾਈਫ ਪਈ ਆ ਤੇ ਕਿਸੇ ਨੇ ਕਿਸੇ ਨੇ ਕੀ ਫੇਸ ਕੀਤਾ ਸੀ ਜੱਜ ਤਾਂ ਨਹੀਂ ਕਰ ਸਕਦੇ ਹਨਾ ਕੀ ਪਤਾ ਹਰ ਬੰਦਾ ਇੰਨਾ ਸਟਰੋਂਗ ਨਹੀਂ ਹੁੰਦਾ ਕਈ ਛੇਤੀ ਨਿਕਲ ਜਾਂਦੇ ਉਸ ਚੀਜ਼ ਤੋਂ ਕਈ ਨਹੀਂ ਨਿਕਲਦੇ ਹਮ ਪਰ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਦੱਸਣ ਨਾਲੋਂ ਆਪਣਾ ਡਿਪਰੈਸ਼ਨ ਅਸੀਂ ਗੁਰੂ ਘਰ ਜਾਈਏ ਜਾਂ ਸੀ ਜਿਮ ਮਜਾਈਏ ਸਭ ਤੋਂ ਮੇਨ ਡਾਈਟ ਆ ਜਦੋਂ ਤੁਹਾਡੀ ਡਾਈਟ ਨਹੀਂ ਵਧੀਆ ਨਾ ਤੁਹਾਨੂੰ ਡਿਪਰੈਸ਼ਨ ਡਬਲ ਹੋਊਗਾ ਆ ਪੰਜਾਬ ਦੇ ਲੋਕ ਤਾਂ ਕਹਿੰਦੇ ਨੇ ਵੀ ਜਿਉਂਦੀ ਖਰਾਕ ਤੇ ਨੇ ਪਿੰਡਾਂ ਵਾਲੇ ਤਾਂ ਆਪਣੇ ਦਾ ਮੇਨ ਮੰਨੀ ਖਰਾਕ ਜਾਂਦੀ ਆ ਵੀ ਖਰਾਕ ਵਧੀਆ ਮੁੰਡੇ ਦੀ ਇਹ ਤਾਂ ਖਾਂਦੇ ਪੀਂਦੇ ਕਰਦੇ ਹਾਂ ਹਾਂਜੀ ਹਾਂਜੀ ਉੱਥੋਂ ਜੱਜ ਕਰ ਲੈਂਦੇ ਹਣਬਾਰ ਮੇਰੇ ਕਈ ਫਰੈਂਡਸ ਹੈਗੇ ਆ ਤੇ ਉਹਨਾਂ ਨੇ ਕਹਿੰਨਾ ਸਟ੍ਰੈਸ ਹੋ ਰਿਹਾ ਸਟ੍ਰੈਸ ਹੋ ਰਿਹਾ ਸਾਰਾ ਦਿਨ ਕੰਮ ਕਰੀ ਜਾਣਾ ਦੋ ਤਿੰਨ ਕੌਫੀਆਂ ਪੀ ਲੈਣੀਆਂ ਕੰਮ ਕਰ ਜਾਣਾ ਸਭ ਤੋਂ ਜ਼ਿਆਦਾ ਡਿਪਰੈਸ਼ਨ ਕੌਫੀ ਦਿੰਦੀ ਹੈ ਸਟ्रेस ਆਈ ਮੀਨ ਐਂਜ਼ਾਇਟੀ ਹੋਣ ਲੱਗ ਜਾਂਦੀ ਕਾਲੀ ਪੈਣ ਦੀ ਜਿਹਨੂੰ ਆਪਾਂ ਕਹਿੰਦੇ ਆ ਹਨ ਤੇ ਕਿੰਨੀ ਕੈਫੀਨ ਆ ਦੇ ਵਿੱਚ ਕਾਲੀਆਂ ਹੀ ਪੈਣੀਆਂ ਤੇ ਕੌਫੀ ਜਿਹੜੀ ਉਹ ਬਲੱਡ ਵੀ ਤੁਹਾਡਾ ਪੀ ਜਾਂਦੀ ਜਿਹਨੂੰ ਕਹਿੰਦੇ ਆ ਆਪਾਂ ਕਿਉਂਕਿ ਗਰਮ ਹੂੰ ਕੈਫੀਨ ਆ ਹੂੰ ਤੇ ਜਦੋਂ ਖੂਨ ਸੁੱਕ ਗਿਆ ਤੇ ਉਦੋਂ ਕਿੰਨੀਆਂ ਬਿਮਾਰੀਆਂ ਹੋਰ ਡਿਪਰੈਸ਼ਨ ਇਹ ਉਹ ਜਦੋਂ ਤੁਸੀਂ ਫਰੂਟਸ ਨਹੀਂ ਖਾਣੇ ਡਾਈਟ ਨਹੀਂ ਜਾਂ ਕੁਛ ਚੱਜ ਦਾ ਕੁਛ ਨਹੀਂ ਖਾਣਾ ਕੀ ਨਹੀਂ ਜਾਂਦੇ ਅੱਜ ਕੱਲ ਹੋ ਰਹੀ ਪਤਾ ਨਹੀਂ ਲਟਰਮ ਸ਼ਟਰਮ ਆਇਲ ਕੱਢਿਆ ਆਇਲ ਖਾ ਲਵਾ ਖਾ ਲੋ ਜਿਹੜਾ ਸ਼ੁਰੂ ਤੋਂ ਅਸੀਂ ਖਾਦਾ ਆ ਉਹ ਨਹੀਂ ਖਾਣਾ ਹੋਰ 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 ਖਾਈ ਜਾਣੇ ਹੈਨਾ ਗੋਰੇ ਗੋਰੇ ਜਿਹੜੇ ਆ ਉਹ ਸਾਡੇ ਕਲਚਰ ਨੂੰ ਫੋਲੋ ਕਰਨ ਲੱਗੇ ਆ ਆਪਾਂ ਉਹਨਾਂ ਨੂੰ ਫੋਲੋ ਕਰਨਾ ਤੇ ਆਪਾਂ ਉਹਨਾਂ ਦੀਆਂ ਡਾਈਟਾਂ ਖਾਂਦੇ ਆ ਮੈਂ ਮੈਂ ਵੀ ਖਾਨੀ ਆ ਫਾਸਟ ਫੂਡ ਪਰ ਬਹੁਤ ਘੱਟ ਜਿਵੇਂ ਆ ਲੇਸ ਗੁਰਕਰੇ ਮੈਨੂੰ ਲੱਗਦਾ ਕਿ ਮੈਂ ਸਾਲ 'ਚ 2-4 ਵਾਰੀ ਖਾਨੀ ਹੋਵਾਂਗੀ ਆਨੇ ਕੀ ਰੋਜ ਹੀ ਗੰਦਮੰਦ ਜਾਂ ਯਾਕੋਕ ਹੋ ਗਿਆ ਕਿਤੇ ਕਦੀ ਖਾ ਲਵਾਂ ਜੇ ਪੀਜ਼ਾ ਖਾਦਾ ਆ ਤਾਂ ਪੀ ਲੈਣਾ ਪਰ ਉਦਾਂ ਕੋਕ ਨਹੀਂ ਕੋਕ ਵਗਾਰਾ ਤੁਸੀਂ ਕੋਲਡ ਡਰਿੰਕਸ ਵਾਰਾ ਪੀਂਦੇ ਕੋਸ਼ ਵੀ ਨਹੀਂ ਨਾ ਕੋਈ ਫਾਲਤੂ 슈ਗਰ ਜਾਂ ਚਾਕਲੇਟਸ ਜਾਂ ਕੈਂਡੀਆਂਸ ਨਾ ਹੂੰ ਕਿ ਜੈਰਾ ਪੈਕਡਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਿੰਨਾ ਫਰੈਸ਼ ਫੂਡ ਹੋਊਗਾ ਰੋਟੀ ਹੋਗੀ ਓਨੀ ਤੁਹਾਡੀ ਜਿਹੜੀ ਬੋਡੀ ਆ ਨਾ ਤੁਹਾਡੀ ਜਿਹੜੀ ਔਰਾ ਆ ਉਹਨਾ ਸਟਰੋਂਗ ਹੁੰਦਾ ਜਿਹੜੇ ਸਾਡੇ ॠषि ਹੋ ਗਏ ਜਾਂ ਸਾਡੇ ਜਿਹੜੇ ਗੁਰੂ ਆ ਦਾਦੇ ਪੜਦਾਦੇ ਆ ਤੇ ਜਿੰਨਾ ਫਰੈਸ਼ ਫੂਡ ਹੁੰਦਾ ਸੀ ਜਿੰਨਾ ਬੇਹਾ ਹੋ ਜਾਂਦਾ ਓਨੀ ਜ਼ਿਆਦਾ ਕਹਿੰਦੇ 네ਗੈਟਿਵਿਟੀ ਉਹ ਖਿੱਚ ਲੰਦਾ ਜਿਵੇਂ ਹੁਣ ਪਾਣੀ ਆ ਪਾਣੀ ਨੂੰ ਕੀ ਕਰਨਾ ਉਹਨਾਂ ਨੇ ਟੱਕ ਦਿੰਦੇ ਹੁੰਦੇ ਸੀ ਕਹਿੰਦੇ ਕਿ ਪਾਣੀ ਸਾਡੀਆਂ ਗੱਲਾਂ ਸੁਣਦਾ ਹੈ ਅੱਛਾ ਇਹ ਹੁਣ ਸੁਣ ਰਿਹਾ ਆਪਣੀ ਗੱਲਾਂ ਜੀ ਅੱਛਾ ਜਿਹਦੇ ਹੁਣ ਸਾਡੇ ਜਿਹੜੇ ਸੰਤ ਨੇ ਹੂੰ ਉਹ ਕਹਿੰਦੇ ਕਿ ਜਦੋਂ ਤੁਸੀਂ ਜਪਜੀ ਸਾਹਿਬ ਕਰਦੇ ਆ ਸਵੇਰੇ ਤੇ ਪਾਣੀ ਰੱਖ ਕੇ ਲਾਗੇ ਉਹਨੂੰ ਸੁਣਾਉਣਾ ਹੂੰ ਤੇ ਉਹ ਕਹਿੰਦੇ ਕਿ ਅਮਰਤ ਬਣ ਜਾਂਦਾ ਜਿਵੇਂ ਸਾਡੇ ਗੋਲਡਨ ਟੈਂਪਲ ਹਰਮੰਦਰ ਸਾਹਿਬ ਆ ਹੂੰ ਉਹਦਾ ਸਰੋਵਰ ਜਿਹੜਾ ਉਹਦਾ ਜਾਲ ਹੈ ਸਭ ਤੋਂ ਜ਼ਿਆਦਾ ਦੁਨੀਆ ਦਾ ਸਭ ਤੋਂ ਪਾਵਰਫੁਲ ਮੰਨਿਆ ਜਾਂਦਾ ਹੈ ਕਿਉਂਕਿ ਉਹ 24 ਘੰਟੇ ਬਾਣੀ ਸੁਣਦਾ ਹੈ ਲਾਸਟ ਸਟੇਜ ਕੈਂਸਰ ਤੱਕ ਲੋਕਾਂ ਦੇ ਠੀਕ ਹੋਏ ਨੇ ਹਾਂ ਗੋਲਡਨ ਟੈਂਪਲ ਉੱਥੇ ਬੇਰੀ ਸਾਹਿਬ ਕੋਲ ਜਾ ਕੇ ਉੱਥੇ ਇਸ਼ਨਾਨ ਕਰਦੇ ਨੇ ਤਾਂ ਬਹੁਤ ਚੀਜ਼ਾਂ ਐਸੀਆਂ ਨੇ ਵੀ ਜਿਹੜੀਆਂ ਅ ਐਸੀਆਂ ਨੇ ਵੀ ਮੈਨੂੰ ਲੱਗਦਾ ਜਿਹਾ ਭਾਈ ਇਸ ਕੱਲੇ ਟੌਪਿਕ ਤੇ ਰੱਖ ਲਈਏ ਨਾ ਪੋਡਕਾਸਟ ਤਾਂ ਬਹੁਤ ਲੰਬਾ ਹੋ ਜਾਊਗਾ ਵੀ ਬਹੁਤ ਚੀਜ਼ਾਂ ਐਸੀਆਂ ਨੇ ਵੀ ਜਿਹੜੀਆਂ ਅਸਲ ਦੇ ਵਿੱਚ ਕ੍ਰਿਸ਼ਮੇ ਜਿਹੜੇ ਉਸ ਮਾਲਕ ਦੇ ਦਿੱਤੇ ਹੋਏ ਨੇ ਉਹ ਹੋਏ ਨੇ ਜਿਹੜੀਆਂ ਕਹਿੰਦੇ ਨੇ ਵੀ ਹਾਂ ਇਹ ਚੀਜ਼ਾਂ ਸੱਚ ਨੇ ਇੱਕ ਇੱਕ ਕੰਡ ਦੇ ਵਿੱਚ ਉੱਥੇ ਇੰਨੇ ਸਿੰਘਾਂ ਦੀ ਸ਼ਹਾਦਤ ਸ਼ਹੀਦਿਆਂ ਨੇ ਇੰਨੀ ਪਾਵਰ ਆ ਉਸ ਜਗ੍ਹਾ ਤੇ ਕ੍ਰਿਸ਼ਮੇ ਕਿਉਂ ਨਾ ਹੋਣ ਕਣਾ ਕ੍ਰਿਸ਼ਮੇ ਕਿਉਂ ਨਾ ਹਾਂ ਬਿਲਕੁਲ ਬਿਲਕੁਲ اچھا ਗੋਰੀ ਹੁਣ ਆਪਾਂ ਦਰਸ਼ਕਾਂ ਤੋਂ ਜਾਸਤ ਲੈਣੀ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਚਾਹਣ ਵਾਲੇ ਜਿਹੜੇ ਵੇਖ ਰਹੇ ਨੇ ਉਹਨਾਂ ਲਈ ਕੋਈ ਮੈਸੇਜ ਕੁਛ ਸੰਦੇਸ਼ਾ ਸੰਦੇਸ਼ ਆ ਤੇ ਹੈ ਸੰਦੇਸ਼ੀ ਜਾਂਦੇ ਹਨ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਬਸ ਸਾਰੇ ਜਾਨੇ ਪਿਆਰ ਨਾਲ ਰੋ ਤੇ ਕਿਸੇ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਟਰਸਟ ਕਰੋ ਪਰ ਅੰਨਿਆ ਮੰਗੂ ਵੀ ਨਾ ਕਰੋ ਕਿ ਕੱਲ ਨੂੰ ਉਹ ਤੁਹਾਨੂੰ ਹਰਟ ਕਰੇ ਹੂੰ ਤੇ ਪਿਆਰ ਨਾਲ ਰਹੋ ਪੇਰੈਂਟਸ ਨੂੰ ਪਿਆਰ ਕਰੋ ਮਾਪਿਓ ਤੋਂ ਵੱਧ ਸਾਥ ਕਿਸੇ ਨੇ ਨਹੀਂ ਦੇਣਾ ਆਪਣੇ ਪੈਣ ਪ੍ਰਾ ਤੋਂ ਵੱਧ ਸਾਥ ਕਿਸੇ ਨੇ ਨਹੀਂ ਦੇਣਾ ਤੇ ਬles you ਖੁਸ਼ ਰਹੋ ਤੇ ਡਾਈਟ ਵਧੀਆ ਖਾਓ ਜਿਮ ਜਾਓ ਖਾਂਦੇ ਪੀਂਦੇ ਰਹੋ ਖਾਂਦੀ ਪੀਂਦੇ ਰਹੋ ਤੇ ਕੇਸਵਾ ਘੱਟ ਖਾਓ ਕੀ ਬਾਤ ਹੈ ਗਰੀਬ ਹਲਵਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਆਪਾਂ ਫੇਰ ਉਮੀਦ ਕਰਦੇ ਹਾਂ ਜਲਦੀ ਮੁਲਾਕਾਤ ਕਰਾਂਗੇ ਕੋਈ ਨਵੇਂ ਪੋਡਕਾਸਟ ਦੇ ਨਾਲ ਜਾਂ ਸਾਡੇ ਵੀਡੀਓ ਦੇ ਨਾਲ ਜ਼ਰੂਰ ਬਹੁਤ ਬਹੁਤ ਧੰਨਵਾਦ ਸੋ ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਤੋਂ ਵੀ ਕਿ ਤੁਸੀਂ ਸਾਡੀ ਅੱਜ ਦੀ ਇਸ ਗੱਲਬਾਤ ਨੂੰ ਚੰਗੀ ਤਰੀਕੇ ਨਾਲ ਸੁਣਿਆ ਹੋਊਗਾ ਕਈ ਲੋਕ ਇਸ ਕਲਿੱਪਾਂ ਦੇ ਇਸ ਪੋਡਕਾਸਟ ਦੇ ਵਿੱਚੋਂ ਕਈ ਕਲਿੱਪਾਂ ਵੀ ਕੱਟ ਕੇ ਪਾਉਣਗੇ ਪਰ ਮੈਂ ਇੱਕ ਦਰਖਾਸਤ ਕਰਦਾ ਪੋਡਕਾਸਟ ਨੂੰ ਪੂਰਾ ਸੁਣਿਓ ਇਸ ਕਰਕੇ ਨਹੀਂ ਕਿ ਮੇਰੇ ਵਿਊ ਬਣ ਜਾਣਗੇ 1% ਮੇਰੇ ਬੰਦੇ ਵਿੱਚ ਉਹ ਚੀਜ਼ ਆ ਵੀ ਜਾਊਗੀ ਵੀ ਚਲ ਵਿਊ ਵੀ ਬਣ ਜਾਊਗਾ ਪਰ 99% ਮੈਂ ਸੋਚਦਾ ਕਿ ਕਈ ਵਾਰ ਜਦ ਗੱਲ ਕੀਤੀ ਹੁੰਦੀ ਹੈ ਨਾ ਉਹ ਗੱਲ ਪੂਰੀ ਸੁਣੀ ਜਾਵੇ ਤਾਂ ਜ਼ਿਆਦਾ ਚੰਗਾ ਕਈ ਵਾਰ ਵਿਚੇ ਸੁਣੀ ਹੋਈ ਗੱਲ ਅੱਧੀ ਸੁਣੀ ਹੋਈ ਗੱਲ ਇੰਨੀ ਖਤਰਨਾਕ ਹੁੰਦੀ ਹੈ ਨਾ ਕਿ ਜਿਹੜੀਆਂ ਬਹੁਤ ਚੀਜ਼ਾਂ ਖਰਾਬ ਕਰ ਜਾਂਦੀ ਹੈ। ਕਈ ਲੋਕ ਜਿਵੇਂ ਗੋਰੀ ਨੂੰ ਲੈ ਕੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਦਾਂ ਦੇ ਰਹਿਮ ਵੀ ਸੀ ਜਿਵੇਂ ਅਸੀਂ ਮੁਲਾਕਾਤ ਕਰਨੀ ਸੀ ਉਸ ਤੋਂ ਪਹਿਲਾਂ ਮੈਂ ਕਮੈਂਟ ਪੜੇ ਤਾਂ ਕਈ ਲੋਕ ਕਮੈਂਟ ਬਹੁਤ ਗਲਤ ਵੀ ਕਰਦੇ ਨੇ। ਕਈ ਲੋਕ ਕਮੈਂਟ ਬਹੁਤ ਜ਼ਿਆਦਾ ਚੰਗੇ ਵੀ ਕਰਦੇ ਨੇ। ਹਾਲਾਂਕਿ ਹਰ ਇੱਕ ਚੀਜ਼ਾਂ ਬੈਲੈਂਸ ਨੇ ਇਹ ਦੁਨੀਆयां ਹਰ ਇੱਕ ਬੰਦੇ ਨੂੰ ਆਪਣਾ ਆਪੱਖ ਰੱਖਣ ਦਾ ਹੱਕ ਵੀ ਹੈ। ਚਲੋ ਪਰ ਕਈ ਲੋਕ ਉਸ ਚੀਜ਼ ਦੀ ਵਰਤੋਂ ਕਰਦੇ ਨੇ, ਕਈ ਦੁਰਵਰਤੋਂ ਕਰਦੇ ਨੇ। ਆਪਾਂ ਵਰਤੋਂ ਕਰਨੀ ਹੈ। ਮੈਜੋਨਾ ਇੱਕ ਪੋਜ਼ਿਟਿਵ ਔਰਾ ਕ੍ਰੀਏਟ ਕਰੀਏ 네ਗੇਟਿਵ ਸਾਰੇ ਸ਼ੇਅਰ ਕਰ ਰਹੇ ਨੇ ਹਰ ਇੱਕ ਕਿਤੇ ਅੱਗ ਲੱਗ ਗਈ ਕਿਤੇ ਵਿਸਪੋਰਟ ਹੋ ਗਿਆ ਕਿਸੇ ਨੇ ਕਿਸੇ ਨੂੰ ਕੁੱਟਤਾ ਜਾਂ ਕਿਤੇ ਚੋਰੀ ਹੋ ਗਈ ਐਸੀ ਚੀਜ਼ਾਂ ਬਹੁਤ ਸ਼ੇਅਰ ਕਰਦੇ ਆ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰੋ ਹਰ ਇੱਕ ਬੰਦੇ ਦੇ ਵਿੱਚ ਵੀ ਮਾਨਸਾਹਬ ਕਹਿੰਦੇ ਨੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਊਗਾ ਤਾਂ ਆਪਾਂ ਹਰ ਇੱਕ ਬੰਦੇ ਤੋਂ ਚੰਗੀਆਂ ਚੀਜ਼ਾਂ ਹੀ ਸਿੱਖਣੀ ਆਂ ਮਾੜੀਆਂ ਸਾਰੇ ਕਰਦਨੇ ਆਪਾਂ ਚੰਗੀਆਂ ਸਿੱਖੀ ਆਪਣੇ ਸਮਾਜ ਨੂੰ ਚੰਗਾ ਬਣਾਈ। ਬਾਕੀ ਤੁਸੀਂ ਪੋਡਕਾਸਟ ਸਾਡਾ Spotify ਤੇ ਸੁਣ ਸਕਦੇ ਹੋ ਤੇ YouTube ਤੇ ਵੀ ਸਾਡਾ ਪੋਡਕਾਸਟ ਪਿਆ ਆ ਹੋਰ ਵੀ ਐਪੀਸੋਡ ਸਾਡੇ ਆਲਰੇਡੀ ਅਪਲੋਡ ਕੀਤੇ ਹੋਏ ਨੇ ਬਾਕੀ ਆਉਣ ਵਾਲੇ ਨੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਦਿਓ। ਇਹ ਮੈਂ ਨਵਾਂ ਕਹਿਣਾ ਸ਼ੁਰੂ ਕੀਤਾ ਹਾਂ ਕਿਉਂਕਿ ਸਾਰੇ ਕਹਿੰਦੇ ਨੇ ਇਹਦੇ ਨਾਲ ਕਹਿੰਦੇ ਥੋੜੇ ਜੇ ਬੰਦੇ ਜੁੜ ਜਾਂਦੇ ਨੇ। ਫਿਰ ਮੈਂ ਵੀ ਜੋੜ ਲਵਾਂ ਬੰਦੇ ਤੇ ਸਾਨੂੰ ਸੁਣ ਲਿਆ ਕਰੋ। ਬਾਕੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਨੂੰ ਸੁਣਿਆ। ਬਹੁਤ ਬਹੁਤ ਧੰਨਵਾਦ ਖਾਸ ਕਰਕੇ ਵੀਰ ਜਿਹੜੇ ਮੈਨੂੰ ਬਾਹਰੋਂ ਸੁਣ ਰਹੇ ਨੇ ਤੁਸੀਂ ਆਪਣਾ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸ ਸਕਦੇ ਹੋ ਬਾਕੀ ਕੋਈ ਸਲਾਹ مشورہ ਕੋਈ ਸਾਨੂੰ ਸੁਜੈਸ਼ਨ ਦੇਣੀ ਚਾਹੁੰਦੇ ਹੋ ਜਿਹੜੀ ਜੀ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਅਸੀਂ ਮੈਨੂੰ ਮੈਂ ਤੁਹਾਡਾ ਭਰਾ ਬਣ ਕੇ ਤੁਹਾਡਾ ਬੇਟਾ ਬਣ ਕੇ ਜਿਵੇਂ ਤੋਂ ਵੱਡੇ ਵਿਖ ਰਹੇ ਨੇ ਤਾਂ ਉਸ ਚੀਜ਼ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਮੀਦ ਕਰਦਾ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਪੌਡਕਾਸਟ ਚੰਗਾ ਲੱਗੂਗਾ ਅਗਲੇ ਪੌਡਕਾਸਟ ਸੈਸ਼ਨ ਦੇ ਵਿੱਚ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦੀ you uh -huh.